ਸਤਿ ਸ਼੍ਰੀ ਅਕਾਲ ਜੀ ਤੁਸੀਂ ਵੇਖ ਰਹੇ ਹੋ ਪੰਜਾਬ ਮੇਲ ਯੂਐਸਏ ਟੀਵੀ ਮੈਂ ਹਾਂ ਸੰਜੀਵ ਯਸ਼ਕਰਨਾ ਤੁਹਾਡਾ ਸਾਰਿਆਂ ਦਾ ਸਵਾਗਤ ਤਰਕ ਦਲੀਲ ਦੇ ਵਿੱਚ ਮੇਰੇ ਨਾਲ ਸਟੂਡੀਓਸ ਦੇ ਵਿੱਚ ਮੌਜੂਦ ਨੇ ਬਲਕਾਰ ਸਿੰਘ ਜੀ ਸਤਿ ਸ਼੍ਰੀ ਅਕਾਲ ਜੀ ਪਿਆਰੇ ਦਰਸ਼ਕੋ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਔਰ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੇ ਇਸ ਪ੍ਰੋਗਰਾਮ ਨੂੰ ਲਗਾਤਾਰ ਦੇਖ ਰਹੇ ਜੇ ਤਰਕ ਦਲੀਲ ਪ੍ਰੋਗਰਾਮ ਜਿਹੜਾ ਹੈ ਪੰਜਾਬ ਦੇ ਨਾਲ ਜਿਹੜੀਆਂ ਇਸ ਵੇਲੇ ਇਸ਼ੂ ਨੇ ਜਿਹੜੇ ਸਟੈਂਡਿੰਗ ਇਸ਼ੂ ਆ ਜਿਹੜੇ ਖਾਸ ਤੌਰ ਤੇ ਅਸੀਂ ਬੜੀ ਦੇਰ ਤੋਂ ਇਹਨਾਂ ਨਾਲ 2-4 ਹੁੰਦੇ ਆ ਰਹੇ ਆ ਉਹ ਸਾਰੇ ਜਿਹੜੇ ਇਸ਼ੂ ਨੇ ਜਿਹੜੇ ਚਲੰਤ ਮਾਮਲੇ ਨੇ ਉਹਨਾਂ ਨੂੰ ਅਸੀਂ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰਦੇ ਆਂ ਪਰ ਤੁਸੀਂ ਸਾਰੇ ਪਿਆਰੇ ਦੋਸਤ ਬਹੁਤ ਦੂਰ ਬੈਠੇ ਜੇ ਪੰਜਾਬ ਤੋਂ ਪਰ ਜਦੋਂ ਕੋਈ ਦੂਰ ਬੈਠ ਜਾਂਦਾ ਪੰਜਾਬ ਨੂੰ ਛੱਡ ਕੇ ਤੇ ਮੇਰਾ ਖਿਆਲ ਸੰਜੀਵ ਜੀ ਉਦੋਂ ਬੜਾ ਜੀ ਕਰਦਾ ਕਿ ਪੰਜਾਬ ਦੀ ਜਿਹੜੀ ਗੱਲਾਂ ਨੇ ਉਹਨਾਂ ਨੂੰ ਅਸੀਂ ਜਾਣੀਏ ਉਹਨਾਂ ਨੂੰ ਸਾਂਝਾ ਕਰੀਏ ਔਰ ਇਹ ਪ੍ਰੋਗਰਾਮ ਖਾਸ ਤੌਰ ਤੇ ਸਾਡੇ ਪ੍ਰਵਾਸੀ ਭਾਰਤੀਆਂ ਲਈ ਵੀ ਹੈ ਔਰ ਸਾਡੇ ਨਾਲ ਦੇ ਸੂਬੇ ਦੇ ਵਿੱਚ ਰਕਿੰਦਿਆਂ ਲਈ ਵੀ ਹੈਗਾ ਤੇ ਪੰਜਾਬ ਦੇ ਲੋਕਾਂ ਲਈ ਵੀ ਹੈ ਔਰ ਨਵੀਂ ਸਰਕਾਰਾਂ ਔਣਡਾਲ ਬੜੀਆਂ ਚੁਣੌਤੀਆਂ ਬੜਾ ਕੁਝ ਨਵਾਂ ਸ਼ਾਮਲ ਹੋਇਆ ਤਾਂ ਅੱਜ ਸੰਜੀਤ ਜੀ ਮੈਨੂੰ ਲੱਗਦਾ ਕਿ ਕਿੱਥੋਂ ਤੁਸੀਂ ਸ਼ੁਰੂ ਕਰੋ ਮੈਂ ਸੋਚਦਾ ਕਿ ਜਿਹੜੇ ਆਪਣੇ ਪ੍ਰਵਾਸੀ ਭਾਰਤੀ ਨੇ ਬਾਹਰ ਬੈਠੇ ਸੜਾ ਪਾਈਚਾਰਾ ਉਹ ਕਹਿੰਦੇ ਨੇ ਕਿ ਪੰਜਾਬ ਦੇ ਵਿੱਚ ਕੁਝ ਪ੍ਰਾਪਰਟੀਆਂ ਨੂੰ ਲੈ ਕੇ ਉਹਨਾਂ ਦੇ ਝਗੜੇ ਨੇ ਹਾਲਾਂਕਿ ਉਹਨਾਂ ਨੂੰ ਉਮੀਦਾਂ ਬਣੀਆਂ ਨੇ ਕਿ ਸਰਕਾਰ ਆਈ ਹੈ ਨਵੇਂ ਕਾਨੂੰਨ ਬਣਨਗੇ ਪੁਰਾਣੇ ਝਗੜੇ ਜਿਹਨਾਂ ਦਾ ਹੱਲ ਮਿਲੂਗਾ ਪ੍ਰਾਪਰਟੀ ਨੂੰ ਲੈ ਕੇ ਕਬਜ਼ੇ ਹੋ ਜਾਂਦੇ ਨੇ ਕੁਝ ਨਵਾਂ ਲੈਣਾ ਚਾਹੁੰਦੇ ਨੇ ਕੁਝ ਪੁਰਾਣੇ ਆ ਜਿਹੜੀਆਂ ਪ੍ਰੋਬਲਮਸ ਨੇ ਉਹਨਾਂ ਨੂੰ ਨਜਿੱਠਣਾ ਚਾਹੁੰਦੇ ਨੇ ਇਨਵੈਸਟਮੈਂਟ ਵੀ ਕਰਨਾ ਚਾਹੁੰਦੇ ਨੇ ਕਿ ਸਾਰਾ ਮਾਹੌਲ ਸੁਖਾਵਾਂ ਹੋਵੇ ਨਵੀਂ ਸਰਕਾਰ ਆਈ ਅਤੇ ਅਸੀਂ ਆਪਣੇ ਸੂਬੇ ਦੇ ਵਿੱਚ ਆਪਣਾ ਬਣਦਾ ਯੋਗਦਾਨ ਪਾ ਕੇ ਆਪਣੇ ਸੂਬੇ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਪਰ ਉਹ ਜੋ ਡਰ ਹੈ ਨਾ ਕਿਸੇ ਵੀ ਤਰ੍ਹਾਂ ਦਾ ਡਰ ਹੋ ਸਕਦਾ ਹੈ ਤੇ ਉਸ ਡਰ ਨੂੰ ਦੂਰ ਕਰਨਾ ਚਾਹੁੰਦੇ ਨੇ ਤਾਂ ਕਿ ਖੁੱਲ ਕੇ ਖੇਡ ਸਕਣ ਸੋ ਸਭ ਤੋਂ ਪਹਿਲਾਂ ਤਾਂ ਅਸੀਂ ਦੇ ਉੱਤੇ ਫੋਕਸ ਕਰੀਏ ਕਿ ਜਿਹੜੇ ਉਹਨਾਂ ਦੇ ਪ੍ਰਾਪਰਟੀ ਦੇ ਝਗੜੇ ਨੇ ਉਹਨਾਂ ਦੀ ਪ੍ਰਾਪਰਟੀਆਂ ਦੇ ਉੱਤੇ ਕਬਜ਼ੇ ਹੋਏ ਹੋਏ ਨੇ ਕਈ ਐਸੇ ਮਸਲੇ ਨੇ ਜੋ ਹੱਲ ਨਹੀਂ ਹੁੰਦੇ ਪਏ ਤਾਂ ਕਾਨੂੰਨ ਕੀ ਕਹਿੰਦਾ ਹੈ ਕਾਨੂੰਨ ਦੇ ਮੁਤਾਬਿਕ ਉਹ ਕਿਦਾਂ ਸੋਲੂਸ਼ਨ ਮਿਲੇ ਇਸ ਨੂੰ ਲੈ ਕੇ ਕਾਫੀ ਚਿੰਤਾ ਰਹਿੰਦੀ ਉਹਨਾਂ ਨੂੰ ਅ ਮੇਰਾ ਖਿਆਲ ਆ ਸੰਜੀਪ ਜੀ ਤੁਸੀਂ ਬੜੀ ਵਧੀਆ ਗੱਲ ਕੀਤੀ ਇਸ ਕਰਕੇ ਕਿ ਤੁਸੀਂ ਉਹਨਾਂ ਲੋਕਾਂ ਤੋਂ ਗੱਲ ਸ਼ੁਰੂ ਕਰ ਰਹੇ ਜੇ ਇਸ ਪ੍ਰੋਗਰਾਮ ਦੇ ਜਿਹੜੇ ਲੋਕ ਸਾਡੇ ਤੋਂ ਬਹੁਤ ਦੂਰ ਬੈਠੇ ਔਰ ਉਹ ਇੰਨਾ ਮੁਸ਼ਕਲਾਂ ਨਾਲ ਬੜਾ ਦੇਰ ਤੋਂ 2-4 ਹੋ ਰਿਹਾ ਅੱਜ ਨਹੀਂ ਕਿੰਨੀਆਂ ਸਰਕਾਰਾਂ ਆਈਆਂ ਤੇ ਉਹਨਾਂ ਦੀਆਂ ਜਾਇਦਾਦ ਜਿਹੜੀਆਂ ਉੱਥੇ ਜਿਹੜੀਆਂ ਨਿੱਜੀ ਜਾਇਦਾਦ ਉਹਨਾਂ ਦੇ ਕਾਰਨ ਹੈਗਾ ਜ਼ਮੀਨ ਹੈ ਉਹਦੇ ਵਿੱਚ ਉਹਨਾਂ ਕੋਲ ਬੜੀ ਜਾਇਦਾਦ ਬਹੁਤ ਜ਼ਿਆਦਾ ਛੱਡ ਕੇ ਗਏ ਜਿਹੜੇ ਔਰ ਉਹਦੇ ਵੱਲ ਜਿਹੜੀ ਆਖਾ ਲੋਕਾਂ ਦੀ ਜਿਹੜੇ ਉਹਨਾਂ ਦੇ ਖਾਸ ਰਿਸ਼ਤੇਦਾਰ ਨੇ ਜਾਂ ਖਾਸ ਤੌਰ ਤੇ ਉਹਨਾਂ ਦੇ ਕੋਈ ਨੇੜਤਾ ਰੱਖਦੇ ਜਿਨ੍ਹਾਂ ਨੂੰ ਉਹਨਾਂ ਨੇ ਕੇ ਟੋਕਰ ਟੇਕਰ ਤੌਰ ਤੇ ਰੱਖਿਆ ਜਾਂ ਨਾਲ ਉਹਨਾਂ ਨੂੰ ਉਹਨਾਂ ਨੇ ਅਟਾਰਨੀ ਦੇ ਕੇ ਗਏ ਆ ਕਿ ਤੁਸੀਂ ਇਹਦਾ ਵੇਚ ਵੀ ਸਕਦੇ ਜੇ ਸਾਡੇ ਨਾਂ ਤੇ ਜਾਂ ਸਾਡੇ ਜੋ ਇਹਨੂੰ ਸੰਭਾਲ ਸਕਦੇ ਜੀ ਉਹ ਜਿਹੜੀ ਪਾਵਰ ਦਿੱਤੀ ਪਾਵਰ ਆਫ ਅਟਾਰਨੀ ਦਿੱਤੀ ਆ ਉਹਦਾ ਵੀ ਲੋਕਾਂ ਨੇ ਨਜ਼ਾਇਜ਼ ਫਾਇਦਾ ਲਿਆ ਤੇ ਇਹ ਮੈਨੂੰ ਲੱਗਦਾ ਹੈ ਕਿ 2010 ਤੋਂ ਇੱਕ ਕਾਨੂੰਨ ਬਣਿਆ ਸੀਗਾ ਪਰ ਉਹਦੇ ਵਿੱਚ ਕਈ ਥਰੁਟੀਆਂ ਰਹਿ ਗਈਆਂ ਲੋਕਾਂ ਨੂੰ ਉਹ ਥੋੜਾ ਜਿਹੜਾ ਕਾਨੂੰਨ ਚਾਹੁੰਦੇ ਸੀ ਉਹ ਨਹੀਂ ਮਿਲਿਆ ਪ੍ਰਵਾਸੀ ਭਾਰਤੀਆਂ ਨੂੰ ਹੁਣ ਇੱਕ ਇਹਨੂੰ ਬਣਾਇਆ ਗਿਆ ਇਹ ਨਾਪਾ ਦੇ ਨਾਂ ਤੇ ਹੈਗਾ ਨਾਰਥ ਅਮਰੀਕਨ ਪੰਜਾਬ ਐਸੋਸੀਏਸ਼ਨ ਜਿਹਦੇ ਕਨਵੀਨਰ ਇਹਦੇ ਚਾਰਲਸ ਨੇ ਸਤਨਾਮ ਸਿੰਘ ਚਾਲ ਔਰ ਉਹਨਾਂ ਨੇ ਇਹਦੇ ਚ ਬੜੀ ਜਦੌਜਾਦ ਕੀਤੀ ਹੈ ਲੋਕਾਂ ਨੂੰ ਸਮਝਾਇਆ ਵੀ ਹੈ ਜਿਹੜੇ ਲੋਕ ਇੱਥੇ ਧੋਖਾबाजी ਕਰ ਰਹੇ ਆ ਸਾਡੇ ਪ੍ਰਵਾਸੀ ਭਾਰਤੀਆਂ ਨਾਲ ਕਿਉਂਕਿ ਲੋਕ ਉੱਥੇ ਬੈਠੇ ਆ ਉਹ ਹੁਣ ਜਦੋਂ ਆਉਂਦੇ ਨੇ ਤੇ ਇੱਥੇ ਆਪਣੀ ਇਨਵੈਸਟਮੈਂਟ ਘਟ ਕਰ ਰਹੇ ਨੇ ਬਿਲਕੁਲ ਜਦਾ ਪੈਸਾ ਨਹੀਂ ਖਰਚ ਕਰ ਰਹੇ ਉਹ ਵੀ ਸਮਾਂ ਸੀ ਜਦੋਂ ਪਿੰਡਾਂ ਚ ਜਾ ਕੇ ਉਹਨਾਂ ਨੇ ਸਕੂਲ ਵੀ ਬਣਾਇਆ ਸੜਕਾਂ ਵੀ ਬਣਾਈਆਂ ਔਰ ਜਾ ਕੇ ਬੱਚਿਆਂ ਲਈ ਉਹਨਾਂ ਨੇ ਖੇਡ ਮੇਲੇ ਵੀ ਲਾਏ ਆ ਜਿੱਥੇ ਕਬੱਡੀ ਵੀ ਇੱਥੇ ਕਰਾਉਂਦੇ ਰਹੇ ਆ ਔਰ ਨਸ਼ੇ ਦੇ ਨਾਲ ਵੀ ਉਹ ਜੁੜੇ ਰਹੇ ਆ ਕਿ ਨਸ਼ੇ ਨੂੰ ਦੂਰ ਕਰ ਲਈ ਨਸ਼ਾ ਮੁਕਤ ਪੰਜਾਬ ਕਰਨ ਲਈ ਉਹਨਾਂ ਨੇ ਬੜੀ ਮਿਹਨਤ ਕੀਤੀ ਜਦਾਜਤ ਬਹੁਤ ਕੀਤੀ ਬਹੁਤ ਜਦਾਜਤ ਕੀਤੀ ਹੈ ਕਿਉਂਕਿ ਪ੍ਰਵਾਸੀ ਭਾਰਤੀਆਂ ਨੂੰ ਪਤਾ ਕਿ ਸਾਡਾ ਪੰਜਾਬ ਹੈ ਇਹਨੂੰ ਖੁਸ਼ਹਾਲ ਕਰਨਾ ਹਰ ਸਰਕਾਰ ਨੇ ਉਹਨਾਂ ਪਰ ਕਿਉਂ ਨਹੀਂ ਇਹ ਸਾਰੀਆਂ ਸਰਕਾਰਾਂ ਉਹਨਾਂ ਦੇ ਨਾਲ ਜਿਹੜੇ ਜੁੜਦੇ ਮਾਮਲੇ ਨੇ ਜਿਨ੍ਹਾਂ ਤੋਂ ਉਹਨਾਂ ਨੂੰ ਇਹ ਰਹੀ ਹੈ ਹਮੇਸ਼ਾ ਨਰਾਸ਼ਾ ਰਹੀ ਹੈ ਕਿ ਇਹ ਸਾਡੀ ਜਾਇਦਾਦ ਜਿਹੜੀ ਹੈ ਇਹ ਲੋਕਾਂ ਦੇ ਵਾਸਤ ਪੈ ਗਈ ਹੈ ਲੋਕ ਨੂੰ ਵੇਚ ਕੇ ਖਾ ਰਹੀ ਹੈ ਉਹਦੇ ਵਿੱਚ ਕੀ ਹੁੰਦਾ ਕਿ ਬਲਕਾਰ ਜੀ ਕੇ ਲੋਕਾਂ ਨੂੰ ਇਹ ਹੁੰਦਾ ਹੈ ਖਾਸ ਕਰਕੇ ਜਿਹੜੇ ਪ੍ਰਾਪਰਟੀ ਦੇ ਮੈਟਰਸ ਨੂੰ ਡੀਲ ਕਰਦੇ ਨੇ ਕਿ ਉਹ ਬਾਹਰ ਰਹਿੰਦੇ ਨੇ ਉਹਨਾਂ ਨੂੰ ਨਾ ਇੱਥੋਂ ਦੇ ਰੇਟਸ ਦਾ ਪਤਾ ਇਸ ਕਰਕੇ ਜਿਸ ਮਰਜ਼ੀ ਰੇਟ ਉਹਨਾਂ ਨੂੰ ਕਹਿ ਦਿਓ ਉਹਨਾਂ ਨੇ ਮੰਨ ਲੈਣਾ ਕਿਉਂਕਿ ਉਹ ਵਿਸ਼ਵਾਸ ਕਰਦੇ ਨੇ ਸਾਫ਼ ਦਿਲ ਦੇ ਲੋਕ ਨੇ ਦੂਜੀ ਗੱਲ ਇਹ ਆ ਕਬਜ਼ਾ ਕਰ ਲੋ ਉੱਥੋਂ ਕਿਹੜਾ ਆਉਣਗੇ ਉਹ ਕਿਹੜਾ ਇੱਥੇ ਕੇਸ ਲੜਨਗੇ ਤੇ ਇੱਥੇ ਆ ਕੇ ਉਹਨਾਂ ਨੂੰ ਹਮੇਸ਼ਾ ਡਰ ਲੱਗਦਾ ਕਿ ਕਿਸੇ ਝੂਠੇ ਕੇਸ ਚ ਨਾ ਕੋਈ ਫਸਾ ਦੇਵੇ ਕਿਤੇ ਕੋਈ ਝਗੜੇ ਨਾ ਹੋ ਜਾਣ ਕੋਈ ਖੇਬਾਜ਼ੀ ਆ ਕਿਉਂਕਿ ਉਹ ਤਾਂ ਆਏ ਨੇ ਆਪਣੇ ਕੰਮ ਥੋੜੇ ਦਿਨਾਂ ਵਾਸਤੇ ਆਪਣਾ ਇੰਜੋਏ ਕਰਨ ਵਾਸਤੇ ਕਿ ਚਲੋ ਆਪਣਾ ਪਿੰਡ ਵੇਖ ਕੇ ਆਈਏ ਜਾਂ ਆਪਣੇ ਪਰਿਵਾਰ ਨੂੰ ਨਾਲ ਲੈ ਕੇ ਉਹ ਦਿਖਾਉਣ ਆਉਂਦੇ ਨੇ ਦੇਖੋ ਆ ਸਾਡਾ ਪਿੰਡ ਆ ਇੱਥੋਂ ਆਪਾਂ ਗਏ ਸੀ ਇੱਥੇ ਆਪਣੇ ਬਾਪੂ ਜੀ ਹੁਣੀ ਰਹਿੰਦੇ ਸੀ ਦਾਦਾ ਜੀ ਹੁਣੀ ਰਹਿੰਦੇ ਸੀ ਪੁਰਖੇ ਰਹਿੰਦੇ ਸੀ ਯਾ ਪਾਕਿਸਤਾਨ ਤੋਂ ਆ ਕੇ ਇੱਥੇ ਵਸੇ ਆ ਆਪਾਂ ਤਾਂ ਇਹ ਇਹ ਇੱਥੇ ਆ ਕੇ ਕੋਈ ਨਵਾਂ ਹੀ ਝਗੜਾ ਉਹਨਾਂ ਦੀ ਰਾਹ ਤੱਕਦਾ ਹੋਵੇ ਤੇ ਆ ਕੇ ਕਿਸੇ ਪਸੂੜੀ ਚ ਪੈ ਜਾਣ ਤੇ ਫਿਰ ਬਾਅਦ ਵਿੱਚ ਨਾ ਉਧਰ ਜੋਗੇ ਤੇ ਨਾ ਇੱਧਰ ਜੋਗੇ ਇਸ ਕਰਕੇ ਕਹਿੰਦੇ ਚਲੋ ਜੀ ਇੱਥੇ ਟਿਕੇ ਰਹੋ ਇੱਥੇ ਆ ਕੇ ਅਸੀਂ ਆਪਣੀ ਬੜੀ ਮਿਹਨਤ ਕੀਤੀ ਐ ਬੜਾ ਫਿਊਚਰ ਸੈੱਟ ਕੀਤਾ ਐ ਫੈਮਿਲੀ ਇੱਥੇ ਆਪਾਂ ਕੀ ਲੈਣਾ ਉੱਥੇ ਜਾ ਕੇ ਜੱਬ ਖਾਣੇ ਚ ਤਾਂ ਉਹਨਾਂ ਦਾ ਦਿਲ ਨਹੀਂ ਮੰਨਦਾ ਪਰ ਜਦੋਂ ਇੱਥੇ ਸਾਰਾ ਕੋਈ ਸਿਕਿਉਰਿਟੀ ਹੋ ਜਾਊਗੀ ਉਹਨੂੰ ਸੇਫ ਲੱਗੂਗਾ ਮਾਫੀਆ ਨਹੀਂ ਹੈਗਾ ਕਿਸੇ ਤਰ੍ਹਾਂ ਦਾ ਕੋਈ ਗਲਤ ਅਨਸਰ ਨਹੀਂ ਹੈਗਾ ਕੋਈ ਗਲਤ ਕੰਮ ਨਹੀਂ ਹੁੰਦਾ ਉਹਨਾਂ ਦੀ ਜਾਇਦਾਦ ਸੇਫ ਆ ਉਹਨਾਂ ਦਾ ਪੈਸਾ ਥੇਲਾ ਸੇਫ ਹੈ ਉਹਨਾਂ ਦਾ ਪਰਿਵਾਰ ਸੇਫ ਹੈ ਕਿਸੇ ਝੂਠੇ ਕਿਸੇ ਦਾ ਕੋਈ ਡਰ ਨਹੀਂ ਕਿ ਤੇ ਕੋਈ ਲੜਾਈ ਝਗੜਾ ਕੋਈ ਖੇ ਬਾਜ਼ੀ ਨਹੀਂ ਤਾਂ ਵਾਕਈ ਜਦੋਂ ਸਟੇਬਿਲਟੀ ਹੋਊਗੀ ਤਾਂ ਆਪੇ ਉਹ ਪੂੰਜੀ ਨਿਵੇਸ਼ ਕਰਨਗੇ ਆਪੇ ਆਉਣਗੇ ਇੱਥੇ ਪੈਸਾ ਲਗਾਉਣਗੇ ਕਿਉਂਕਿ ਉਹ ਵੀ ਚਾਹੁੰਦੇ ਨੇ ਕਿ ਪੰਜਾਬ ਦੇ ਵਿੱਚ ਇਨਵੈਸਟ ਕਰੀਏ ਔਰ ਹਮੇਸ਼ਾ ਹਰ ਐਨ ਆਰ ਆਈ ਚਾਹੁੰਦਾ ਹੁੰਦਾ ਹੈ ਕਿ ਮੇਰੇ ਬੱਚੇ ਹਰ ਸਾਲ ਇੱਕ ਵਾਰੀ ਢੇੜਾ ਜ਼ਰੂਰ ਮਾਰ ਕੇ ਜਾਣ ਪੰਜਾਬ ਦਾ ਤਾਂ ਕਿ ਉਹਨਾਂ ਨੂੰ ਆਪਣੀਆਂ ਜੜ੍ਹਾਂ ਦਾ ਪਤਾ ਲੱਗੇ ਆਪਣੇ ਸੱਭਿਆਚਾਰ ਦਾ ਪਤਾ ਲੱਗੇ ਔਰ ਐਸੀ ਚੀਜ਼ ਨੂੰ ਲੈ ਕੇ ਉਹ ਜੀਉਂਦੇ ਨੇ ਜਿੱਥੇ ਵੀ ਵਸਦੇ ਨੇ ਪੂਰੀ ਦੁਨੀਆ ਦੇ ਵਿੱਚ ਤੇ ਵਸਦੇ ਰਹਿਣ ਰੱਬ ਕਰੇ ਸੁੱਖ ਸੰਧੀ ਆਪਣੇ ਖੁਸ਼ਹਾਲ ਰਹਿਣ ਆਪਣੇ ਪਰਿਵਾਰਾਂ ਦੇ ਵਿੱਚ ਪਰ ਇਹਦੇ ਵਿੱਚ ਇਹ ਦੂਜੀ ਗੱਲ ਹੈਗੀ ਕਿ ਜੇ ਅਸੀਂ ਗੱਲ ਕਰੀਏ ਤਿੰਨਾਂ ਆਪਣੇ ਜਿਹੜੇ ਖਿੱਤੇ ਆ ਤੇ ਹਾਂਜੀ ਜਿਹਨਾਂ ਚ ਦੁਆਬਾ ਅੱਜ ਆਪਾਂ ਬੈਠੇ ਆ ਜਲੰਧਰ ਇਹਦੇ ਨਾਲ ਔਰ ਜਲੰਧਰ ਦੇ ਆਸ-ਪਾਸ ਦੇ ਪਿੰਡਾਂ 'ਚ ਬਹੁਤ ਲੋਕ ਜਿਹੜੇ ਆ ਪ੍ਰਵਾਸੀ ਭਾਰਤੀ ਆ ਬਹੁਤ ਬਾਹਰਲੇ ਦੇਸ਼ਾਂ 'ਚ ਵਸੇ ਆ ਹਾਂਜੀ ਅਮਰੀਕਾ 'ਚ ਵੀ ਆ ਕੈਨੇਡਾ 'ਚ ਵੀ ਆ ਇੰਗਲੈਂਡ 'ਚ ਵੀ ਆ ਜਰਮਨ 'ਚ ਵੀ ਆ ਯੂਕੇ 'ਚ ਵੀ ਆ ਸਾਰੇ ਕੰਟਰੀਜ਼ 'ਚ ਵਸੇ ਆ ਸਭ ਤੋਂ ਪਹਿਲਾਂ ਇਹ ਦੁਆਬਾ ਗਿਆ ਬਾਹਰਲੇ ਦੇਸ਼ਾਂ 'ਚ ਉਸ ਤੋਂ ਬਾਅਦ ਫਿਰ ਮੱਝ ਆ ਗਿਆ ਮੱਝ ਤੋਂ ਬਾਅਦ ਫਿਰ ਮਾਲਵਾ ਮਾਲਵੇ 'ਚ ਲੋਕਾਂ ਕੋਲ ਜ਼ਮੀਨ ਬਹੁਤ ਜ਼ਿਆਦਾ 250 300 ਕਲਾ ਜ਼ਮੀਨ ਆ ਪਰ ਹੈ ਰੇਤਾਂ ਹਾਂਜੀ ਆ ਜ਼ਮੀਨ ਜਿਹੜੀ ਆ ਠੀਕ ਆ ਦੁਆਬਾ ਵਾ ਜ਼ਰਖੇ ਸੱਚ ਦੋ ਦਰਿਆਵਾਂ ਦੇ ਵਿਚਕਾਰ ਦਾ ਇਲਾਕਾ ਆ ਪਜਾਊਗਾ ਮੱਝ ਦੀ ਜ਼ਮੀਨ ਤਾਂ ਉਹ ਬੰਨਨ ਉਹ ਕੌਮ ਨੇ ਨਿਯਮਿਤ ਤਨ ਘਟ ਦਿੱਤਾ ਉਹ ਬਾਅਦ ਚ ਗਏ ਆ ਪਰ ਸਭ ਤੋਂ ਪਹਿਲਾਂ ਅਸਲ ਵਿੱਚ ਬਾਕੀ ਕੰਟਰੀਆਂ ਚ ਜਿਹੜੇ ਐਸਟੈਬਲਿਸ਼ ਨੇ ਜਿਹੜੇ ਉੱਥੇ ਆਪਣੀ ਸਮਰੱਥਾ ਦਿਖਾ ਰਿਆ ਜਨਾਂ ਕੋ ਬੜੇ ਅਮੀਰ ਕਰਾਣੇ ਆ ਉਹ ਉੱਥੇ ਬਸੇ ਆ ਪਰ ਉਹਨਾਂ ਦਾ ਜਿਹੜਾ ਪਿੱਛੇ ਆ ਉਹੰਦਾ ਵੀ ਘਰ ਵਾਲਾ ਘਰ ਨਹੀਂ ਤੇ ਸਾਨੂੰ ਕਿਸੇ ਦਾ ਡਰ ਨਹੀਂ ਆਹੀ ਗੱਲ ਹੈ ਨਾ ਉਹ ਹੁਣ ਘਰ ਚ ਜਿੱਦਾਂ ਹੁਣ ਬਹੁਤ ਪਿੰਡ ਨੇ ਅਰਮਿੱਦੀ ਪਿੰਡ ਆ ਨਾਲ ਇੱਥੇ ਹੋਰ ਵੀ ਬੜੇ ਪਿੰਡ ਆ ਇੱਧ ਗਿਰਦ ਜਿਹੜੇ ਚ ਬਹੁਤ ਵੱਸੂ ਬਾਹਰਲੇ ਦੇਸ਼ਾਂ ਚ ਪਰ ਖਾਸ ਤੌਰ ਤੇ ਉਹਨਾਂ ਦੀ ਕੰਪਲੇਂਟ ਸ਼ਿਕਾਇਤਾਂ ਇਹ ਹੀ ਹੁੰਦੀਆਂ ਕਿ ਸਾਡੀ ਜਾਇਦਾਦ ਹੜੱਪ ਕਰ ਲਈਆ ਕੋਈ ਰਿਸ਼ਤੇਦਾਰ ਨੇ ਕਰ ਲਈਆ ਕੋਈ ਆਂਡੀ ਗਵਾਂਡੀ ਪੈ ਗਿਆ ਜਿਹਦੇ ਚ ਜ਼ਮੀਨ ਐਗਰੀਕਲਚਰ ਜਿਹਦੇ ਚ ਘਰ ਆ ਉਹਨਾਂ ਦੇ ਵਿੱਚ ਜਿਹਦੇ ਚ ਉਹਨਾਂ ਦੇ ਟਰੈਕਟਰ ਆ ਪੁਰਾਣੇ ਪਏ ਜਿਹਨਾਂ ਚ ਹੋਰ ਸਮਾਨ ਪਿਆ ਸਾਜੋ ਸਮਾਨ ਉਹ ਲੋਕਾਂ ਨੇ ਆਪਣੇ ਕਬਜ਼ੇ ਚ ਲੈ ਲਿਆ ਹੁਣ ਇਹ ਗੱਲ ਵੇਖੋ ਜੇ ਕਿ ਤੁਹਾਨੂੰ ਕੋਈ ਕਹਿ ਜਾਂਦਾ ਵੀ ਯਾਰ ਇਹਦਾ ਮੈਂ ਤੁਸੀਂ ਜ਼ਿੰਮੇਵਾਰ ਜੀ ਥੋੜਾ ਧਿਆਨ ਰੱਖੋ ਜੀ ਜਿੰਨਾਂ ਆਵਾਂਗੇ ਵੇਖਾਂਗੇ ਹੁਣ ਉਹ ਜਦੋਂ ਵਿਚਾਰੇ ਆਉਂਦੇ ਆ ਉਹ ਹੁਣ ਵਿਚਾਰੇ ਕੁਝ ਬਹੁਤ 올ਡ ਹੋ ਚੁੱਕੇ ਆ ਉਹਨਾਂ ਦੀ ਅਗਲੀ ਜਨਰੇਸ਼ਨ ਜਿਹੜੀ ਉਹਨਾਂ ਨੂੰ ਬਹੁਤਾ ਫਿਕਰ ਨਹੀਂ ਉਹ ਘਟ ਆਉਂਦੇ ਕਿਉਂਕਿ ਜਿਹੜੀ ਅਗਲੀ ਜਨਰੇਸ਼ਨ ਆ ਜਿਹੜਾ ਯੂਥ ਮੁੰਡੇ ਆ ਉਹਨੋਂ ਉੱਥੋਂ ਦੇ ਕਲਚਰ ਨਾਲ ਮਿਕਸ ਅਪ ਹੋ ਗਏ ਆ ਹੁਣ ਉਹਨਾਂ ਨੂੰ ਇੱਥੇ ਆਉਣ ਦੀ ਬਹੁਤੀ ਤਾਂਗ ਨਹੀਂ ਕਦੀ ਵਰੀ ਆਉਂਦੇ ਆ ਮੇਲੇ ਤੇ ਆਗੇ ਕਿਸੇ ਵਿਆਹ ਤੇ ਆਗੇ ਗਾਹਬ ਗਾਏ ਘਟ ਆਉਂਦੇ ਪਰ ਜਿਹੜੇ ਪੁਰਾਣੇ ਲੋਕ ਨੇ ਜਿਨ੍ਹਾਂ ਦੀ ਜ਼ਾਇਦਾਦ ਆਪਣੀ ਆ ਉਹ ਨਹੀਂ ਛੱਡਣਗੇ ਕਿਉਂਕਿ ਜਦੋਂ ਆਪਾਂ ਆਪਣੀ ਜ਼ਾਇਦਾਦ ਆਪਣੇ ਪੂਰਵਜ ਦੀ ਜਾਂ ਆਪਣੇ ਮਾਪਿਆਂ ਦੀ ਜ਼ਾਇਦਾਦ ਹੁੰਦੀ ਆ ਆਪਾਂ ਨੂੰ ਉਹਦੇ ਸੁਪਨੇ ਆਉਂਦੇ ਆ ਜਿੱਥੋਂ ਦਾ ਜੰਪਾਲ ਹੁੰਦਾ ਜਿੱਥੋਂ ਦਾ ਸਾਰਾ ਏਰੀਆ ਹੁੰਦਾ ਉਹ ਹੁੰਦਾ ਉਹਨੂੰ ਆਪਣਾ ਘਰ ਛੱਡਣਾ ਬਹੁਤ ਔਖਾ ਹੁੰਦਾ ਉਹ ਆਉਂਦੇ ਵੀ ਆ ਜਾਂਦੇ ਵੀ ਆ ਸਾਰਾ ਕੁਝ ਹੈਗਾ ਪਰ ਇਸ ਲਈ ਸਰਕਾਰਾਂ ਜੀ ਦੇਖਣ ਧਿਆਨ ਦੇਣ ਮੌਜੂਦਾ ਸਰਕਾਰ ਧਿਆਨ ਦੇਵੇ ਬਾੜ ਕੇਂਦਰ ਸਰਕਾਰ ਵੀ ਧਿਆਨ ਦੇਵੇ ਤੇ ਉਹ ਬੜਾ ਸੌਖਾ ਤਰੀਕੇ ਨਾਲ ਆਉਣਗੇ ਔਰ ਪੰਜਾਬ ਦੀ ਹੈਲਪ ਕਰਨਗੇ ਪੰਜਾਬ ਨੂੰ ਖੁਸ਼ਹਾਲ ਬਣਾਉਣਗੇ ਪੰਜਾਬ ਦੀ ਜਨ ਕਲ ਵਧੂਗੀ ਸਾਰਾ ਕੁਝ ਵਧ ਦੇਖੋ ਨਾ ਗਵਰਨਮੈਂਟ ਆਫ ਵਿਡਿਆ ਵੱਲੋਂ ਵੀ ਇੱਕ ਪ੍ਰਵਾਸੀ ਭਾਰਤੀ ਦਿਵਸ ਮਨਾਇਆ ਜਾਂਦਾ ਜਿਹਦੇ ਵਿੱਚ ਉਹਨਾਂ ਨੂੰ ਅਸੀਂ ਸਨਮਾਨਤ ਵੀ ਕਰਦੇ ਆ ਤੇ ਹਲਾਸ਼ੇਰੀ ਵੀ ਦਿੰਨੇ ਆ ਨਵੀਂ ਨਵੀਆਂ ਪਾਲਿਸੀਆਂ ਵੀ ਲੈ ਕੇ ਆਉਨੇ ਆ ਤਾਂ ਕਿ ਉਹ ਇੱਥੇ ਆ ਕੇ ਇਨਵੈਸਟਮੈਂਟ ਕਰਨ ਪਰ ਜੋ ਉਹਨਾਂ ਦੀ ਰਿਕੁਆਇਰਮੈਂਟ ਹੈ ਜੋ ਉਹਨਾਂ ਦੀ ਜ਼ਰੂਰਤ ਹੈ ਜੋ ਇੱਛਾ ਹੈ ਉਹ ਵੀ ਸਾਨੂੰ ਪੂਰੀ ਕਰਨੀ ਪੈਗੀ ਐਵੇਂ ਤਾਂ ਨਹੀਂ ਨਾ ਉਹ ਆਪਣੀ ਗਾੜੀ ਕਮਾਈ ਆਪਣੇ ਖੂਨ ਪਸੀਨੇ ਦੀ ਕਮਾਈ ਇੱਥੇ ਇਨਵੈਸਟ ਕਰਨਗੇ ਜੇ ਉਹਨਾਂ ਨੂੰ ਕਿਸੇ ਤਰ੍ਹਾਂ ਦਾ ਕੋਈ ਖਤਰਾ ਹੋਏਗਾ ਪਰ ਜੇ ਇੱਥੇ ਸਭ ਕੁਝ ਸਖਾਵਾਂ ਮਾਹੌਲ ਹੈ ਸਰਕਾਰ ਵੱਲੋਂ ਪੂਰੀ ਸਿਕਿਉਰਿਟੀ ਦਿੱਤੀ ਜਾਂਦੀ ਹੈ ਪੂਰਾ ਐਡਮਿਨਿਸਟ੍ਰੇਸ਼ਨ ਪੂਰੀ ਬਿਲਕੁਲ ਪੁਖਤਾ ਚੱਲਦੀ ਪਈ ਹੈ ਤਾਂ ਵਾਕਈ ਕਿਉਂ ਨਹੀਂ ਆਉਣਗੇ ਉਹ ਆਉਣਗੇ ਉਹਨਾਂ ਦੀ ਆਪਣੀ ਜਨਮ ਭੂਮੀ ਆ ਜਨਮ ਭੂਮੀ ਆ ਇੱਥੇ ਜੜਾ ਨੇ ਉਹਨਾਂ ਦੀ ਆ ਤਾਂ ਕਿਉਂ ਨਹੀਂ ਆਉਣਗੇ ਪਰਿਵਾਰ ਉਹਨਾਂ ਦੇ ਇੱਥੇ ਆ ਸਾਰਾ ਪਰਿਵਾਰ ਭੈਣ ਭਰਾ ਸ਼ਰੀਕਾ ਭਾਈਚਾਰਾ ਸਾਰਾ ਕੁਝ ਇੱਥੇ ਹੀ ਆ ਉਹ ਚਾਹੁੰਦੇ ਅੱਗੇ ਸੀ ਉਹਨਾਂ ਨੂੰ ਮਿਲੀਏ ਦੋਸਤ ਯਾਰ ਬੇਲੀ ਮਤਲਬ ਸਾਰੇ ਕੁਝ ਇੱਥੇ ਹੀ ਆ ਦੋਸਤ ਸਾਂਝਾ ਕਰਦੇ ਆਗੇ ਦੋਸਤ ਸਾਂਝਾ ਕਰਦੇ ਹੁਣ ਉੱਥੇ ਪਤਾ ਇੱਕ ਪ੍ਰੋਬਲਮ ਹੋਰ ਵੀ ਹੈ ਉੱਥੇ ਲੈਂਗੁਏਜ ਪ੍ਰੋਬਲਮ ਵੀ ਹੈ ਕਿ ਕਮਿਊਨੀਕੇਟ ਨਹੀਂ ਕਰ ਸਕੋਗੇ ਲੋਕਾਂ ਨਾਲ ਜਿਹੜੇ ਲੋਕਾਂ ਨਾਲ ਇੱ ਗਿਆ ਸਾਰਾ ਕੁਝ ਹੈਗਾ ਪਰ ਉੱਥੇ ਤੁਹਾਡਾ ਸਭਿਆਚਾਰ ਤੁਹਾਡਾ ਦੁੱਖ ਸੁੱਖ ਤੁਹਾਡਾ ਲੋਕਾਂ ਨਾਲ ਜਿਹੜਾ ਮੇਲ ਜੋਲ ਉਹ ਨਹੀਂ ਲੱਭਣਾ ਜਿਹੜਾ ਹੈਗਾ ਤੁਹਾਡਾ ਲੋਕਾਂ ਨਾਲ ਤੁਸੀਂ ਬਹਿ ਕੇ ਸਾਰਾ ਕੁਝ ਐਕਸਪ੍ਰੈਸ ਕਰਦੇ ਜੇ ਉਹਨਾਂ ਦੀਆਂ ਗੱਲਾਂ ਸੁਣਦੇ ਜੇ ਬਚਪਨ ਦੀਆਂ ਗੱਲਾਂ ਕਰਦੇ ਜੇ ਜਦੋਂ ਵੀ ਕੋਈ ਇੱਥੇ ਆਉਂਦੇ ਆ ਨਾ ਪ੍ਰਵਾਸੀ ਭਾਰਤੀ ਸਭ ਤੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਪਿੰਡਾਂ 'ਚ ਹੈਗਾ ਕਿ ਕਿਸੇ ਪਿੰਡ 'ਚ ਉਹਨਾਂ ਦੇ ਨਾਨਕੇ ਆ ਕਿਤੇ ਦਾਦਕੇ ਬੈਠੇ ਆ ਕਿਤੇ ਸ਼ਰੀਕਾ ਭਾਈ ਜੱਰ ਬੈਠਾ ਭਾਈ ਉਹਨਾਂ ਨੂੰ ਦੋ ਦੋ ਮਹੀਨੇ ਤਾਂ ਮਿਲਦੇ ਹੀ ਲੱਗ ਜਾਂਦੇ ਆ ਜੇਕਰ ਕੋਈ ਪ੍ਰਵਾਸੀ ਭਾਰਤੀ ਆਉਂਦਾ ਤੁਸੀਂ ਫੋਨ ਕਰਦੇ ਨਾ ਤੁਸੀਂ ਕਹਿੰਦਾ ਜਿਵੇਂ ਵੇਲਾ ਨਹੀਂ ਜਿਉਂ ਪੁੱਛ ਕੀ ਗੱਲ ਕਹਿੰਦਾ ਯਾਰ ਦਿਨ ਤਾਂ ਛੋਟਾ ਹੈ ਪਰ ਮੇਰੇ ਕੋਲ ਮਿਲਣਾ ਗਿਲਣਾ ਬਹੁਤ ਵੱਡਾ ਉਹਦੀ ਗੱਡੀ ਤੇਜ਼ੀ ਨਾਲ ਚੱਲਦੀ ਹੈ ਲੋਕਾਂ ਕੋਲ ਜਾਂਦੀ ਹੈ ਲੋਕ ਮਿਲਦੇ ਵੀ ਆਉਂ ਭਗਤ ਕਰਦੇ ਵੀ ਆ ਔਰ ਖਾਸ ਤੌਰ ਤੇ ਵੈਲਕਮ ਕਰਦੇ ਲੋਕ ਪਿਆਰ ਦਿੰਦੇ ਆ ਲੋਕ ਆਉਂਦੇ ਵੀ ਆ ਪਰ ਰਹੀ ਗੱਲ ਜਿਹੜੀ ਨਵੀਂ ਜਨਰੇਸ਼ਨ ਦੀ ਉਹ ਬਹੁਤ ਘੱਟ ਆ ਰਹੀ ਕਿਉਂਕਿ ਉਹਨਾਂ ਦੀ ਅਜੇ ਲੈਂਗੁਏਜ ਦਾ ਵੀ ਫਰਕ ਪੈ ਗਿਆ ਸੱਭਿਆਚਾਰ ਦਾ ਵੀ ਫਰਕ ਪੈ ਗਿਆ ਖਾਣ ਪੀਣ ਦਾ ਵੀ ਪੈ ਗਿਆ ਉਹ ਖਾਣ ਪੀਣ ਨਹੀਂ ਮਿਲਣਾ ਜੋ ਉੱਥੇ ਮਿਲਦਾ ਉਹ ਭਾਵਨਾ ਨਹੀਂ ਮਿਲਣੀ ਜੋ ਉੱਥੇ ਮਿਲਣੀ ਹੈ ਪਰ ਜਿਹੜੇ ਬਜ਼ੁਰਗ ਨੇ ਜਿਹੜੇ 60 ਸਾਲ ਤੋਂ ਉੱਪਰ ਆ ਗਏ ਉਹਨਾਂ ਦਾ ਤਾਂ ਜੀ ਕਰਦਾ ਵੀ ਯਾਰ ਸੁਪਨਾ ਆਇਆ ਹੈ ਰਾਤੀ ਮੈਨੂੰ ਆਪਣੇ ਨਾਨਕਿਆਂ ਦਾ ਮੈਂ ਉੱਥੇ ਕਿਉਂ ਨਹੀਂ ਜਾਂਦਾ ਮੈਂ ਤਾਂ ਪੜਿਆ ਉੱਥੇ ਕਿ ਮੇਰੀ ਨਾਨੀ ਤੇ ਭਾਵੇਂ ਹੈ ਨਹੀਂ ਮਾਮੇ ਆ ਮਾਮਿਆਂ ਦੇ ਮੁੰਡੇ ਹੈਗੇ ਅੱਜ ਵੀ ਮੈਨੂੰ ਕੋ ਜਾਊਂਗਾ ਇਹ ਚੀਜ਼ਾਂ ਜਿਹੜੀਆਂ ਨਵੀਂ ਤਾਂਗ ਬਣਾਉਂਦੀਆਂ ਨਵੀਂ ਜਿਹੜੀ ਆ ਉਮੀਦ ਬਣਾਉਂਦੀਆਂ ਲੋਕਾਂ ਨੂੰ ਆਉਣ ਦੀ ਇਹ ਤਾਂ ਜ਼ਰੂਰੀ ਹੈ ਤੁਸੀਂ ਦੇਖੋ ਸੰਜੀਵ ਜੀ ਜੇ ਆਪਾਂ ਇੱਥੋਂ ਪੰਜਾਬ ਛੱਡ ਗਏ ਨਾ ਜਾਂ ਆਪਾਂ ਨਿਕਲ ਜਾਂਦੇ ਹਾਂ ਇੱਥੋਂ ਅਗਲੇ ਪਾਸੇ ਦਿੱਲੀ ਨੂੰ ਜਾ ਰਹੇ ਹਾਂ ਦਿੱਲੀ ਅੰਬਾਲਾ ਦੇ ਨੇੜੇ ਜਾਂਦੇ ਨੇ ਨਾ ਤੁਹਾਨੂੰ ਲੱਗਦਾ ਯਾਰ ਜਦੋਂ ਹਿੰਦੀ ਬੋਲ ਰਹੇ ਆ ਦੂਸਰੀ ਭਾਸ਼ਾ ਆ ਜਾਂਦੀ ਆ ਤੁਹਾਨੂੰ ਲੱਗਦਾ ਯਾਰ ਪੰਜਾਬ ਮੇਰਾ ਕੋਈ ਪੰਜਾਬੀ ਭਰਾ ਨਾਲ ਆ ਮੈਂ ਦੇਖਾਂ ਦਿੱਲੀ ਦੀਆਂ ਗਲੀਆਂ ਚ ਵੀ ਤੁਸੀਂ ਦੇਖਦੇ ਜੇ ਤੇ ਕਿਉਂਕਿ ਉੱਥੇ ਕਾਲੀ ਹੈ ਮਕੈਨੀਕਲ ਲਾਈਫ ਆ ਉੱਥੇ ਦਿੱਲੀ ਚ ਵੀ ਹਲੋ ਬੱਸ ਸੇਟੇ ਮਾੜਾ ਜਿਹਾ ਹੱਥ ਮਲਾਇਆ ਤੱਕ ਚਲੇ ਗਏ ਜੇ ਤਰ ਨਾਲ ਪੌੜੀਆਂ ਚ ਮਿਲ ਰਿਹਾ ਕੋਈ ਜੇ ਤੁਹਾਨੂੰ ਮਿਲ ਰਿਹਾ ਤਾਂ ਵੀ ਤੁਹਾਨੂੰ ਬਾਏ ਬਾਏ ਕਰੂਗਾ ਸੜਕ ਤੇ ਮਿਲ ਰਿਹਾ ਜਾਂਦਾ ਐ ਕਰੂਗਾ ਟਾਟਾ ਬਾਏ ਬਾਏ ਕਰਕੇ ਚਲ ਜੂਗਾ ਮੈਟਰੋ ਤੇ ਬੈਠੂਗਾ ਪਰ ਇੱਥੇ ਗੱਲ ਬੱਕੜੀ ਐ ਪਿਆਰਾ ਨਿੱਗੀ ਬਿਲਕੁਲ ਆਪਣਾ ਪਣਾ ਨਿੱਗੀ ਦੇਖੋ ਨਾ ਪਿਆਰ ਨਾਲ ਤੁਹਾਨੂੰ ਗੱਲ ਬੱਕੜੀ ਪਾਉਂਦੇ ਆ ਤੁਹਾਡੇ ਇੱਥੇ ਮਾੜੀ ਝੜੀਟ ਲੱਗੀ ਹੋਵੇ ਮੰਨ ਲਓ ਨਿੱਕੀ ਜੀ ਪੱਟੀ ਬੰਨੀ ਹੋਈ ਐ ਤੁਸੀਂ ਤੇ ਤੁਸੀਂ ਨਿਕਲ ਪੋ ਗਲੀ ਚ ਤੁਹਾਨੂੰ ਦੱਸਣੇ ਬਚਣਗੇ ਆ ਕੀ ਹੋ ਗਿਆ ਉਹ ਕਿੱਥੋਂ ਸੱਟ ਲਵਾ ਲਈ ਤਰ ਤਰ ਨਿਕਲ ਤਾ ਦੂਰ ਹੋ ਜਾਂਦਾ ਜਦ ਤਾ ਨਾਲ ਸ਼ੇਅਰ ਕਰ ਦਿਆ ਤੁਹਾਨੂੰ ਲੱਗਦਾ ਮੇਰੇ ਆਪਣੇ ਹੈਗੇ ਨੇ ਹਾਂ ਤੁਸੀਂ ਉਹ ਤੋਂ ਬਿਲਕੁਲ ਸਟੌਨ ਤੇ ਇੱਕ ਚੀਜ਼ ਹੋਰ ਹੈ ਬਲਕਾਰ ਜੀ ਕਿ ਇਹ ਬਾਹਰ ਜਦੋਂ ਗਿਆ ਪੰਜਾਬੀ ਭਾਈਚਾਰਾ ਵੱਖੋਂ ਵਸੋਂ ਉੱਥੇ ਜਾ ਕੇ ਬਣਾਈ ਆਪਣੀ ਦੇਖੋ ਉੱਥੇ ਵੀ ਮਿਲ ਕੇ ਰਹਿੰਦੇ ਨੇ ਬਿਲਕੁਲ ਜਿੰਨੇ ਪੰਜਾਬੀ ਨੇ ਉਹ ਸਾਰੇ ਮਿਲ ਕੇ ਕੋਈ ਕਮਿਊਨਿਟੀ ਬਣਾ ਕੇ ਕੋਈ ਫੰਕਸ਼ਨਸ ਤੇ ਇਕੱਠੇ ਹੋਣਾ ਦੁੱਖ ਸੁੱਖ ਉੱਥੇ ਵੀ ਸਾਂਝੇ ਨੇ ਉਹ ਪੰਜਾਬੀਏ ਛੱਡੀ ਨਹੀਂ ਹੈਗੀ ਫਿਰ ਮੇਲੇ ਕਰਵਾਉਣਗੇ ਵਿਰਾਸਤੀ ਮੇਲੇ ਕਰਵਾਉਣਗੇ ਉੱਥੇ ਸਾਰੇ ਇਕੱਠੇ ਹੋਣਗੇ ਜਿੱਥੇ ਜਾਂਦੇ ਨੇ ਇਹ ਆਪਣੀ ਜਗ੍ਹਾ ਆਪ ਬਣਾ ਲੈਂਦੇ ਤੁਸੀਂ ਜੇਸ ਵੀ ਦੇਸ਼ ਦੇਖੋ ਬਾਕੀ ਸਾਰੇ ਸੂਬਿਆਂ ਤੋਂ ਗਏ ਆ ਹਰ ਸੂਬੇ ਤੋਂ ਲੋਕੇ ਲਾਤੋਂ ਮ드ਰਾਸ ਤੋਂ ਕਨਾਟਕ ਤੋਂ ਹਨਾ ਬੰਗਲੌਰ ਤੋਂ ਲੋਕ ਬੈਠੇ ਹੁੰਦੇ ਉਹ ਆਪਣੇ ਕੰਮ ਕਰਦੇ ਕੰਪਨੀਆਂ 'ਚ ਪਰ ਜਿੱਥੇ ਪੰਜਾਬੀ ਬੈਠਾ ਹੋਗਾ ਤੁਸੀਂ ਦੇਖੋਗੇ ਉਹਦਾ ਰੋਹ ਉਹਦਾ ਬਹਿਣ ਉੱਠਣ ਉਹਦਾ ਉਹ ਲੱਗਦੀ ਗੱਲਬਾਤ ਕਰਕੇ ਸਾਰੇ ਅੰਗਰੇਜ਼ ਕਿਉਂ ਉਹਦੀਆਂ ਗੱਲਾਂ ਸੁਣ ਕੇ ਇਹਦੇ ਬੰਦਾ ਬੜੀ ਵਧੀਆ ਗੱਲ ਕਰ ਰਿਹਾ ਇਹ ਬੰਦਾ ਬੜਾ ਪਿਆਰ ਨਾਲ ਮਿਲ ਰਿਹਾ ਕਿਉਂਕਿ ਇਹ ਗੱਲ ਲਈ ਹੈਗਾ ਕਿ ਇਹ ਲੋਕ ਬੜੇ ਤਰੀਕੇ ਨਾਲ ਮਿਲਦੇ ਆ ਤਰੀਕੇ ਨਾਲ ਗੱਲ ਕਰਦੇ ਆ ਇਹਨਾਂ 'ਚ ਜਿਹੜਾ ਮਤਲਬ ਪਰ ਅਸੀਂ ਕੱਟ ਸਾਰਤ ਕੱਟ ਉਹ ਬੁਲਾਉਣਾ ਉਹਨਾਂ ਨੂੰ ਆਸਾਨ ਹੈ ਨਾ ਹੈਲੋ ਮਿਸਟਰ ਸਿੰਘ ਸਾਰੇ ਮਿਸਟਰ ਸਿੰਘ ਨੇ ਯਸ ਸੋ ਮੈਨੂੰ ਕਿਸੇ ਨੇ ਬੜੀ ਬੜੀ ਪਿਆਰੀ ਗੱਲ ਕਹੀ ਸੀ ਕਹਿੰਦੇ ਮੈਂ ਕਈ ਵਾਰ ਦੇਖਦਾ ਕਿ ਸਾਡੇ ਜਿਹੜੇ ਪੰਜਾਬੀ ਨੇ ਨਾ ਤੇ ਜਿਹੜਾ ਪਿੱਪਲ ਦਾ ਦਰਖਤ ਹੁੰਦਾ ਉਹਨਾਂ ਚ ਬੜੀ ਸਿਮਿਲਰਿਟੀ ਹੈ ਇੱਕੋ ਜਿਹਕੇ ਨੇ ਮੈਂ ਕਿਹਾ ਉਹ ਕਿਦਾਂ ਕਹਿੰਦਾ ਪਿੱਪਲ ਦਾ ਜਿਹੜਾ ਦਰਖਤ ਹੈ ਅ ਉਹ ਦੋਵਾਂ 'ਚ ਬੜੀ ਸਿਮਿਲੈਰਿਟੀ ਹੈ ਇੱਕੋ ਹੀ ਚੀਜ਼ ਆ ਕਿ ਜਿਵੇਂ ਪਿਪਲ ਦੀ ਜਿਹੜੀ ਜੜ੍ਹ ਹੁੰਦੀ ਆ ਉਹਨੂੰ ਮਾੜੀ ਜੀ ਜੜ੍ਹ ਨੂੰ ਜਿੱਥੇ ਮਰਜ਼ੀ ਸੁੱਟ ਦਿਓ ਉਹਨੇ ਉੱਗ ਪੈਣਾ ਉੱਥੇ ਓਵੇਂ ਪੰਜਾਬੀ ਨੇ ਉਹਨੂੰ ਜਿੱਥੇ ਮਰਜ਼ਾ ਜਿੱਥੇ ਮਰਜ਼ੀ ਛੱਡ ਆਓ ਉਹਨੇ ਉੱਥੇ ਜਾ ਕੇ ਜੜ੍ਹਾਂ ਫੜ ਲੈਣੀਆਂ ਨੇ ਔਰ ਉੱਥੇ ਜਾ ਕੇ ਆਪਣਾ ਪੰਜਾਬ ਬਸਾ ਕੇ ਬਹਿ ਜਾਣਾ ਤੇ ਇਹ ਕੱਲ ਮੈਨੂੰ ਬੜੀ ਵਧੀਆ ਲੱਗੀ ਕਿ ਵਾਕਈ ਪੰਜਾਬੀਆਂ ਦੇ ਵਿੱਚ ਇਹ ਇਹ ਖਾਸੀਅਤ ਜ਼ਰੂਰ ਆਸ ਔਰ ਮਲਾਪੜੇ ਇੰਨੇ ਕਿ ਰਾਜੰਦਿਆਂ ਨੂੰ ਆਪਣਾ ਬਣਾ ਲੈਣਗੇ ਔਰ ਪੂਰੀ ਕਮਿਊਨਿਟੀ ਉੱਥੇ ਬਣਾ ਕੇ ਬਹਿ ਜਾਣਗੇ ਤੁਸੀਂ ਆ ਗੱਲ ਕੀਤੇ ਨਾ ਪਿਪਲ ਦੀ ਪਿਪਲ ਦਾ ਮੈਨੂੰ ਅੰਦਰੋਂ ਹਾਸਾ ਛਿੜਦਾ ਇਹਨਾਂ ਨੂੰ ਦੇਖ ਕੇ ਤਾਂ ਪੂਜਾ ਦਾ ਸਥਾਨ ਵੀ ਹੈਗਾ ਲੋਕ ਪੂਜਦੇ ਰਹੇ ਕਿਉਂਕਿ ਚਾਰਜ ਜਿੰਨੀ ਜ਼ਿਆਦਾ ਦਿੰਦਾ ਦੂਜੀ ਗੱਲ ਹੈ ਕਿ ਰਹੀ ਪੰਜਾਬ ਦੇ ਸੱਭਿਆਚਾਰ ਦੀ ਗੱਲ ਪੰਜਾਬ ਦੇ ਇਕੱਠ ਦੀ ਗੱਲ ਪੰਜਾਬ ਦੇ ਮੇਲਜੋਲ ਦੀ ਗੱਲ ਪਿਪਲਾਂ ਥੱਲੇ ਹੁੰਦੀ ਹੈ ਪਿਪੜਾਂ ਨਾਲ ਪਿੰਗਾ ਪੈਂਦੀਆਂ ਰਹੀਆਂ ਪਿਪੜਾਂ ਥੱਲੇ ਪਛੂ ਡੰਗਰ ਵੱਜੇ ਹੁੰਦੇ ਸੀ ਪਿਪੜਾਂ ਥੱਲੇ ਤਾਸ਼ਾਂ ਚੱਲਦੀਆਂ ਸੀ ਪਿਪੜਾਂ ਥੱਲੇ ਲੋਕ ਖਾਂਦੇ ਪੀਂਦੇ ਸੀ ਇਹ ਸੀਗਾ ਉਦੋਂ ਨਾ ਤਾਂ ਏਸੀ ਦੀ ਕੋਈ ਗੱਲ ਸੀ ਨਾ ਕੋਈ ਇਸ ਤਰ੍ਹਾਂ ਦੀ ਕੋਈ ਪੱਖਿਆਂ ਦੀ ਗੱਲ ਸੀ ਲੋਕ ਆਕਸੀਜਨ ਲੈਂਦੇ ਸੀ ਉੱਥੇ ਬੈ ਕੇ ਨਵੇਂ ਨਰੋਏ ਸੀ ਉੱਚੇ ਲੰਬੇ ਸੀ ਲੋਕ ਖਾਂਦੇ ਪੀਂਦੇ ਸੀਗੇ ਹੁਣ ਉਹ ਜਦੋਂ ਇਹ ਮਹਾਵਰਾ ਦੂਰ ਚਲੇ ਗਿਆ ਤਾਂ ਲੋਕ ਦੁਖੀ ਹੋਗੇ ਇਸੇ ਕਰਕੇ ਹੋ ਗਿਆ ਪਿੱਪਲ ਦੇ ਨਾਂ ਤੇ ਕਿੰਨੇ ਗਾਣੇ ਆ ਗਏ ਕੰਨੂ ਵੀ ਪਿੱਪਲਾ ਖੜ ਖੜ ਲਾਈਏ ਵੇਖ ਚਰਾਟੇ ਸੌਣ ਦੇ ਅਜੇ ਜਵਾਨੀ ਉਧਰੀ ਉਧਰੀ ਸੱਜਣਾ ਨੂੰ ਘਰ ਆਉਣ ਦੇ ਬੜੇ ਬੜੇ ਜਿਹੜੇ ਲੋਕ ਗੀਤ ਗੀਤ ਆ ਜਿਹੜੇ ਉਹ ਪਿੱਪਲਾਂ ਨਾਲ ਜੁੜੇ ਨੇ ਅਜੇ ਉਹ ਲੋਕ ਤਾਂ ਅਜੇ ਕੱਢੀ ਗੱਲ ਬਿਲਕੁਲ ਸਹੀ ਪੰਜਾਬ ਦੇ ਵੇਖਣ ਲਈ ਅਜੇ ਆਉਂਦੇ ਆ ਵੀ ਇੱਥੇ ਆ ਕੇ ਵੇਖੋ ਜਦੋਂ ਹੁਣ ਪੁਰਾਣੇ ਨਾਵਲ ਵੀ ਅਤੂਤਾਂ ਵਾਲਾ ਖੂ ਆਹ ਜੇ ਨਾ ਇਹਦੇ ਚ ਕਿ ਕਰਨਾ ਕਿੱਕਰੀ ਬੂਰ ਪਿਆ ਰੁੱਖਾਂ ਨਾਲ ਹੁਣ ਉਹ ਨਾਂ ਤ ਰੁੱਖਾਂ ਦੇ ਗੀਤ ਰਹਿ ਜਾਂ ਤ ਨਾਂ ਰੁੱਖ ਰਹਿ ਆ ਉਹ ਵਿਚਾਰੇ ਪ੍ਰਵਾਸੀ ਭਾਰਤੀ ਪ੍ਰਾਣੇ ਦੇ ਲੋਕ ਵੇਖਣ ਆਉਂਦੇ ਆ ਪਰ ਇੱਥੇ ਉਹ ਹੁਣ ਸੋਨਮ ਇਨਸਾਨ ਬਿਲਕੁਲ ਸਹੀ ਗੱਲ ਹੈ ਸੋਨਮ ਇਨਸਾਨ ਬਣ ਗਿਆ ਨਾ ਉਹ ਫਸਲਾਂ ਨਹੀਂ ਆ ਨਾ ਆਪਣੇ ਦਰਖਤ ਰਹਿ ਤੇ ਨਾ ਉਹ ਸਭਿਆਚਾਰ ਰਿਹਾ ਇੱਕ ਚੀਜ਼ ਹੋਰ ਹੈ ਕਿਉਂਕਿ ਨਾ ਜਦੋਂ ਵੀ ਮੈਂ ਇਹ ਪੰਜਾਬੀਆਂ ਦੀ ਇਹ ਜੋ ਅੰਦਰ ਦੇ ਪਿਆਰ ਦੀ ਗੱਲ ਹੁੰਦੀ ਹੈ ਨਾ ਪੰਜਾਬੀਆਂ ਦੀ ਸਿਦਕ ਦੀ ਗੱਲ ਹੁੰਦੀ ਆ ਤਾਂ ਕਈ ਵਾਰ ਮੈਂ ਇਮੋਸ਼ਨਲ ਹੋ ਜਾਂਦਾ ਹੱਕਾ ਚ ਹੰਝੂ ਵੀ ਆ ਜਾਂਦੇ ਨੇ ਹਾਸਾ ਮੇਰਾ ਜ਼ਰੂਰ ਨਿਕਲਦਾ ਹੈ ਹਾਸਾ ਕਿਉਂ ਨਿਕਲਦਾ ਹੈ ਖੁਸ਼ੀ ਦਾ ਹਾਸਾ ਕੇ ਇੰਨੇ ਮਲਾਪੜੇ ਨੇ ਕਿ ਕਿਤੇ ਵੀ ਜਾ ਕੇ ਜੱਫੀਆਂ ਪਾ ਲੈਣਗੇ ਸਭ ਨੂੰ ਆਪਣਾ ਬਣਾ ਲੈਣਗੇ ਮੈਂ ਕਈ ਵਾਰ ਕਹਿੰਦਾ ਕਿ ਜਿਵੇਂ ਬਾਬਾ ਨਾਨਕ ਸਾਡੇ ਸਾਰੀ ਦੁਨੀਆ ਚ ਗਏ ਥਾਂ ਥਾਂ ਤੇ ਗਏ ਜਿੱਥੇ ਤਾਂ ਉਹ ਰੱਬੀ ਨੂਰ ਦਾ ਸਨੇਹਾ ਲੈ ਕੇ ਗਏ ਨੇ ਨਾਲ ਉਹ ਪੰਜਾਬ ਦਾ ਸੱਭਿਆਚਾਰ ਵੀ ਲੈ ਕੇ ਗਏ ਨੇ ਹਾਂ ਹਾਂ ਉਹ ਸੱਭਿਆਚਾਰ ਉਹਨਾਂ ਨੂੰ ਉਹਨਾਂ ਦੇ ਪਰਿਵਾਰਾਂ ਤੋਂ ਉਹਨਾਂ ਦੇ ਸਮਾਜ ਤੋਂ ਜੋ ਮਿਲਿਆ ਉਹਨਾਂ ਨੂੰ ਹਾਲਾਂਕਿ ਉਹ ਖੁਦ ਰੱਬ ਦਾ ਰੂਪ ਨੇ ਹਾਂ ਹਾਂ ਪਰ ਜਿਹੜਾ ਪੰਜਾਬ ਦਾ ਸੱਭਿਆਚਾਰ ਉਹ ਥਾਂ ਥਾਂ ਤੇ ਲੈ ਕੇ ਗਏ ਨੇ ਉਹ ਸੱਭਿਆਚਾਰ ਨਾਲ ਵੀ ਉਹਨਾਂ ਨੂੰ ਪਿਆਰ ਮਿਲਦਾ ਗਿਆ ਔਰ ਉਹ ਸੱਭਿਆਚਾਰ ਨੂੰ ਵੰਡਦੇ ਗਏ ਹਰ ਥਾਂ ਦੇ ਉੱਤੇ ਪੂਰੀ ਪੰਜਾਬੀਅਤ ਲੈ ਕੇ ਗਏ ਸੋ ਇਹ ਚੀਜ਼ਾਂ ਜਿਹੜੀਆਂ ਨੇ ਨਾ ਇਹ ਇਹ ਚੀਜ਼ਾਂ ਸਾਨੂੰ ਛੱਡਣੀਆਂ ਨਹੀਂ ਚਾਹੀਦੀਆਂ ਔਰ ਅੱਜ ਜਿਉਂਸੀ ਪੰਜਾਬ ਦੀ ਸਿਆਸਤ ਦੇਖਦੇ ਕਿਉਂਕਿ ਹੁਣ ਆਪਾਂ ਮੋੜ ਆਈਏ ਆਪਣੇ ਪੰਜਾਬ ਵੱਲ ਆਈਏ ਕਿਉਂਕਿ ਰੰਗਲਾ ਪੰਜਾਬ ਬਣਾਉਣਾ ਹੈ ਆਪਾਂ ਜੋ ਅੱਜ ਅਸੀਂ ਪੰਜਾਬ ਦੀ ਸਿਆਸਤ ਦੇਖਦੇ ਆ ਉਹਦੇ ਵਿੱਚ ਇਹ ਚੀਜ਼ਾਂ ਮਾਈਨਸ ਹੋ ਗਈਆਂ ਨੇ ਮੰਦੀ ਹੋ ਗਈਆਂ ਨੇ ਜਿਹੜਾ ਇਹ ਗੱਲ ਕਰਦਾ ਵੀ ਹੈ ਉਹਦੇ ਵੱਲ ਕੋਈ ਜ਼ਿਆਦਾ ਤਵੱਜੋ ਨਹੀਂ ਦਿੰਦੇ ਕਿ ਐਵੇਂ ਯਾਰੇ ਬਸ ਠੀਕ ਹੈ ਪੁਰਾਣੀਆਂ ਗੱਲਾਂ ਕਰਦਾ ਪਿਆ ਹੁਣ ਚੁੱਪ ਕਰ ਜੂ ਪਰ ਅੱਜ ਦੀ ਗੱਲ ਕਰੂ ਪਰ ਅੱਜ ਦੀ ਗੱਲ ਹੈ ਕਿ ਅੱਜ ਦੀ ਗੱਲ ਇਹ ਥੋੜਾ ਕਿ ਤੁਸੀਂ ਝੂਠ ਬੋਲਣਾ ਤੁਸੀਂ ਧਗੀਆਂ ਮਾਰਨੀਆਂ ਨੇ ਦੂਜੇ ਨਾਲ ਚੀਟਿੰਗ ਕਰਨੀ ਹੈ ਦੂਜੇ ਨੂੰ ਬੇਵਕੂਫ ਬਣਾਣਾ ਇਹ ਥੋੜਾ ਅੱਜ ਦੀ ਗੱਲ ਹੈ ਇਹ ਤਾਂ ਸਿੱਧੀ ਸਾਦੀ ਤੁਸੀਂ ਅਜੀਬ ਜੀ ਗੱਲ ਮਾਰਕੀਟਿੰਗ ਦੀ ਗੱਲ ਕਰਕੇ ਹਰੇਕ ਨੂੰ ਮਤਲਬ ਝੱਲਾ ਬਣਾ ਕੇ ਆਪਣਾ ਫਾਇਦਾ ਦੇਖਦੇ ਪਏ ਹੋ ਔਰ ਇਹੀ ਚੀਜ਼ ਟੁੱਕਦੀ ਹੈ ਜਿਹੜੇ ਇੱਕਾਈ ਸਿਆਸਤ ਖੇਡਣ ਵਾਲੇ ਨੇ ਐਦਾਂ ਹੀ ਪਬਲਿਕ ਦੇ ਨਾਲ ਖੇਡਦੇ ਨੇ ਸੋ ਅੱਜ ਦੀ ਜਿਹੜੀ ਸਰਕਾਰ ਬਣੀ ਹੈ ਇਹਦੇ ਉੱਤੇ ਜਿਹੜੀ ਜ਼ਿੰਮੇਵਾਰੀ ਹੈ ਹਰ ਪਲਾਨ ਕਰਨ ਵਾਲਾ ਹਰ ਪਲੈਨਰ ਇਹ ਗੱਲ ਕਹਿ ਰਿਹਾ ਕਿ ਤੁਸੀਂ ਪਹਿਲਾਂ ਆਪਣਾ ਖਜ਼ਾਨਾ ਦੇਖੋ ਬਿਲਕੁਲ ਸਹੀ ਜਿਹਦੇ ਘਰ ਦਾਣੇ ਉਹਦੇ ਕਮਲੇ ਵੀ ਸਿਆਣੇ ਕਹਿੰਦੇ ਨੇ ਪਰ ਜਿਹਦੇ ਘਰ ਦਾਣੇ ਹੀ ਨਹੀਂ ਹੈਗੇ ਉਹਦੇ ਸਿਆਣੇ ਵੀ ਕਮਲੇ ਹੁੰਦੇ ਨੇ ਇਸ ਕਰਕੇ ਪਹਿਲਾਂ ਇਹ ਦੇਖੋ ਜਿੱਥੇ ਉਹ ਨਾ ਹੋਵੇ ਕਿ ਇੱਕ ਥਾਂ ਤੋਂ ਪਰਦਾ ਖਿੱਚਦੀ ਦੂਜੀ ਥਾਂ ਪਹੁੰਚਦੀ ਹੈ ਨਾ ਜਾਂ ਇੱਕ ਥਾਂ ਤੋਂ ਪਰਦਾ ਖਿੱਚਦਾ ਦੂਜੀ ਥਾਂ ਪਹੁੰਚਦਾ ਮੈਂ ਅਲਫ ਨੰਗਾ ਹੋ ਗਿਆ ਚਿਹਰਾ ਛੁਪਾਉਂਦਾ ਤਾਂ ਇਹ ਗੱਲ ਨਾ ਹੋਵੇ ਕਿ ਇਧਰੋਂ ਪੈਸੇ ਖਿੱਚ ਕੇ ਇਧਰ ਪਾਓ ਇਧਰੋਂ ਪੈਸੇ ਖਿੱਚ ਕੇ ਇਧਰ ਪਾਓ ਤੇ ਵਿੱਚੋਂ ਸਾਰਾ ਕੁਝ ਤੁਸੀਂ ਆਪਣਾ ਜਿਵੇਂ ਕਹਿੰਦੇ ਆ ਨਾ ਕਿ ਕਪੜਾ ਚੱਕੇ ਤੇ ਆਪਣੇ ਢਿੱਡ ਨੰਗਾ ਹੁੰਦਾ ਕਿਤੇ ਉਹ ਪੰਗਾ ਨਾ ਹੋ ਜਵੇ ਕਿ ਬੇਇੱਜ਼ਤੀ ਕਰਵਾ ਕੇ ਬਹਿ ਜਾਈਏ ਇਸ ਕਰਕੇ ਤੁਸੀਂ ਜਿਹੜੀਆਂ ਇਹ ਸ਼ੁਰੂ ਦੇ ਵਿੱਚ ਸਾਰੀਆਂ ਰਿਆਇਤਾਂ ਦੇਣ ਦੀ ਗੱਲ ਕਰਦੇ ਰਹੇ ਉਹ ਆ ਵੀ ਦੇ ਦਾਂਗੇ ਉਹ ਵੀ ਦੇ ਦਾਂਗੇ ਜੇ ਇਹ ਨਾ ਵੀ ਕਰ ਦੇਣਾ ਤਾਂ ਵੀ ਆਮ ਆਦਮੀ ਪਾਰਟੀ ਨੇ ਕੋਈ ਘਾਟਾ ਨਹੀਂ ਪੈਣ ਲੱਗਾ ਸੀ ਕਿਉਂਕਿ ਲੋਕ ਇੰਨੇ ਅੱਕ ਚੁੱਕੇ ਸੀ ਪੁਰਾਣੇ ਸਿਸਟਮ ਤੋਂ ਉਹਨਾਂ ਨੇ ਤੁਹਾਨੂੰ ਬਦਲਾਅ ਦੀ ਰਾਜਨੀਤੀ ਕਰਕੇ ਬਦਲਾਅ ਕਰਕੇ ਤੁਹਾਨੂੰ ਵੈਸੀ ਵੋਟ ਪਾਉਣੀ ਸੀ ਪਰ ਜਿਹੜੇ ਤੁਸੀਂ ਇਹ ਵਾਅਦੇ ਕੀਤੇ ਨੇ ਹੁਣ ਸੋਚਣ ਵਾਲੀ ਗੱਲ ਹੈ ਜੇ ਨਹੀਂ ਪੂਰੇ ਕਰਦੇ ਤਾਂ ਤੁਹਾਡੀ ਬਦਨਾਮੀ ਤੇ ਜੇ ਪੂਰੇ ਕਰਦੇ ਹੋ ਤਾਂ ਤੁਸੀਂ ਇਹ ਦੇਖਣਾ ਕਿ ਕਿੱਦਾਂ ਪੂਰੇ ਕਰਦੇ ਨੇ ਤਾਂ ਕਿ ਬਾਕੀ ਚੀਜ਼ਾਂ ਨੂੰ ਕੋਈ ਨੁਕਸਾਨ ਨਾ ਹੋਵੇ ਕਿਉਂਕਿ ਤੁਸੀਂ ਪੌਪੂਲਰ ਪੋਲਿਟਿਕਸ ਖੇਡਣਾ ਚਾਹੁੰਦੇ ਹੋ ਉਹ ਪੋਲਿਟਿਕਸ ਨਹੀਂ ਖੇਡਣਾ ਚਾਹੁੰਦੇ ਜਿਹੜਾ ਸਭ ਨੂੰ ਫਾਇਦਾ ਦੇਵੇ ਇਹ ਗੱਲ ਪਤਾ ਕੀ ਇਹ ਹੈ ਗੱਲ ਹੈਗੀ ਹੈ ਸਿਆਸੀ ਪਹਾੜੇ ਸਿਆਸੀ ਪਹਾੜੇ ਸਿਆਸੀ ਪਹਾੜੇ ਜਿਹੜੇ ਨਾ ਦੂਣੀ ਤੋਂ ਗਿਣਕੇ ਤੇ ਅੱਗੇ ਤੱਕ 20 ਤੱਕ ਜਾਣਾ ਉਹ ਹੈਗਾ ਜਦੋਂ ਤੱਕ ਜੇ ਨਾ ਕੁਝ ਗੱਲ ਕਰੂਗਾ ਤਾਂ ਵੀ ਇਹਨਾਂ ਨੇ ਉਹਦਾ ਆਲੋਚਨਾ ਕਰਨੀ ਜੇ ਕੁਝ ਕਰ ਰਿਹਾ ਤਾਂ ਵੀ ਆਲੋਚਨਾ ਕਰਨੀ ਹੈ ਕਿਉਂਕਿ ਜਿਹੜੀ ਵਿਰੋਧੀ ਪਾਰਟੀਆਂ ਇਹਨਾਂ ਦਾ ਇੱਕ ਮਨਸ਼ਾ ਹੁੰਦਾ ਕਿ ਲੋਕਾਂ ਨੂੰ ਥੋੜਾ ਤਰੀਕੇ ਨਾਲ ਆਪਣੇ ਪ੍ਰਚਾਰ ਨਾਲ ਆਪਣੇ ਪਾਸ਼ਣ ਨਾਲ ਲੋਕਾਂ ਦਾ ਜੋੜ ਥੋੜਾ ਜਿਹਾ ਦਿਮਾਗ ਨੂੰ ਅਫਸਟ ਕਰੀਏ ਔਰ ਲੋਕ ਹੁਣੋਂ ਨਹੀਂ ਰਹੇ ਲੋਕ ਸਿਆਣੇ ਆ ਪੜ ਲਿਗੇ ਆ ਜਦੋਂ ਕਿ ਇਨੀਆਂ ਮੰਗਾਂ ਹੈਗੀਆਂ ਜਿਹੜੀਆਂ ਇਹਨਾਂ ਨੇ ਉੱਭਰਦੀਆਂ ਮੰਗਾਂ ਸੀ ਜਿਹੜੀਆਂ ਬਹੁਤ ਜ਼ਰੂਰੀ ਸੀ ਉਹਨਾਂ ਨੇ ਅੱਗੇ ਲੈਣ ਦੀਆਂ ਤਾਂ ਕਿ ਇਹਨਾਂ ਨੇ ਆਪਣਾ ਵਿੱਤ ਕਮਿਸ਼ਨਰ ਦੇ ਨਾਲ ਸਲਾਹ ਕਰਕੇ ਜੋ ਕੁਝ ਇਹਨਾਂ ਨੇ ਚਾਹੁੰਦੇ ਸੀਗੇ ਜੋ ਇਹਨਾਂ ਨੂੰ ਪਤਾ ਕਿ ਸਾਡਾ ਕੋ ਬਜਟ ਇੰਨਾ ਹੈਗਾ ਉਹਦੇ ਅਕੋਰਡਿੰਗ ਇਹਨਾਂ ਨੇ ਜੋ ਕੁਝ ਕੀਤਾ ਲਮਕ ਦਾ ਮਾਮਲਾ ਬਿਜਲੀ ਦਾ ਸੀ ਇਹਨੀਆਂ ਸਰਕਾਰਾਂ ਆਈਆਂ ਸਾਰੀਆਂ ਨੇ ਕਿਹਾ ਕਿ ਬਿਜਲੀ ਦਾ ਜਿਹੜੇ ਅਸੀਂ ਇਹ ਲੇਜੰਡ ਮਾਫ ਕਰਦਾਂਗੇ ਇਹ ਇਹ ਸੀਗੇ ਜੇ ਨਾ ਕਰਦਾ ਤੇ ਤੇ ਫਿਰ ਨੁਕਤਾ ਚ ਨਹੀਂ ਬਹੁਤ ਹੋਣੀ ਉਹਨੂੰ ਪਤਾ ਸੀ ਜੋ ਸਿਆਣਾ ਵਾ ਪਿੰਡ ਦੇ ਰਹਿਣ ਵਾਲਾ ਹੈਗਾ ਭਗਵੰਤ ਮਾਨ ਆਪਣੇ ਜਿਹੜੇ ਮੁੱਖ ਮੰਤਰੀ ਹੈ ਉਹਦੇ ਨਾਲ ਜਿਹੜੇ ਐਡਵਾਈਜ਼ਰ ਹੈ ਸਲਾਹਕਾਰ ਵੀ ਠੀਕ ਹੈ ਦੂਸਰੀ ਗੱਲ ਬਿਲਕੁਲ ਠੀਕ ਹੈ ਕਿ ਬਹੁਤੀਆਂ ਮੰਗਾਂ ਜਿਹੜੀਆਂ ਹੈਗੀਆਂ ਉਹ ਵੀ ਦੇਖਣਾ ਇਸ ਕਰਕੇ ਚਾਹੀਦਾ ਕਿ ਜਿੱਤੇ ਤੁਹਾਡਾ ਆਪਣਾ ਜਿਹੜੇ ਆਰਥਿਕ ਜੋ ਕੁਝ ਤੁਹਾਡੀ ਸਥਿਤੀ ਹੈ ਉਹ ਬਿਲਕੁਲ ਉਸੇ ਤਰ੍ਹਾਂ ਦੀ ਹੋਣੀ ਚਾਹੀਦੀ ਕਿੰਨਾ ਪੈਸਾ ਕਿੱਥੇ ਖਰਚਣਾ ਹੁਣ ਰਹੀ ਗੱਲ ਜਿਹੜਾ ਹੁਣ ਇਸ ਵੇਲੇ ਇਹਨਾਂ ਨੇ ਬਿਜਲੀ ਦਾ ਕੀਤਾ ਬਿਜਲੀ ਦਾ ਇੱਕ ਸੰਕਟ ਤਾਂ ਦੁਜਾ ਵੀ ਆ ਗਿਆ ਜਿਹਦੇ ਚ ਥਰਮਲ ਪਲਾਂਟ ਬੰਦ ਹੋ ਗਏ ਬੰਦ ਹੋ ਰਹੇ ਨੇ ਬਹੁਤ ਜਿੱਤੇ ਲਹਿਰਾ ਮਹਬਤ ਹੈ ਰੋਪੜ ਦਾ ਹੈਗਾ ਬਠਿੰਡੇ ਦਾ ਉਹ ਵੀ ਤਕਰੀਬਨ ਬੰਦ ਆ ਗੁਆਂਦਵਾਲ ਸਾਹਿਬ ਦਾ ਜਿਹੜਾ ਇਹ ਸੀਗਾ ਇਹਦੇ ਚ ਵੀ ਦੋ ਇਹਨਾਂ ਦੇ ਜਨਟ ਬੰਦ ਹੋ ਗਏ ਤਕਰੀਬਨ ਬੰਦਾ ਪਰ ਬਿਜਲੀ ਪੈਦਾ ਕਿੱਥੋਂ ਹੋ ਗਈ ਜਿਹਦੇ ਚ ਕੋਲਾ ਹਣਾ ਬਹੁਤ ਔਖੀ ਗੱਲ ਆ ਕੋਲਾ ਦੀ ਅਵੇਲੇਬਿਲਟੀ ਜਿਹੜਾ ਘੱਟ ਆ ਕੋਲਾ ਪੰਜਾਬ ਚ ਬਹੁਤ ਘੱਟ ਹੋ ਰਿਹਾ ਇਸ ਕਰਕੇ ਆ ਰਿਹਾ ਕਿ ਪੰਜਾਬ ਦੀ ਸਪਲਾਈ ਬਹੁਤ ਘੱਟ ਹੈ ਜੇ ਕੇਂਦਰ ਨੂੰ ਦਖਲਅੰਦਾਜ਼ੀ ਕਰਕੇ ਪੰਜਾਬ ਨੂੰ ਕੋਲਾ ਦੇਣਾ ਚਾਹੀਦਾ ਹੁਣ ਇਹ ਜਿਹੜਾ ਹੈਗਾ ਜਿਹੜਾ ਬਿਜਲੀ ਦਾ ਸੰਕਟ ਆਗਾ ਤੇ ਹੁਣ ਦੀ ਮੌਜੂਦਾ ਸਰਕਾਰ ਇਹ ਤਾਂ ਕੁਝ ਨਹੀਂ ਕਰ ਸਕਦੀ ਜਿਹੜੀ ਚੀਜ਼ਾਂ ਬਾਹਰੋਂ ਆਉਣੀਆਂ ਆ ਹੁਣ ਜਿਹੜੇ ਜਿਹੜੇ ਸੰਕਟ ਇਹਨਾਂ ਦੇ ਆਪਣੇ ਹੱਥ 'ਚ ਆ ਇਹ ਤੇ ਪੂਰੇ ਕਰਨਗੇ ਹੁਣ ਜਿੱਦਾਂ ਕਿਸਾਨ ਮਿਲ ਕੇ ਆਏ ਇਕੱਠੇ ਇਹਨਾਂ ਨੂੰ ਸੰਯੁਕਤ ਕਿਸਾਨ ਮੋਰਚਾ ਇਕੱਠੇ ਹੋ ਗਏ ਇਹਨਾਂ ਨੂੰ ਚੰਡੀਗੜ੍ਹ ਮਿਲੇ ਆ ਉਹਦੇ 'ਚ ਉਹਨਾਂ ਨੇ ਮੁਆਵਜ਼ਾ ਮੰਗਿਆ ਲਾਸ ਸੁਨਾ ਨੇ ਕਿਹਾ ਕਿ ਸਾਨੂੰ 500 ਰੁਪਏ ਪਰ ਕੁਇੰਟਲ ਜਿਹੜਾ ਮੁਆਵਜ਼ਾ ਦੇਣਾ ਚਾਹੀਦਾ ਬਣਦਾ ਉਹਨਾਂ ਦਾ ਕਿਉਂਕਿ ਉਹਦੇ ਵਿੱਚ ਕਣਕ ਦਾ ਰੇਟ ਹੁਣ ਬਹੁਤ ਚਲੇ ਗਿਆ ਨਾ ਅੱਗੇ 2015 ਤੋਂ 3600 ਰੁਪਈਆ ਬਣ ਗਿਆ ਇਸੇ ਕਰਕੇ ਕਿ ਯੂਕਰੇਨ ਰਸ਼ੀਆ ਜਿਹੜੇ ਕਣਕ ਦੀ ਆਮਦ ਸੀ ਵਿੱਚ ਪੱਦਰ ਤੇ ਉਹਦੀ ਮੰਗ ਜ਼ਿਆਦਾ ਹੋ ਗਈ ਤੇ ਪੰਜਾਬ ਸਪਲਾਈ ਜ਼ਿਆਦਾ ਕਰ ਰਿਹਾ ਤਾਂ ਕਿਉਂ ਨਹੀਂ ਇਹਨਾਂ ਨੂੰ ਕਿਸਾਨਾਂ ਨੂੰ ਪੈਸੇ ਦੇਣੇ ਚਾਹੀਦੇ ਜਿੰਨੋਂ ਕੋਈ ਰੇਟ ਇਹਦਾ ਹੋ ਗਿਆ ਹੁਣ ਦੂਜੀ ਗੱਲ ਆ ਜਿਹਦਾ ਨੁਕਤਾ ਬਹੁਤ ਜ਼ਿਆਦਾ ਗਲਤ ਬਣ ਗਿਆ ਜਿਹਦੇ ਵਿੱਚ ਨੁਕਤਾ ਚ ਨਹੀਂ ਹੋ ਰਹੀ ਆ ਅਡਾਨੀ ਬਾਨੀ ਦੀ ਜਿਹੜੀ ਕੁਝ ਏਰੀਆ ਜਿੱਦ ਚ ਸੋ ਲੋ ਕੋਈ ਇਸ ਤਰ੍ਹਾਂ ਦੀ ਏਜੰਸੀ ਆ ਉਹ ਆਪ ਖਰੀਦ ਰਹੀ ਆ ਉਹ ਚਟralੀਆਂ ਦੀਆਂ ਲਾਈਨਾਂ ਲੱਗੀਆਂ ਹਾਂਜੀ ਕਿਸਾਨ ਵੀ ਕੀ ਕਰੇ ਆਪਾਂ ਕਿਸਾਨ ਨੂੰ ਕਹਿੰਦੇ ਜਦੋਂ ਉਹਨੂੰ ਗਵਰਨਮੈਂਟ ਪੈਸਾ ਉਹਦਾ ਰੇਟ ਘੱਟ ਮਿਲ ਰਿਹਾ ਅਗਲਾ ਤਾਂ ਦਊਗਾ ਜਿੱਥੇ ਜ਼ਿਆਦਾ ਪੈਸਾ ਮਿਲ ਰਿਹਾ ਅਗਲਾ ਦਾ ਉੱਥੇ ਦਊਗਾ ਕਿਉਂਕਿ ਹੁਣ ਜਿਹੜਾ 2 ਏਕੜ ਦਾ ਮਾਲਕ ਜਾਂ 2 ਏਕੜ ਦਾ ਮਾਲਕ ਆ ਉਹ ਤਾਂ ਕੋਈ ਤਾਂ ਕਣਕ ਆਪਣੇ ਖਾਣ ਜੋਗੀ ਆਪਣੇ ਰਿਸ਼ਤੇਦਾਰਾਂ ਜੋਗੀ ਜਾਂ ਆਪਣੇ ਬੱਚਿਆਂ ਦੀ ਫੀਸ ਜੋਗੀ ਇਹਨਾਂ ਇੱਕ ਕਣਕ ਦਾ ਜਿਹੜਾ ਪੈਸਾ ਹੋਊਗਾ ਜ਼ਿਆਦਾ ਰੇਟ ਹੋਗਾ ਤਾਂ ਥੋੜੇ ਬਹੁਤ ਜ਼ਿਆਦਾ ਪੈਸੇ ਹੋ ਜਾਣਗੇ ਇਹ ਉਹਨੂੰ ਬਹੁਤਾ ਫਾਇਦਾ ਹੋਊਗਾ ਜ ਜਿੱਦ ਜ਼ਿਆਦਾ ਜ਼ਮੀਨ ਤੋਂ ਕਣਕ ਆਉਗੀ ਹੁਣ ਆ ਦੇਖੋ 100 ਏਕੜ ਜਿਹੜੀ ਸੀਗਾ ਜ਼ਮੀਨ ਦਾ ਜਿਹੜੀ ਕਣਕ ਉਦਾਂ ਹੀ ਜਿਹੜੀ ਖੜੀ ਕਣਕ ਛੜ ਗਈ ਉਹਦੇ ਚ ਕਈਆਂ ਲੋਕਾਂ ਦੀ ਸ਼ਰਾਰਤ ਵੀ ਆ ਕੁਝ ਵੈਸੇ ਵੀ ਜਿਹੜੀਆਂ ਤਾਰਾਂ ਲੰਘ ਰਹੀਆਂ ਉਹਨਾਂ ਵੀ ਸਪਾਰਕਿੰਗ ਹੋ ਜਾਂਦੀ ਹਾਲਾਂਕਿ ਕਿਹਾ ਜਾਂਦਾ ਕਿ ਜਿਹੜਾ ਤੁਹਾਡੇ ਟਾਵਰ ਲੱਗਾ ਹੋਇਆ ਹੈ ਬਿਜਲੀ ਦਾ ਖੇਤ ਦੇ ਵਿੱਚ ਉਹਦੇ ਆਲੇ ਦੁਆਲੇ ਜਿਹੜਾ 5 ਮਰਲੇ ਆ ਉਹ ਸਾਰਾ ਪਹਿਲਾਂ ਹੀ ਵੱਡੋ ਕਿਉਂਕਿ ਇਸ ਟਾਈਮ ਦੇ ਉੱਤੇ ਚਿੰਗਿਆੜੇ ਨਿਕਲ ਸਕਦੇ ਆ ਕਿਉਂਕਿ ਗਰਮੀ ਦਾ ਮੌਸਮ ਹੈ ਕੁਝ ਵੀ ਹੋ ਸਕਦਾ ਉਹ ਫੁੱਕ ਜਾਣਾ ਹੁਣ ਜਦੋਂ ਵਕਤ ਹੁੰਦਾ ਉਦੋਂ ਗੱਲ ਮੰਨਦੇ ਨਹੀਂ ਕਿ ਮੰਨ ਲਓ ਆਹ ਟਰਾਂਸਫਾਰਮਰ ਲੱਗਾ ਹੋਇਆ ਹੈ ਤੁਹਾਡੀ ਜ਼ਮੀਨ ਦੇ ਵਿੱਚ ਉਹ ਪੰਜ ਮਰਲੇ ਆਲੇ ਦੁਆਲੇ ਉਹ ਵੱਢ ਤਾਂ ਜਾਏਗਾ ਉਹ ਵੱਢ ਕੇ ਖਾਲੀ ਕਰ ਦਿਓ ਅੱਗ ਫੈਲੇ ਨਾ ਬਾਹਲੇ ਨਾ ਹੁਣ ਜਿੱਥੇ ਉਹ ਗਲਤੀਆਂ ਹੋਣਗੀਆਂ ਉਹ ਗਲਤੀਆਂ ਹੋਣਗੀਆਂ ਕੋਈ ਨਹੀਂ ਜੀ ਗਲਤੀਆਂ ਵੀ ਹੈਗੀਆਂ ਜਿੰਨਾ ਲੋਕਾਂ ਦੀ ਸਾਰਾ ਖੇ ਬਾਜ਼ੀ ਤਾਂ ਹੈ ਹੀ ਅਸੀਂ ਜਾਣਦੇ ਆ ਸਾਡੇ ਸੱਬੇ ਚਾਰ ਦਾ ਹਿੱਸਾ ਉਹਦੀ ਫਸਲ ਵਧੀਆ ਵੀ ਹੋ ਗਈ ਉਹ ਵਧੀਆ ਪ੍ਰੋਫਿਟ ਕਿਉਂ ਲੈ ਜਾ ਰਹੇ ਹੋ ਭਗਵੰਤਪານ ਜੀ ਇਸ ਗੱਲ ਤੇ ਉਹਨਾਂ ਨੇ ਸਹਿਮਤੀ ਦਿਖਾਈ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਨੂੰ ਮੁਆਵਜ਼ਾ ਮਿਲੂਗਾ ਤੁਹਾਨੂੰ 500 ਰੁਪਏ ਕਿਲੋਟਲ ਦੇ ਹਿਸਾਬ ਨਾਲ ਸਿੱਪੈਸੇ ਦੇਵਾਂਗੇ ਕੁਝ ਪੈਸੇ ਇਹਨਾਂ ਦੇ ਜਿਹੜੇ ਸੈਂਟਰਲ ਵਾਜ ਉਹਨਾਂ ਦੇ ਚਲੇ ਵੀ ਗਏ ਆ ਨੰਬਰ 2 ਜਿਹੜੀ ਦੂਜੀ ਗੱਲ ਉਹਨਾਂ ਨੇ ਇਹ ਕੀਤੀ ਹੈ ਕਿ ਜਿਹੜੀਆਂ ਫਸਲੀ ਚੱਕਰ ਉਹਨੂੰ ਤਾਂ ਸੁਧਾਰ ਲਓ ਆਪਣਾ ਕਿਉਂਕਿ ਉਹ ਕਿਸਾਨ ਦਾ ਬੇਟਾ ਉਹਨੂੰ ਪਤਾ ਉਹਨਾਂ ਨੇ ਕਿਹਾ ਕਿ ਜਿਹੜੀਆਂ ਤੇਲ ਵਾਲੀਆਂ ਫਸਲਾਂ ਉਹ ਬੀਜੋ ਜਿੱਦਾਂ ਹੁਣ ਲੋਕਾਂ ਨੇ ਸਾਰੋਂ ਤੇ ਬੀਜੀ ਉਹਨਾਂ ਚੋਣਾਂ ਨੇ ਕਣਕ ਤੋਂ ਥੋੜਾ ਜਿਹਾ ਆਪਣਾ ਪਿੱਛਾ ਛਡਾ ਲਓ ਜਿਹਦੇ ਵਿੱਚ ਮੂੰਗੀ ਆ ਮਸਰਾ ਉਹਦੇ ਚ ਮੋਠਿਆ ਮਾਵਾ ਇਹ ਚੀਜ਼ਾਂ ਕਿਉਂ ਨਹੀਂ ਬੀਜਦੇ ਜਿਹਦੇ ਚ ਦਾਲਾਂ ਆ ਮੱਕੀ ਕਿਉਂ ਨਹੀਂ ਬੀਜਦੇ ਹਨ ਇਹ ਚੀਜ਼ਾਂ ਅਸੀਂ ਪਾਣੀ ਦੀ ਜਿਹੜੀ ਸਤਾ ਪਾਣੀ ਦਾ ਜਿਹੜਾ ਲੈਵਲ ਉਹ ਵੈਸੀ ਡੂੰਗਾ ਕਰ ਲਿਆ ਝੋਨਾ ਲਾ ਲਾ ਕੇ ਜਦੋਂ ਕਿ ਝੋਨਾ ਪੰਜਾਬ ਦੇ ਲੋਕ ਇਹਨਾਂ ਵਾਂਗ ਦਾ ਖਾਂਦੇ ਨਹੀਂ ਨਾ ਇਹਨਾਂ ਨੂੰ ਆਦਤ ਹੀ ਹੈ ਬਿਮਾਰ ਹੋਏ ਭਾਵੇਂ ਝੋਨਾ ਅਚਾ ਆਪਣੇ ਚੌਲ ਖਾ ਲਾਉਂਦੇ ਨਹੀਂ ਖਾਂਦੇ ਦੇਖੋ ਇਹ ਕੈਸ਼ ਕ੍ਰੌਪਸ ਦੇ ਮਗਰ ਪਹਿਲਾਂ ਹੀ ਪਾ ਦਿੰਦਾ ਸਾਨੂੰ ਹੁਣ ਹਰ ਥਾਂ ਦੇ ਉੱਤੇ ਕੈਸ਼ ਕ੍ਰੌਪਸ ਇਹ ਸਾਡੇ ਦਿਮਾਗ 'ਚ ਪਾ ਦਿੱਤਾ ਜਿਹੜਾ ਸਾਡਾ ਗ੍ਰੀਨ ਰੈਵੋਲੂਸ਼ਨ ਦਾ ਆਧਾਰ ਰਿਹਾ ਉਹ ਝੋਨਾ ਕਣਕ ਝੋਨਾ ਕਣਕ ਇੱਥੇ ਲੱਗੇ ਰਹੇ ਹੁਣ ਪੁਰਾਣੇ ਵਕਤ 'ਚ ਸਾਡੇ ਬਜ਼ੁਰਗ ਕੀ ਕਰਦੇ ਸੀ ਹਰ ਤਰ੍ਹਾਂ ਦੀ ਖੇਤੀ ਘਰ ਦੇ ਵਾਸਤੇ ਵੰਸਵੰਤਾ ਖੇਤੀ ਬਿਲਕੁਲ ਵੰਸਵੰਤਾ ਹੁੰਦੀ ਸੀ ਇੰਨੀ ਡਾਈਵਰਸਿਟੀ ਰੱਖਦੇ ਸੀ ਕਿ ਘਰ ਦੀ ਸ ਕਣਕ ਮੱਕੀ ਜੋ ਬਾਜਰਾ ਸਾਰੀਆਂ ਸਾਰੀਆਂ ਫਸਲਾਂ ਕਰਦੀਆਂ ਘਰ ਤੋਂ ਹੀ ਲੈਣੀਆਂ ਘਰ ਦੇ ਜ਼ਮੀਨ ਤੋਂ ਲੈਣੀਆਂ ਯਾਦ ਆ ਤੁਹਾਡੇ ਮਨ ਮੈਂ ਕੱਟ ਰਿਹਾ ਸਾਡੇ ਪਿੰਡ ਦਾ ਇੱਕ ਕਿਸਾਨ ਜੀ ਬੁੜਾ ਮੈਂ ਇੱਕੋ ਹੀ ਗੱਲ ਕਵਾਂਗਾ ਉਹੋ ਹੀ ਕਹਿ ਰਿਹਾ ਸੀ ਉਹਨੇ ਕਹੀ ਤੁਸੀਂ ਗੱਲ ਨੂੰ ਕੰਟੀਨਿਊ ਕਰਿਓ ਉਹਨੇ ਇਹ ਹੀ ਕਿਹਾ ਸੀ ਜਾਂਦਾ ਜੋ ਕੁਛ ਆ ਨਾ ਸਾਰਾ ਕੁਝ ਸਿਰਫ ਉਹਦੇ ਪੱਤੀ ਬਾਰੋਂ ਲਿਆਉਂਦੇ ਆ ਸੀ ਜਿੱਚ ਚਾਹ ਬਣਨੀ ਆ ਬਾਕੀ ਸਾਰਾ ਘਰ ਦੁੱਧ ਵੀ ਆ ਗੁੜ ਵੀ ਆ ਹੈ ਨਾ ਸਾਰਾ ਕੁਝ ਆ ਉਹ ਤੋਂ ਖੰਡ ਦੀ ਚਾਹ ਘਟ ਪੀਂਦੇ ਸ਼ੱਕਰ ਉਹਨਾਂ ਕੋ ਕਿਉਂ ਨਾ ਕੋਲੇਗਾ ਲੱਸੀ ਉਹਨਾਂ ਕੋਲੇਗੀ ਆ ਇਹ ਗੱਲਾਂ ਹੈਗੇ ਸਭ ਕੁਝ ਕਰੀ ਹੈ ਮੈਂ ਇਹੀ ਗੱਲ ਕਹਿ ਰਿਹਾ ਤੁਹਾਡੀ ਗੱਲ ਨੂੰ ਤੁਹਾਡੇ ਗੱਲ ਦੇ ਨਾਲ ਹੀ ਗੱਲ ਜੋੜਦਾ ਪਿਆ ਕਿ ਆਪਣੀ ਸਾਰੀਆਂ ਲੋੜਾਂ ਘਰੋਂ ਪੂਰੀਆਂ ਬਿਲਕੁਲ ਉਸ ਤੋਂ ਬਾਅਦ ਜਿਹੜਾ ਫालतू ਆ ਉਹ ਚੁੱਕ ਕੇ ਮੰਡੀ ਆੜਤੀ ਕੋਲ ਜਾਣਾ ਹਾਂ ਕਿ ਆਪਣੇ ਲੋੜ ਦੀ ਕਣਕ ਵੀ ਰੱਖ ਲਈ ਚੌਲ ਵੀ ਰੱਖ ਲਏ ਦਾਣਾ ਵੀ ਰੱਖ ਲਿਆ ਮੱਕੀ ਸਭ ਕੁਝ ਰੱਖ ਲਿਆ ਹੂੰ ਉਸ ਤੋਂ ਬਾਅਦ ਜਿਹੜਾ ਫालतू ਆ ਉਹ ਦੇ ਕੇ ਆਣਾ ਦੁੱਧ ਕਦੀ ਵੇਚਦੇ ਨਹੀਂ ਸੀ ਦੁੱਧ ਵੇਚਿਆ ਪੁੱਤ ਵੇਚਿਆ ਇੱਕੋ ਬਰਾਬਰ ਇਹ ਕਹਿੰਦੇ ਠੀਕ ਹੈ ਲੱਸੀ ਜਿੱਥੋਂ ਮਰਜ਼ੀ ਪੀ ਲਓ ਹਾਂ ਰੋਟੀ ਜਿੱਥੋਂ ਮਰਜ਼ੀ ਖਾ ਲਓ ਕਹਿੰਦੇ ਕਿੱਥੇ ਚੱਲੇ ਆ ਕਹਿੰਦੇ ਪੰਜਾਬ ਦੇ ਪਿੰਡ ਘੁੰਮਣ ਚੱਲੇ ਆ ਰੋਟੀ ਕਿੱਥੇ ਖਾਊਗਾ ਕਹਿੰਦਾ ਭੁੱਖਾ ਨਹੀਂ ਮਰਦਾ ਜਿੱਥੇ ਮਰਜ਼ੀ ਵੜ ਜਾਈ ਜਿਹੜੇ ਮਰਜ਼ੀ ਕਰਦਾ ਕੁੰਡਾ ਖੜਕਾਦੀ ਉਹਨਾਂ ਨੇ ਤੈਨੂੰ ਰੋਟੀ ਖਵਾਣੀ ਔਰ ਪੂਰੀ ਮਹਿਮਾਨ ਨਿਵਾਜ਼ੀ ਕਰਨਗੇ ਕਿੰਨੀ ਕੈਸੀ ਵਿਆਹਤ ਬੰਦੀ ਸੀ ਲੋਕ ਬਿਲਕੁਲ ਵਿਆਹਤ ਬੰਦੀ ਹੈ ਉਸੇ ਸਾਹਮਣੇ ਫਸਲ ਵੀ ਉਸੇ ਤਰ੍ਹਾਂ ਵੇਚ ਦੇ ਕੇ ਹੁਣ ਉਹ ਜਿਹੜੀ ਗੱਲਾਂ ਨੇ ਕਿ ਕਿ ਅਗੇ ਦੋ ਕਿਲੇ ਜ਼ਮੀਨ ਚ ਲੋਕ ਸਬਜੀ ਬੀਜ ਕੇ ਉਹਦੇ ਚ ਆਪਣੀ ਕਣਕ ਚ ਨਾ ਥੋੜਾ ਥੋੜਾ ਲਾ ਕੇ ਬਾਸਮਤੀ ਭਗਵੰਤ ਮਾਨ ਨੇ ਸਾਰੇ ਕਿਸਾਨਾਂ ਨੂੰ ਬੁਲਾ ਕੇ ਕਿਹਾ ਕਿ ਬਾਸਮਤੀ ਜ਼ਰੂਰ ਬੀਜੋ ਹੁਣ ਬਾਸਮਤੀ ਜਿਹੜੀ ਹੈ ਪਹਿਲਾਂ ਬਾਹਰ ਦਾ ਇਲਾਕਾ ਸੀ ਪਾਕਿਸਤਾਨ ਚ ਨੀਲੀ ਬਾਹਰ ਉੱਥੇ ਬਾਸਮਤੀ ਹੁੰਦੀ ਸੀ ਬੜੀ ਖੁਸ਼ਬੂਦਾਰ ਬਾਸਮਤੀ ਜਿਹੜੀ ਅਜੇ ਵੀ ਹੁੰਦੀ ਹੈ ਉੱਥੇ ਉਹ ਬਾਹਰ ਦੇ ਇਲਾਕਿਆਂ ਚ ਮਿੰਟਗੁਮਰੀ ਦਾ ਇਲਾਕਾ ਸਿਆਲਕੋਟ ਦਾ ਇਲਾਕਾ ਜਿੱਥੇ ਜ਼ਮੀਨ ਜਦੋਂ ਇਹ ਬਾਹਰੋਂ ਆਏ ਚਨਾਰਤੀ ਬਣ ਕੇ ਇਥੇ ਇਹਨਾਂ ਨੇ ਅਡਾਪਟ ਕੀਤਾ ਪੰਜਾਬ ਦੇ ਲੋਕਾਂ ਨੇ ਫਿਰ ਬਾਸਮਤੀ ਇੱਥੇ ਹੋਈ ਬਾਸਮਤੀ ਜਿਹੜੀ ਹੈ ਬੜੀ ਲੰਬੀ ਹੁੰਦਾ ਦੇ ਮੁੰਜਰਾ ਜਿਹੜੀ ਹੁੰਦੀ ਹੈ ਔਰ ਖੁਸ਼ਬੂਦਾਰ ਜਦੋਂ ਉਹ ਪੱਕਦੀ ਹੈ ਉਹਦੀ ਖੁਸ਼ਬੂ ਆਉਂਦੀ ਹੈ ਜਦੋਂ ਵਿਆਹ ਵੀ ਹੁੰਦੇ ਸੀ ਨਾ ਤਾਂ ਪਹਿਲਾਂ ਜਮਾ ਕਰ ਲੈਂਦੇ ਸੀ ਪਰਾਣੀਆਂ ਬਜ਼ੁਰਗਾਂ ਤਾਂ ਉਹ ਪਰੋਲਿਆਂ ਚ ਪਾ ਕੇ ਫਿਰ ਬਾਸਮਤੀ ਨੂੰ ਛੜਾ ਕੇ ਉਹਦੇ ਚੌਲਾਂ ਨੂੰ ਫਿਰ ਉਹਦਾ ਜਿਹੜੀ ਬਣਦਾ ਸੀ ਨਾ ਜਰਦਾ ਮਿੱਠਾ ਔਰ ਉਹ ਲੋਕ ਯਾਦ ਕਰਦੇ ਨੇ ਇਸ ਵੀ ਦੀ ਖੁਸ਼ਬੂ ਜਿਹਦੇ ਘਰ ਚ ਵਿਆਹ ਹੁੰਦਾ ਦੂਰੋਂ ਉਹਦੀ ਖੁਸ਼ਬੂ ਆਉਂਦੀ ਠਾਠਾ ਮਾਰਦੇ ਲੋਕ ਤੇਗਾ ਚ ਬਣਦਾ ਸੀ ਇਹ ਸੀ ਇਹ ਗੱਲਾਂ ਕਿਉਂਕਿ ਹੁਣ ਦੇਖੋ ਹੁਣ ਆਪਾਂ ਨੂੰ ਕੋ ਹੁੰਦਾ ਆਪਾਂ ਲਫਾਫੇ ਬਾਜੀ ਚਿਲਦੇ ਹਾਂ ਲਫਾਫ ਡਿਲੀਵਰੀ ਲੋਕਾਂ ਦੇ ਉੱਥੇ ਜੀ ਟਮਾਟੋ ਆ ਰਹੇ ਜੀ ਸਾਡੇ ਕੋ ਘਰਾਂ ਚ ਅਸੀਂ ਕਰ ਰਹੇ ਆਂ ਆਪ ਪੈਦਾਵਾਰ ਅਸੀਂ ਕੱਟ ਕਰ ਰਹੇ ਹਾਂ ਇਸ ਕਰਕੇ ਕਰ ਰਹੇ ਹਾਂ ਕੱਟ ਕਰ ਰਹੇ ਹਾਂ ਕਿ ਸਾਡੇ ਕੋ ਲੇਬਰ ਸਸਤੀ ਮਿਲ ਜਾਂਦੀ ਹੈ ਬਾਹਰੋਂ ਆ ਰਹੇ ਲੇਬਰ ਤੇ ਉਹ ਲੇਬਰ ਨਾਲ ਅਸੀਂ ਕੰਮ ਕਰਦੇ ਤੇ ਆਪ ਅਸੀਂ ਸੂਟਡ ਬੂਟਡ ਟਰੈਕਟਰਾਂ ਤੇ ਬਹਿ ਕੇ ਜੀਪਾਂ ਤੇ ਬਹਿ ਕੇ ਮੋਟਰਸਾਈਕਲਾਂ ਤੇ ਕਿੱਕ ਮਾਰ ਕੇ ਬਾਹਰ ਕੁੰਮਦੇ ਹਾਂ ਜਿੰਨੀ ਦੇਰ ਤੱਕ ਅਸੀਂ ਆਪ ਮਿਹਨਤ ਨਹੀਂ ਕਰਾਂਗੇ ਅਸੀਂ ਉਹ ਖੇਤਾਂ ਨੂੰ ਆਪ ਨਹੀਂ ਬਾਹਾਂਗੇ ਉਹਨਾਂ ਚ ਆਪ ਫਸਲਾਂ ਨਹੀਂ ਬੀਜਾਂਗੇ ਪੱਕੇ ਤੌਰ ਤੇ ਗੱਲ ਆ ਆ ਅੰਦੇ ਨੇਕ ਇਨਸਾਨ ਜਿਹੜਾ ਨਾ ਉਹਨੂੰ ਮੱਛੀ ਪੱਥਰ ਚਟ ਕੇ ਮੁੜਦੀ ਹੈ ਉਸੇ ਤਰ੍ਹਾਂ ਵਾਪਸ ਆਉਣਾ ਪੈਣਾ ਆਉਣਾ ਪਊਗਾ ਇਸੇ ਤਰ੍ਹਾਂ ਇਸ ਤਰੀਕੇ ਦੇ ਤੌਰ ਤੇ ਆ ਜਨ ਠੀਕ ਹੈ ਬਿਲਕੁਲ ਸਰ ਬਿਲਕੁਲ ਸਮਾਰਟ ਨੇ ਅੱਜ ਕੱਲ ਸਮਾਰਟ ਬਿਜ਼ਨਸਮੈਨ ਬੈਠੇ ਨੇ ਤੁਸੀਂ ਦੁੱਧ ਦੀ ਗੱਲ ਕੀਤੀ ਪੁਰਾਣੇ ਟਾਈਮ ਚ ਖੋਏ ਮਲਾਈ ਵਾਲੀ ਕੁਲਫੀ ਹੈ ਨਾ ਖੋਆ ਘਰ ਦਾ ਦੁੱਧ ਘਰ ਦਾ ਅੱਜ ਕੱਲ ਜਿਹੜੀ ਤੁਸੀਂ ਆਈਸਕ੍ਰੀਮ ਖਾਂਦੇ ਹੋ ਜ਼ਰੂਰੀ ਨਹੀਂ ਕੋ ਦੁੱਧ ਤੋਂ ਬਣੀ ਹੋਵੇ ਪਤਾ ਨਹੀਂ ਉਹ ਕਾ ਤੋਂ ਬਣਦੀ ਹੈ ਔਰ ਉਹ ਵੀ ਸਮਾਰਟ ਨੇ ਉਹਨਾਂ ਨੇ ਆਈਸਕ੍ਰੀਮ ਨਹੀਂ ਲਿਖੀ ਹੋਈ ਉਹਨਾਂ ਨੇ ਲਿਖਿਆ ਹੋਇਆ ਡੈਜ਼ਰਟ ਕਿ ਜੇ ਆਈਸਕ੍ਰੀਮ ਲਿਖਣਗੇ ਤਾਂ ਉਹ ਪ੍ਰੂਫ ਕਰਨਾ ਪਏਗਾ ਦੁੱਧ ਹੈ ਦੁੱਧ ਡੈਜ਼ਰਟ ਲਿਖਿਆ ਜੀ ਆਈਸਕ੍ਰੀਮ ਤਾਂ ਅਸੀਂ ਲਿਖੀ ਨਹੀਂ ਹੈਗੀ ਅਸੀਂ ਸਟਾਈਲਿਸ਼ ਆਹਾਂ ਡੈਜ਼ਰਟ ਬਲਵਕ ਤੇ ਪਤਾ ਨਹੀਂ ਕੀ ਖਾ ਕੇ ਆਏ ਆ ਸੋ ਇਹ ਸਾਰੀਆਂ ਖਾਮੀਆਂ ਕਿਉਂ ਪੈਦਾ ਹੋਈਆਂ ਕਿਉਂਕਿ ਅਸੀਂ ਕੁਦਰਤ ਨਾਲੋਂ ਟੁੱਟੇ ਤੁਸੀਂ ਯਾਦ ਕਰੋਗੇ ਆਪਾਂ ਗੱਲਾਂ ਕਰਦੇ ਰਹੇ ਹਾਂ ਕਿ ਕਿਤੇ ਆਪਾਂ ਗੱਲ ਕੀਤੀ ਹੈ ਕਿ ਬਾਬਾ ਨਾਨਕ ਦੇ ਜ਼ਮਾਨੇ 'ਚ ਜੋ ਖੇਤੀ ਸੀ ਜਿਹਨੂੰ ਕੁਦਰਤੀ ਖੇਤੀ ਕਹਿੰਦੇ ਨੇ ਜਿਹਨੂੰ ਅਸੀਂ ਕਹਿੰਦੇ ਆ ਕਿ ਬਾਬਾ ਨਾਨਕ ਦੀ ਖੇਤੀ ਕਹਿੰਦੇ ਆ ਹਾਂ ਉਦੇ ਵਿੱਚ ਸਾਰੀਆਂ ਚੀਜ਼ਾਂ ਮੈਂਸ਼ਨ ਨੇ ਕਿ ਤੁਸੀਂ ਕਿਦਾਂ ਮੌਸਮ ਦੇ ਮੁਤਾਬਕ ਫਸਲਾਂ ਬੀਜਣੀਆਂ ਨੇ ਕਿਵੇਂ ਵੈਰਾਈਟੀ ਹੋਏਗੀ ਕਿਉਂਕਿ ਜੇ ਇੱਕੋ ਤਰ੍ਹਾਂ ਦੀ ਫਸਲ ਲਈ ਜਾਓਗੇ ਤੁਸੀਂ ਜ਼ਮੀਨ ਤੋਂ ਜ਼ਮੀਨ ਬੰਜਰ ਹੋ ਜਾਣੀ ਹੈ ਅੱਜ ਵੀ ਜੇ ਤੁਸੀਂ ਗੱਲ ਕੀਤੀ ਆ ਗੁਰੂ ਨਾਨਕ ਦੇਵ ਜੀ ਦੀ ਤਾਂ ਉਹ ਜ਼ਮੀਨ ਅਜੇ ਉੱਥੇ ਉਸੇ ਤਰ੍ਹਾਂ ਮਿਲਦੀ ਹੈ ਪਾਕਿਸਤਾਨ ਚ ਹੈਗੀ ਪਾਕਿਸਤਾਨ ਚ ਕਰਤਾਰਪੁਰ ਬਿਲਕੁਲ ਹੈਗੀ ਹਵਾ ਆ ਨਾ ਨੇ ਔਰ ਜ਼ਮੀਨ ਕੀਤੀ ਉੱਥੇ ਪੈਦਾਵਾਰ ਕੀਤੇ ਉੱਥੇ ਬਾਗ ਵੀ ਲੱਗੇ ਰਿਹਾ ਉਹਨਾਂ ਸਾਰੇ ਜਿਹੜੇ ਮੁਸਲਮ ਕਮਿਊਨਿਟੀ ਉਹਨਾਂ ਨੇ ਸੰਭਾਲਿਆ ਔਰ ਬੜੇ ਤਰੀਕੇ ਨਾਲ ਸਤਿਕਾਰ ਕਰਦੇ ਆ ਉਹਨਾਂ ਨੇ ਹੁਣ ਉੱਥੇ ਦਰਸ਼ਨਾਂ ਦੀ ਬੁਲਾਉਂਦੇ ਵੀ ਆ ਜਾਂਦੇ ਵੀ ਲੋਕ ਔਰ ਆਲੇ ਸ਼ਾਨਾ ਦੇਖਣ ਵਾਲੀ ਜਗਾ ਜੁੜ ਧਾਰਮਿਕ ਸਥਾਨ ਬਣਾਇਆ ਉਹਨਾਂ ਨੇ ਪਰ ਦੇਖੋ ਗੁਰੂ ਸਾਹਿਬ ਨੇ ਲੋਕਾਂ ਦਾ ਜਿਹੜਾ ਵਹਿਮ ਭਰਮ ਕੱਢਣ ਲਈ ਖੰਡਨ ਕਰ ਲਈ ਹਰਿਦਵਾਰ ਜਦੋਂ ਆ ਰਹੇ ਆ ਤੇ ਲੋਕ ਇਹ ਹਿਸਟਰੀ ਆ ਔਰ ਧਾਰਮਿਕ ਤਰੀਕੇ ਤੇ ਪਰੰਪਰਾ ਲੋਕਾਂ ਨੂੰ ਪਤਾ ਜਦੋਂ ਆ ਰਹੇ ਆ ਤੇ ਲੋਕ ਬੈਠੇ ਸੂਰਜ ਨੂੰ ਬਾਣੀ ਦੇ ਦੇ ਰਹੇ ਆ ਸੂਰਜ ਨੂੰ ਪਾਣੀ ਦੇ ਰਿਹਾ ਸੂਰਜ ਵੱਲ ਨੂੰ ਮੂੰਹ ਕਰਕੇ ਚੜ੍ਹਦੇ ਵੱਲ ਪਾਣੀ ਦੇ ਰਿਹਾ ਤੇ ਗੁਰੂ ਸਾਹਿਬ ਨੇ ਲੈਂਦੇ ਵੱਲ ਮੂੰਹ ਕਰਕੇ ਇਧਰ ਪਾਣੀ ਦੇਣਾ ਸ਼ੁਰੂ ਕਰ ਦਿੱਤਾ ਤਾਂ ਉਹ ਕਹਿੰਦੇ ਪਏ ਇਹ ਕੀ ਗੱਲ ਇਹ ਕੀ ਗੱਲ ਗੁਰੂ ਸਾਹਿਬ ਆਂਦੇ ਵੀ ਕੁਝ ਨਹੀਂ ਤੁਸੀਂ ਪਾਣੀ ਦੇ ਰਹੇ ਜੀ ਸੂਰਜ ਨੂੰ ਤੇ ਮੈਂ ਵੀ ਪਾਣੀ ਦੇ ਰਹੇ ਕਹਿੰਦੇ ਕਿੱਥੇ ਕਹਿੰਦੇ ਆਪਣੇ ਖੇਤਾਂ ਨੂੰ ਕਹਿੰਦੇ ਦੇਖੋ ਖੇਤਾਂ ਨੂੰ ਪਾਣੀ ਪਹੁੰਚ ਜਾਊਗਾ ਤੁਹਾਡੇ ਇੱਥੇ ਕਮਾਦ ਉਹਦੇ ਕਮਾਦ ਸੁਖ ਰਿਹਾ ਕਈ ਕੁਸ਼ ਹੈਗਾ ਉਹਨਾਂ ਨੂੰ ਤਾਂ ਪਾਣੀ ਦੇਣਾ ਉੱਥੇ ਵੀ ਪਹੁੰਚ ਜਾਊਗਾ ਕਹਿੰਦੇ ਦੇਖੋ ਜੀ ਇੱਥੇ ਤੇ ਪਹੁੰਚ ਨਹੀਂ ਚਾਹਦਾ ਕਹਿੰਦੇ 9 ਕਰੋੜ 30 ਲੱਖ ਮੀਲ ਉੱਥੇ ਅੱਧੇ ਤੇ ਪਾਣੀ ਪਹੁੰਚ ਸਕਦਾ ਸਿਰਫ ਗੱਲ ਕਹਿਣ ਲਈ ਕਿ ਤੁਸੀਂ ਇਹਨਾਂ ਗੱਲਾਂ ਤੋਂ ਦੂਰ ਰਹੋ ਇਹ ਜਿਹੜਾ ਅੰਧਵਿਸ਼ਵਾਸ ਇਹ ਤੋਂ ਦੂਰ ਰਹੋ ਤਾਂ ਕਿ ਇਹ ਜਿਹੇ ਗੱਲਾਂ ਕਰਕੇ ਆਪ ਆਧਾਰਨ ਬਣ ਜਾਂਦੇ ਸੀ ਜਿਤੇ ਜਿਤੇ ਵੀ ਹੈ ਬਿਲਕੁਲ ਸਹੀ ਗੱਲ ਹੈ ਤੇ ਹੁਣ ਆਪਣਾ ਜੇ ਉਸੇ ਗੱਲ ਨੂੰ ਅੱਗੇ ਤੋਰੀਏ ਖੇਤੀ ਬਾੜੀ ਨੂੰ ਤੇ ਕਿਸਾਨ ਮਿਲ ਕੇ ਆਏ ਨੇ ਭਗਵੰਤ ਮਾਨ ਜੀ ਨੂੰ ਸੀਐਮ ਸਾਹਿਬ ਨੂੰ ਮਿਲ ਕੇ ਆਏ ਨੇ ਠੀਕ ਹੈ ਕਿਸਾਨ ਅੰਦੋਲਨ ਇੱਕ ਤਰ੍ਹਾਂ ਨਾਲ ਮਾਨ ਸਾਹਿਬ ਵੀ ਜੁੜੇ ਰਹੇ ਨੇ ਜਦੋਂ ਕਿਸਾਨ ਅੰਦੋਲਨ ਚੱਲਦਾ ਰਿਹਾ ਹੈ ਦਿੱਲੀ ਦੇ ਵਿੱਚ ਤੇ ਉਹ ਜਾ ਕੇ ਸਭ ਮਿਲ ਕੇ ਆਏ ਨੇ ਤੇ ਉਹਨਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਨੇ ਐਮਐਸਪੀ ਨੂੰ ਲੈ ਕੇ ਗੱਲ ਹੋਈ ਹੈ ਫਸਲਾਂ ਦੀ ਵੈਰਾਈਟੀ ਨੂੰ ਲੈ ਕੇ ਗੱਲ ਹੋਈ ਹੈ ਕਿਵੇਂ ਐਗਰੀਕਲਚਰ ਪਾਲਿਸੀ ਬਣਾਈ ਜਾਵੇ ਉਹ ਵੀ ਗੱਲ ਹੋਈ ਹੈ ਕਿਉਂਕਿ ਇਸ ਖਿੱਤੇ ਨੂੰ ਕਿਵੇਂ ਮਜ਼ਬੂਤ ਕਰਨਾ ਤੁਸੀਂ ਦੇਖੋ ਰਾਜਸਥਾਨ ਐਸੇ ਐਸੀਆਂ ਸਟੇਟਸ ਨੇ ਜਿੱਥੇ ਖੇਤੀਬਾੜੀ ਇੰਨੀ ਹੈ ਨੇ ਉੱਥੇ ਖੇਤੀਬਾੜੀ ਆਧਾਰਿਤ ਇੰਡਸਟਰੀ ਹੈਗੀ ਆ ਤੇ ਪੰਜਾਬ ਦੇ ਵਿੱਚ ਖੇਤੀਬਾੜੀ ਹੈ ਤੇ ਇੱਥੇ ਪਾਲਿਸੀ ਨਹੀਂ ਹੈਗੀ ਅਤੇ ਖੇਤੀਬਾੜੀ ਆਧਾਰਿਤ ਇੰਡਸਟਰੀ ਨਹੀਂ ਹੈਗੀ ਕਿਉਂ ਨਹੀਂ ਹੈਗੀ ਖੇਤੀਬਾੜੀ ਦੇ ਆਧਾਰਿਤ ਇੰਡਸਟਰੀ ਪੰਜਾਬ ਦੇ ਵਿੱਚ ਜਦਗੀ ਹੋਣੀ ਚਾਹੀਦੀ ਹੈ ਨਾਲ ਬਾਰਡਰ ਕਈ ਫਸਿਲਿਤੀਆਂ ਹੋਰ ਚਾਹੀਦੀਆਂ ਨੇ ਕਿਉਂਕਿ ਸਿਕਿਉਰਿਟੀ ਦਾ ਮਾਮਲਾ ਵੀ ਸਾਰਾ ਧਿਆਨ ਚ ਰੱਖਣਾ ਤਾਂ ਕੁੱਲ ਮਿਲਾ ਕੇ ਜੋ ਕਿਸਾਨ ਮਿਲ ਕੇ ਆਏ ਨੇ ਉਹਨਾਂ ਦਾ ਇੱਕੋ ਹੀ ਵਿਕਾਸ ਮਾਡਲ ਹੈ ਕਿ ਜਦੋਂ ਤੱਕ ਪੰਜਾਬ ਦੇ ਅੰਦਰ ਕਿਉਂਕਿ ਐਗਰੀਕਲਚਰ ਦੇ ਆਧਾਰਿਤ ਸਾਡੀ ਇਕਨੋਮੀ ਹੈ ਸਾਡੀ ਜਦੋਂ ਤੱਕ ਖੇਤੀਬਾੜੀ ਨੂੰ ਤੁਸੀਂ ਮਜ਼ਬੂਤ ਨਹੀਂ ਕਰੋਗੇ ਪੰਜਾਬ ਦੇ ਅੰਦਰ ਪੰਜਾਬ ਆਪਣੇ ਪੈਰਾਂ ਤੇ ਖੜਾ ਨਹੀਂ ਹੋ ਸਕਦਾ ਪੰਜਾਬ ਦੀ ਖੇਤੀਬਾੜੀ ਨੂੰ ਉન્નਤ ਕੀਤੇ ਬਿਨਾ ਤੁਸੀਂ ਪੰਜਾਬ ਦੀ ਇਕਨੋਮੀ ਨੂੰ ਉન્નਤ ਮਜ਼ਬੂਤ ਨਹੀਂ ਕਰ ਸਕਦੇ ਪਰ ਕਿਸਾਨਾਂ ਨੂੰ ਨਾ ਬਹੁਤ ਮੁਸ਼ਕਲਾਂ ਨਾਲ ਲੋੜ ਚਾਰ ਹੋਣਾ ਪੈਂਦਾ ਹੁਣ ਦੇਖੋ ਜੇ ਬਿਜਲੀ ਦੇ 300 ਪਰ ਮੰਥ ਹਾਂਜੀ ਹੋ ਗਏ ਮਾਫ ਹੋ ਗਿਆ ਯੂਨਿਟ ਔਰ ਦੋ ਮਹੀਨੇ ਦੇ ਚ ਸੂ ਯੂਨਿਟ ਮਾਫ ਹੋ ਗਿਆ ਔਰ ਲੋਕ ਕਿਤੇ ਬੜੀ ਖੁਸ਼ੀ ਜਾਰ ਕੀਤੀ ਹੈ ਤੇ ਦੂਜੀ ਗੱਲ ਹੈ ਬਿਜਲੀ ਦੀ ਪ੍ਰੋਬਲਮ ਆ ਰਹੀ ਹੈ ਸੰਕਟ ਆ ਗਿਆ ਬਿਜਲੀ ਦਾ ਕਿ ਜਿਹੜੇ ਥਰਮਲ ਪਲੈਂਟ ਆ ਉਹ ਇਸ ਵੇਲੇ ਬਹੁਤ ਜੁਨਟ ਬੰਦ ਹੋ ਗਿਆ ਲਹਰਾ ਮੁਹਬਤ ਬਠਿੰਡੇ ਦੇ ਨੇੜੇ ਉਹ ਬੰਦ ਹੋ ਰਿਹਾ ਉਹ ਬਠਿੰਡੇ ਦਾ ਖੁਦ ਉਹ ਵੀ ਬੰਦ ਆ ਜਿਸ ਤੋਂ ਗਵੰਦਵਾਲ ਸਾਹਿਬ ਦਾ ਇਹਦੇ ਚ ਦੋ ਜੁਨਟ ਬੰਦ ਆ ਔਰ ਰੋਪੜ ਦੇਖ ਲੋ ਰੋਪੜ ਦਾ ਵੀ ਇਥੋਂ ਬੰਦ ਆ ਜਿੰਨੇ ਹੈਗੇ ਆ ਇਹ ਪ੍ਰੋਬਲਮ ਮੁਸ਼ਕਲ ਇਸ ਕਰਕੇ ਆਈ ਹੈ ਕਿ ਇਹਦੇ ਚ ਕੋਲਾ ਜਿਹੜਾ ਨਾ ਕੋਲਾ ਆਉਣ ਦੇ ਜਿਹੜੀ ਆ ਉਹ ਘਾਟਾ ਕੋਲਾ ਇਹਨਾਂ ਨਹੀਂ ਆ ਰਿਹਾ ਜਿੰਨੇ ਚਾਹੀਦਾ ਹੁਣ ਕੋਲੇ ਨਾਲ ਹੀ ਸਾਰਾ ਕੁਝ ਚੱਲਣਾ ਉਹ ਥਰਮਲ ਪਲਾਂਟ ਕੋਲੇ ਨਾਲ ਚੱਲਦੇ ਆ। ਹੁਣ ਇਹਨੇ ਥਰਮਲ ਪਲਾਂਟ ਲਾਦਦੇ ਆ ਪਰ ਉਹਨੂੰ ਇਹ ਅਵੇਲੇਬਿਲਿਟੀ ਦੇਖ ਲੈਣੀ ਸੀ ਵੀ ਕੋਲਾ ਕਿੱਥੋਂ ਆਉਣਾ ਚਾਹੀਦਾ। ਅਸੀਂ ਪਹਿਲਾਂ ਪਲਾਨ ਕਰ ਲਏ। ਪਹਿਲਾਂ ਆ ਇਹਨੂੰ ਸੜਕ ਬਣਾ ਦਿਓ। ਉਹ ਜਦੋਂ ਸੜਕ ਬਣਾਣ ਦੀ ਗੱਲ ਠੀਕ ਹੈ ਜੀ ਹੁਣ ਉਹਦੇ ਤੇ ਪੁਲ ਬਣਾ ਦਿਓ। ਉਹ ਮੁੜ ਕੇ ਪੁਲ ਬਣਾਣ ਤਾਂ ਪੁਲ ਜਿਹੜੇ ਥੱਲੇ ਜਿਹੜੇ ਪਿਲਰ ਨਹੀਂ ਕੀਤੇ ਪੁਲ ਡਿੱਗ ਪਿਆ ਤੇ ਚਲੋ ਜੀ ਹੁਣ ਕੋਈ ਗੱਲ ਨਹੀਂ ਹੁਣ ਇਹਨੂੰ ਪਿਲਰ ਦੇ ਦਿਓ ਜੀ। ਅਸੀਂ ਸਾਡੀ ਪਲਾਨਿੰਗ ਹੋਰ ਹੁੰਦੀ ਆ। ਹੁਣ ਜੇ ਇਹ ਪਿਲਰ ਦੀ ਗੱਲ ਆ ਤਾਂ ਰਹੀਏ ਇੱਕ ਪੁਲ ਬਣਿਆ ਕਿਉਂਕਿ ਦੇਖ ਥੱਲੇ ਪਿੱਲਰ ਐ ਨਹੀਂ ਹੁਣ ਪਿੱਲਰ ਦੇ ਰਹੇ ਫਿਰ ਅਗਲੀ ਵਾਰ ਕਹਿਣਗੇ ਨੇ ਜੀ ਹੁਣ ਤਾਰਾਂ ਜਿਹੜੀਆਂ ਉੱਪਰ ਗਈਆਂ ਨਾ ਇਹਨਾਂ ਨੂੰ ਹੁਣ ਅੰਡਰਗਰਾਉਂਡ ਕਰਦੇ ਆ ਜਦੋਂ ਕਿ ਬਾਹਰਲੇ ਦੇਸ਼ਾਂ 'ਚ ਪਹਿਲਾਂ ਹੀ ਅੰਡਰਗਰਾਉਂਡ ਆ ਸਾਰਾ ਕੁਝ ਇਲੈਕਟ੍ਰਿਸਿਟੀ ਥੱਲੇ ਹੀ ਆ ਥੱਲੇ ਜਾ ਬਹਾਣਾ ਇੰਗਲੈਂਡ 'ਚ ਦੇਖੋ ਗੱਡੀਆਂ ਥੱਲੇ ਚੱਲ ਰਹੀਆਂ ਦਬਈ 'ਚ ਦੇਖੋ ਥੱਲੇ ਆ ਔਰ ਜਦੋਂ ਅਸੀਂ ਉਹਦੋਂ ਦੇਖਦੇ ਆ ਜਦੋਂ ਸਾਡੇ ਕੋਲ ਗੱਲ ਆਪਣੇ ਵੱਸੋਂ ਨਿਕਲ ਜਾਂਦੀ ਆ ਹੁਣ ਜਦੋਂ ਆ ਮੋਬਾਈਲ ਆਇਆ ਮੋਬਾਈਲ ਦਾ ਜਦੋਂ ਆਇਆ ਪੰਜਾਬ 'ਚ ਮੋਬਾਈਲ ਦੀ ਇਨਕਮਿੰਗ ਆਊਟਗoing ਦ ਸਪਾਈਸ ਵਰਗੀ ਇੱਕ ਕੰਪਨੀ ਸੀ ਉਹਦੇ ਨਾਲ ਸੀ ਬਾਕੀ ਕੰਪਨੀਆਂ ਨੂੰ ਪੰਜਾਬ ਚ ਵੜ ਨਹੀਂ ਦਿੱਤਾ ਕਿਉਂਕਿ ਇਹਨਾਂ ਨੂੰ ਪਤਾ ਹੈ ਅਫੋਰਡ ਕਰਦੇ ਹਨ ਪੈਸਾ ਖਰਚ ਕਰ ਲੈਣਾ ਔਰ ਜਦੋਂ ਕਿ ਲੋਕਾਂ ਨੇ ਉਹ ਮੋਬਾਈਲ ਯੂਜ਼ ਕਰਕੇ ਛੁੱਟਦੇ ਤੇ ਉਦੋਂ ਪੰਜਾਬ ਚ ਆ ਗਏ ਫਿਰ ਉਹ ਇਹਨਾਂ ਨੇ ਵਰਤਣਾ ਸ਼ੁਰੂ ਕਰਦੇ ਅਸੀਂ ਉਦੋਂ ਚੀਜ਼ ਨੂੰ ਯੂਜ਼ ਕਰਦੇ ਆ ਜਦੋਂ ਕਿ ਲੋਕ ਸਾਰਾ ਕੁਝ ਵਰਤ ਲੈਂਦੇ ਕਰ ਲੈਂਦੇ ਆ ਫਿਰ ਸਾਨੂੰ ਜਾਗ ਆਉਂਦੀ ਜੀ ਅਸੀਂ ਰਾਤ ਨੂੰ ਸੁੱਤੇ ਪਹਿਲਾਂ ਘਰਾੜੇ ਮਾਰਦੇ ਆ ਫਿਰ ਇੱਕਦਮ ਉੱਠਦੇ ਉੱਪੜਵਾਏ ਫਿਰ ਨੇ ਯਾਰ ਸਾਨੂੰ ਆ ਵੀ ਕੰਮ ਕਰਨ ਦੇ ਨਹੀਂ ਕਿ ਹੁਣ ਤੇ ਗਲੋਬਲਾਈਜੇਸ਼ਨ ਆ ਹਰ ਚੀਜ਼ ਤੜਕੋ ਨੀ ਇਡੀਆ ਤੁਸੀਂ ਉਹਦਾ ਐਕਸ਼ਨ ਲੈ ਕੇ ਆਪਣੇ ਤਰੀਕੇ ਨਾਲ ਉਹਨੂੰ ਕਿਉਂ ਨਹੀਂ ਐਡਾਪਟ ਕਰਦੇ ਕਿਉਂ ਲੇਟ ਹੋ ਜਾਂਦੇ ਇਸੇ ਕਰਕੇ ਅਸੀਂ ਬਹੁਤ ਪਿੱਛੇ ਬੰਗਲਾਦੇਸ਼ ਤੁਸੀਂ ਘੁੰਮ ਕੇ ਆਓ ਜਾਂ ਕਹਾਂ ਆਪਾਂ ਗਏ ਆ ਸਾਡੇ ਪ੍ਰਵਾਸੀ ਭਾਰਤੀ ਬੈਠੇ ਆ ਉਹ ਦੇਖ ਕਿੱਥੇ ਕਿਹੜ ਅਸੀਂ ਫਰਸ਼ਤੀ ਵੀ ਗੱਲ ਨਹੀਂ ਕਰਦੇ ਅਸੀਂ ਉੱਥੇ ਉਸ ਜਿਹੜਾ ਜੰਗਲੀ ਰਾਜ 'ਚ ਬੈਠੇ ਹਾਂ ਤੁਸੀਂ ਉੱਥੇ ਘੁੰਮ ਕੇ ਆਓਗੇ ਨੀਦਰਲੈਂਡ ਆਇਲੈਂਡ ਨਿਊਜ਼ੀਲੈਂਡ ਤੁਹਾਨੂੰ ਲੱਗੂਗਾ ਯਾਰ ਇਹ ਏਰੀਆ ਮੈਂ ਕਿਹੜੇ ਖੰਡਰਾਂ 'ਚ ਆ ਗਿਆ ਕਿਹੜੀ ਜਨਾ ਮੈਂ ਏਰੀਆ 'ਚ ਆ ਗਿਆ ਉਹ ਦੇਖੋ ਉਹਨਾਂ ਨੂੰ ਪਤਾ ਜਿਹੜੀ ਕੁਦਰਤ ਕੀ ਹੈ ਕੁਦਰਤ ਰਾਣੀ ਨਾਲ ਕਿਸ ਤਰ੍ਹਾਂ ਖੇਡਿਆ ਜਾਂਦਾ ਮਜ਼ਾਕ ਕਿਤੇ ਨਿਊਜ਼ੀਲੈਂਡ 'ਚ ਇੱਕ ਵੀ ਪੱਤਾ ਤੋੜ ਕੇ ਇੱਧਰ ਛੱਡ ਦੋ ਤੇ ਇੱਕ ਵੀ ਟਾਣੀ ਤੋੜ ਕੇ ਆਹ ਕਰ ਦੋ ਆਪਣੇ ਇੱਥੇ ਉੱਥੇ ਬਹਿ ਕੇ ਟਾਣੇ ਤੇ ਟਾਣੇ ਕੱਟੀ ਜਾਂਦੇ ਆ ਹਨਾ ਜਿੱਥੇ ਵੀ ਜੀ ਕਰਦਾ ਕੱਟ ਕੇ ਉਹਨਾਂ ਦੇ ਬਾਲਣ ਬਣਾ ਲਓ ਜੀ ਇਹਦੇ ਉਹ ਨਿਕਟਣ ਦੇਂਦੇ ਉਹਨਾਂ ਨੂੰ ਪਤਾ ਕਿ ਇਹਨਾਂ ਨੂੰ ਵੱਡੇ ਕਰਨਾ ਕਿੰਨਾ ਔਖਾ ਉਹ ਇੱਕ ਇਨਸਾਨ ਵਾਂਗੂ ਦਰਖਤ ਨੂੰ ਨਾਲ ਰੱਖਦੇ ਆ ਉਹ ਕੁਦਰਤ ਦੀ ਰਾਣੀ ਨਾਲ ਹੱਥ ਦੇ ਖੇਡਦੇ ਆ ਫੁੱਲਾਂ ਦੀ ਜਿਹੜੀ ਸਮੈਲ ਆ ਜੋ ਖੁਸ਼ਬੂ ਆ ਤੁਹਾਨੂੰ ਉੱਥੋਂ ਮਿਲਣੀ ਆ ਆਪਣੇ ਦੇ ਲੱਗਣਗੇ ਫਲੋਰੀ ਕਲਚਰ ਪੰਜਾਬ ਅਗੇਰ ਕਾਲ ਯੂਨੀਵਰਸਿਟੀ ਦੇ ਡਿਪਾਰਟਮੈਂਟ ਆ ਉਹਨਾਂ ਚ ਹੈਗੇ ਡਿਪਾਰਟਮੈਂਟ ਪਰ ਕਿਸਾਨਾਂ ਨੂੰ ਉਹਨਾਂ ਨੇ ਨਹੀਂ ਇਹ ਮਤ ਦਿੱਤੀ ਕਿ ਆ ਫੁੱਲ ਬੀਜ ਲੋ ਫੁੱਲਾਂ ਦਾ ਜਿਹੜਾ ਹੈਗਾ ਚ ਸ਼ਹਿਦ ਦੀਆਂ ਮੱਖੀਆਂ ਪਾਲੀਆਂ ਜਾਂਦੀਆਂ ਇੱਥੇ ਸ਼ਹਿਦ ਆ ਜਾਊਗਾ ਤੁਹਾਡਾ ਕੋਲ ਇੱਕ ਨਵਾਂ ਤੁਹਾਡਾ ਸੈਕ ਧੰਦਾ ਬਣ ਜਾਊਗਾ ਉਹ ਕਿਸਾਨਾਂ ਨੂੰ ਨਹੀਂ ਉਹਨਾਂ ਨੇ ਗੱਲ ਦੱਸਣੀ ਤੋ ਇਸ ਕਰਕੇ ਕਿਸਾਨ ਵਿਚਾਰਾ ਤਾਂ ਪਹਿਲਾਂ ਬਿਜਲੀ ਵਾਲੇ ਪਾਸੇ ਫਿਰ ਭਾਅ ਵਾਲੇ ਪਾਸੇ ਫਿਰ ਮਾਰਕੀਟਿੰਗ ਦੇ ਪਾਸੇ ਮੰਡੀ ਕਰਨ ਦਾ ਕੰਮ ਉਹ ਕਈ ਚੀਜ਼ਾਂ ਨਾਲ ਵਿਚਾਰਾ 2-4 ਹੁੰਦਾ ਰਹਿੰਦਾ ਉਸ ਤੋਂ ਬਾਅਦ ਵਿਚਾਰੇ ਉਹ ਕੰਮ ਕਰਨ ਵਾਲੇ ਵਿਚਾਰੇ ਬਜ਼ੁਰਗ ਆ ਜਾਂਦੇ ਆ ਮੁੰਡੇ ਆ ਜਾਂਦੇ ਆ ਮੁੰਡੇ ਚ ਯੰਗ ਹੁੰਦੇ ਆ ਉਹ ਲੇਬਰ ਅੱਗੇ ਲਾ ਲੈਂਦੇ ਇਸ ਕਰਕੇ ਖੇਤੀ ਚ ਖੜੋਤ ਆ ਗਈ ਹੈ ਜਿਹੜਾ ਸਟੈਗਨੇਸ਼ਨ ਆ ਗਿਆ ਖੇਤੀ ਬੜੀ ਚ ਬਿਲਕੁਲ ਸਟੈਗਨੇਸ਼ਨ ਆ ਗਿਆ ਕਿਉਂਕਿ ਪਲੈਨਿੰਗ ਨਹੀਂ ਹੈ ਉਹੀ ਤੇ ਅੱਪਾ ਗੱਲ ਕਰ ਰਹੇ ਆ ਕਿ ਐਗਰੀਕਲਚਰ ਦੀ ਗੱਲ ਕਰੋ ਐਗਰੀਕਲਚਰ ਪਾਲਿਸੀ ਨਹੀਂ ਹੈ ਇੰਡਸਟਰੀ ਦੀ ਗੱਲ ਕਰੋ ਇੰਡਸਟਰੀ ਪਾਲਿਸੀ ਨਹੀਂ ਹੈ ਸੇਤ ਖੇਤਰ ਦੀ ਗੱਲ ਕਰੋ ਸੇਤ ਖੇਤਰ ਦੀ ਪਾਲਿਸੀ ਨਹੀਂ ਹੈ ਸਿੱਖਿਆ ਖੇਤਰ ਦੀ ਗੱਲ ਕਰੋ ਸਿੱਖਿਆ ਖੇਤਰ ਦੀ ਪਾਲਿਸੀ ਨਹੀਂ ਹੈ ਕਿਸੇ ਗੱਲ ਦੀ ਪਾਲਿਸੀ ਨਹੀਂ ਹੈ ਤੇ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਕਿੱਦਾਂ ਬਣਾਉਣਾ ਵੀ ਦੱਸੋ ਤੇ ਸਹੀ ਗੱਲਾਂ ਨਾਲ ਖਿਆਲੀ ਖਿਆਲੀ ਗਾਲੀ ਪਲਾਉ ਪਕਾਈ ਚਾ ਇੰਨੇ ਸਾਲ ਹੋ ਗਏ ਸਾਨੂੰ ਖਪਦਿਆਂ ਨੂੰ ਹੁਣ ਤਾਂ ਸਾਨੂੰ ਸੋਝੀ ਆ ਜਾਣੀ ਚਾਹੀਦੀ ਹੈ ਇੱਕ ਮਹੀਨੇ ਦਾ ਹਨੀਮੂਨ ਪੀਰੀਅਡ ਵੀ ਹੋ ਗਿਆ ਜਿਹੜਾ ਤੁਸੀਂ ਮਨਾਉਣਾ ਸੀ ਬਣਾ ਲਿਆ ਚਲੋ ਜੋ ਵੀ ਕੰਮ ਕੀਤਾ ਇੱਕ ਮਹੀਨੇ ਬਹੁਤ ਵਧੀਆ ਸਿਰ ਮੱਥੇ ਸਾਡੇ ਪਰ ਹੁਣ 2 ਮਹੀਨੇ ਬਾਅਦ ਤੁਹਾਡਾ ਮੇਨ ਬਜਟ ਆ ਜਾਣਾ ਕੋਈ ਪਲੈਨਿੰਗ ਹੈ ਕਿ ਨਹੀਂ ਹੈ ਅਜੇ ਤੱਕ ਕੋਈ ਕਮੇਟੀ ਨਹੀਂ ਬਣੀ ਸਾਡਾ ਪਲੈਨਿੰਗ ਕਮਿਸ਼ਨ ਹੁੰਦਾ ਸੀ ਪਤਾ ਨਹੀਂ ਪਲੈਨਿੰਗ ਕਮਿਸ਼ਨ ਕੀ ਹੋ ਰਿਹਾ ਹਾਂ ਔਰ ਇਸ ਵੇਲੇ ਸਾਨੂੰ ਪੰਜਾਬ ਦੇ ਅੰਦਰ ਪ੍ਰੋਪਰ ਪਲੈਨਿੰਗ ਚਾਹੀਦੀ ਹੈ ਇਹ ਜਿਹੜੀਆਂ ਵੱਡੀਆਂ ਯੂਨੀਵਰਸਿਟੀਆਂ ਨੇ ਜਿੱਥੇ ਇਹ ਜਿਹੜੇ ਟੈਲੈਂਟਡ ਪ੍ਰੋਫੈਸਰ ਬੈਠੇ ਨੇ ਉਹਨਾਂ ਨਾਲ ਮਿਲ ਕੇ ਕਮੇਟੀ ਬਣਾ ਕੇ ਉਹਨਾਂ ਨਾਲ ਸਲਾਹ ਕਰੋ ਵੀ ਕਿੱਦਾਂ ਕਰਨਾ ਚਾਹੀਦਾ ਹੈ ਜਿਹੜੇ ਪੰਜਾਬ ਨੂੰ ਗਹਿਰਾਈ ਤੱਕ ਜਾਣਦੇ ਨੇ ਉਹ ਤੁਹਾਨੂੰ ਸਲਾਹ ਦੇਣ ਇੱਕ ਪਾਲਿਸੀ ਬਣਾਓ ਔਰ ਪਾਲਿਸੀ ਦੇ ਮੁਤਾਬਿਕ ਕੰਮ ਕਰੋ ਇਹ ਥੋੜਾ ਕੀ ਗੱਲਾਂ ਨਾਲ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਲਾਂਗੇ ਨਾਰਿਆਂ ਨਾਲ ਥੋੜਾ ਪੰਜਾਬ ਨੂੰ ਰੰਗਲਾ ਪੰਜਾਬ ਬਣਾਉਣਾ ਹੈ ਤੁਸੀਂ ਪੰਜਾਬ ਦੇ ਲੋਕਾਂ ਨੂੰ ਜਦੋਂ ਤੱਕ ਆਪਣੇ ਨਾਲ ਜੋੜੋਗੇ ਨਹੀਂ ਉਦੋਂ ਤੱਕ ਤੁਹਾਨੂੰ ਕੰਮ ਕਿਦਾਂ ਸਿਰੇ ਚੜਾਉਣ ਦਾ ਮੌਕਾ ਮਿਲ ਸਕਦਾ ਕਿਉਂਕਿ ਅਫਸਰ ਸ਼ਾਹੀ ਸਾਰੇ ਕੰਮ ਨਹੀਂ ਕਰ ਸਕਦੀ ਤੁਹਾਡੇ ਕੋਲ ਇਹ ਨਾ ਸਟਾਫ ਨਹੀਂ ਕਿ ਸਾਰੇ ਕੰਮ ਕਰ ਸਕੋ ਜਦੋਂ ਤੱਕ ਸਾਰਾ ਪੰਜਾਬੀ ਭਾਈਚਾਰਾ ਇਕੱਠਾ ਨਹੀਂ ਹੁੰਦਾ ਇੱਕ ਇੱਕ ਪੰਜਾਬੀ ਨਾਲ ਨਹੀਂ ਜੁੜਦਾ ਉਦੋਂ ਤੱਕ ਪੰਜਾਬ ਨੂੰ ਰੰਗਲਾ ਪੰਜਾਬ ਨਹੀਂ ਬਣਾ ਸਕਦੇ ਇੱਕ ਨਾਲ ਇੱਕ ਹੱਥ ਜੁੜੂਗਾ ਤਾਂ ਸਾਰੇ ਇਕੱਠੇ ਮਿਲ ਕੇ ਕੰਮ ਕਰਾਂਗੇ ਸਾਰੇ ਪੰਜਾਬ ਵਾਸੀ ਇਕੱਠੇ ਮਿਲ ਕੇ ਕੰਮ ਕਰਾਂਗੇ ਤਾਂ ਪੰਜਾਬ ਰੰਗਲਾ ਪੰਜਾਬ ਬਣੂਗਾ ਇਹ ਜਜ਼ਬਾ ਕਿਵੇਂ ਪੈਦਾ ਕਰਨਾ ਹੈ ਇਹ ਭਾਵਨਾ ਕਿਵੇਂ ਪੈਦਾ ਕਰਨੀ ਸਭ ਨੂੰ ਜੋੜਨਾ ਕਿਵੇਂ ਇਹ ਸਭ ਨੂੰ ਜੋੜਨਾ ਹੀ ਕ੍ਰਾਂਤੀ ਹੈ ਜਿਹੜੀ ਕ੍ਰਾਂਤੀ ਲੈ ਕੇ ਆਉਣਾ ਚਾਹੁੰਦੇ ਆ ਅਸੀਂ ਜਦੋਂ ਸਾਰੇ ਜੁੜ ਗਏ ਸਾਰਾ ਭਾਈਚਾਰਾ ਜੁੜ ਗਿਆ ਕ੍ਰਾਂਤੀ ਆਪੇ ਆ ਗਈ ਤੇ ਸਾਰੇ ਜੁੜ ਕੇ ਆਪਣੇ ਆ ਪੰਜਾਬ ਨੂੰ ਰੰਗਲਾ ਪੰਜਾਬ ਬਣਾ ਦੇਣਾ ਇਸ ਚੀਜ਼ ਨੂੰ ਕਦੋਂ ਪੂਰਾ ਕਰਨਾ ਗੱਲਾਂ ਨਾਲ ਤਾਂ ਪੂਰਾ ਨਹੀਂ ਨਾ ਹੋਣਾ ਗੱਲਾਂ ਦੇ ਕੜਾਹਤ ਨਹੀਂ ਬਣਦੇ ਪਰ ਹੁਣ ਦੇਖੋ ਜਿਸ ਤਰ੍ਹਾਂ ਇਹ ਪੰਜਾਬ 'ਚ ਆਪਾਂ ਬੈਠੇ ਆਂ ਪੰਜਾਬ ਨਾਲ ਦਾ ਪਾਕਿਸਤਾਨ ਵਾਲਾ ਲਿੰਦਾ ਪੰਜਾਬ ਆ ਦੋ ਪੰਜਾਬਾਂ ਦੀ ਜਿਹੜੀ ਇਸ ਵੇਲੇ ਜਿਹੜੀ ਰਾਜਨੀਤੀ ਹੈ ਇਹ ਥੋੜੀ ਜੀ ਇਸ ਪਾਸੇ ਅੱਗੇ ਕੀ ਇਹ ਇਧਰ ਵੀ ਮੁੱਖ ਮੰਤਰੀ ਨਵੇਂ ਬਣ ਗਏ ਆਪਣੇ ਉਧਰ ਵੀ ਉਸ ਪੰਜਾਬ ਦਾ ਜਿਹੜਾ ਮੁੱਖ ਮੰਤਰੀ ਆ ਹਮਜ਼ਾ ਬਣ ਗਿਆ ਜਿਹੜੇ ਸ਼ਹਾਬਾਜ਼ ਸ਼ਰੀਫ ਨੇ ਉਹਨਾਂ ਦਾ ਬੇਟਾ ਨਵੀ ਜਿਹੜਾ ਉਹਨਾਂ ਨੇ ਅਹੁਦਾ ਲਿਆ ਵਾ ਕਿਉਂਕਿ ਉਹਨਾਂ ਤੋਂ ਪਹਿਲਾਂ ਨਵਾਜ਼ ਸ਼ਰੀਫ ਜੀ ਆਪ ਉਹਨਾਂ ਦਾ ਭਰਾ ਸ਼ਹਾਬਾਜ਼ ਸ਼ਰੀਫ ਉਹ ਵੀ ਇਹ ਰਹੇ ਪੰਜਾਬ ਦੇ ਮੁੱਖ ਮੰਤਰੀ ਤੇ ਨਵਾਜ਼ ਸ਼ਰੀਫੀ ਦੇ ਦੋਨੇ ਦੋਨੇ ਪ੍ਰਾ ਪੰਜਾਬ ਦੇ ਮੁੱਖ ਮੰਤਰੀ ਰਹੇ ਪਰ ਇਹਨਾਂ ਦਾ ਪਛੋਕੜ ਵੀ ਪੰਜਾਬ ਦਾ ਹੀ ਹੈਗਾ ਜਾਤੀ ਉਮਰਾ ਪਿੰਡ ਆ ਜਨਰਾਲੇ ਦੇ ਨੇੜੇ ਔਰ ਉਹਨਾਂ ਨੇ ਆਪਣੀ ਜ਼ਮੀਨ ਜਿਹੜੀ ਇਕੱਠੀ ਕਰਕੇ ਜਿਹੜਾ ਸਾਰਾ ਜਿਹੜਿਆ ਸੀ ਗੁਰਦਰਾ ਸਾਹਿਬ ਨੂੰ ਦਿੱਤਾ ਅੱਜ ਕੱਲ੍ਹ ਉੱਥੇ ਅਰਦਾਸ ਹੁੰਦੀ ਉਹਨਾਂ ਜਨਾ ਦੀ ਉੱਥੇ ਉਹਨਾਂ ਦੇ ਲੰਗਰ ਲਾਏ ਜਾਂਦੇ ਕਿਉਂਕਿ ਪੰਜਾਬ ਦੇ ਲੋਕ ਜਿਹੜੇ ਉਸ ਪਿੰਡ ਦੇ ਆ ਖਾਸ ਤੌਰ ਤੇ ਉਹਨਾਂ ਨੂੰ ਬਹੁਤ ਪਿਆਰ ਕਰਦੇ ਆ ਉਹ ਵੀ ਪਿੰਡ ਆਉਂਦੇ ਰਹਿੰਦੇ ਆ ਉਸ ਪਿੰਡ ਦੀ ਧੂੜ ਦੀ ਮਿੱਟੀ ਲੈ ਕੇ ਜਾਂਦੇ ਆ ਉੱਥੇ ਉਹਨਾਂ ਨੇ ਆਪਣੇ ਆਪ ਬੰਗਲਿਆਂ 'ਚ ਰੱਖੀ ਆ ਔਰ ਜਿਹੜੇ ਨਵਾਂ ਸ਼੍ਰੀਖੋਤ ਅੱਜਕੱਲ ਇੰਗਲੈਂਡ ਨੇ ਇਹਨਾਂ ਦੇ ਕੈਸ ਕੁੱਸ ਤੇ ਵੈਸੇ ਚੱਲ ਰਹੇ ਆ ਪਰ ਪੰਜਾਬ ਨੂੰ ਜਿਹੜੇ ਬਾਗਡੋਰ ਸੰਭਾਲਣ ਵਾਲੇ ਉਹੀ ਪੰਜਾਬੀ ਆ ਜਿਹੜੇ ਸਾਡੇ ਆਪਣੀਆਂ ਇਸੇ ਜੜ੍ਹਾਂ 'ਚੋਂ ਗਏ ਆ ਇੱਥੋਂ ਹੀ ਗਏ ਆ ਔਰ ਇਹ ਦੋਹਾਂ ਪੰਜਾਬਾਂ ਦੀ ਇਸ ਵੇਲੇ ਰਾਜਨੀਤੀ 'ਚ ਥੋੜੀ ਜਿਹੀ ਰਦੋਬਦਲ ਹੋਈ ਆ ਔਰ ਪ੍ਰਧਾਨ ਮੰਤਰੀ ਦੇਖ ਲਓ ਜਦੋਂ ਸ਼ਹਿਬਾਜ਼ ਸ਼ਰੀ ਬਣ ਗਿਆ ਔਰ ਇਹਨਾਂ ਦਾ ਬੇਟਾ ਪੰਜਾਬ ਦਾ ਮੁੱਖ ਮੰਤਰੀ ਔਰ ਇਸ ਕਰਕੇ ਪੰਜਾਬ ਨੂੰ ਥੋੜੀ ਜੀ ਦੀ ਖਿੱਚ ਰਹੀ ਹੈ ਕਿ ਯਾਰ ਸਾਡੇ ਆਪਣੇ ਉਹੀ ਇਸ ਜੰਮਣ ਪੋਂ ਤੋਂ ਗਿਆ ਜਾ ਕੇ ਉਹਨਾਂ ਨੇ ਪਾਕਿਸਤਾਨ ਦੀ ਧਰਤੀ ਤੇ ਆਪਣਾ ਨਾਮ ਜਿਹੜਾ ਰੋਸ਼ਨ ਕੀਤਾ ਔਰ ਉਹਦੇ ਨਾਲ ਜਿਹੜਾ ਹੈਗਾ ਚੜਦੇ ਪੰਜਾਬ ਦਾ ਨਾਮ ਵੀ ਨਾਲ ਜੁੜਦਾ ਇਸੇ ਕਰਕੇ ਹੁਣ ਉਹਨਾਂ ਨੇ ਜਿਹੜਾ ਖਾਸ ਕਰਕੇ ਜਿਹੜੀ ਹੁਣ 3 ਮਹੀਨੇ ਬਾਅਦ ਇਹਨਾਂ ਨੇ ਵੋਟਾਂ ਪੈਣਗੀਆਂ ਜਿਸ ਵਿੱਚ Imran Khan ਦੀ ਜਿਹੜੀ ਤਾਰੀਕੇ ਇਨਸਾਫ ਪਾਰਟੀ ਸੀ ਉਦਾਹਰਣ ਲਈ ਥੋੜਾ ਜਾ ਹਾਲਤ ਮਾੜੀ ਹੋ ਗਈ ਡਗ ਮਗਾ ਗਈ ਇਸ ਕਰਕੇ ਹੋ ਗਈ ਕਿ ਉਹਦੇ ਵਿੱਚੋਂ ਜਿੰਨੇ ਬਾਗੀ ਹੋ ਗਏ ਜਿੰਨੇ ਉਹਨਾਂ ਦੇ ਸੰਸਦੀ ਮੈਂਬਰ ਬਾਗੀ ਹੋ ਗਏ ਇਹਨਾਂ ਦੀ ਅਸੈਂਬਲੀ ਜਿਹੜੀ ਆ ਉਹ ਉੱਥੋਂ ਤੱਕ ਜਿਹੜਾ ਉਹਨੂੰ ਬਹੁਮਤ ਨਹੀਂ ਦੇ ਸਕੀ ਉਹ ਨਾਂ ਬਹੁਮਤ ਮਿਲਣ ਕਰਕੇ 174 ਵੋਟਾਂ ਸ਼ਹਬਾਜ਼ ਸ਼ਰੀਫ ਲੈ ਗਿਆ ਔਰ ਇਹ ਬਣ ਗਿਆ ਪ੍ਰਧਾਨ ਮੰਤਰੀ ਪਾਕਿਸਤਾਨ ਦਾ ਔਰ ਇਹਦੇ ਪਿੱਛੇ ਜੇ ਆਪਾਂ ਗੱਲ ਕਰੀਏ ਰਾਜਨੀਤੀ ਦੀ ਇਹਦੇ ਪਿੱਛੇ ਕੁਛ ਨਾ ਕੁਛ ਵਿਦੇਸ਼ੀ ਤਾਕਤ ਹੁੰਦੀ ਹੈ ਜਿਹੜਾ ਖਾਨੇ ਨਹੀਂ ਕਿਹਾ ਆਪਾਂ ਇੱਕ ਦਿਨ ਡਿਸਕਸ ਕੀਤਾ ਸੀਗਾ ਪਾਕ ਇਹਦੇ ਵਿੱਚ ਪਾਕਿਸਤਾਨ ਦੀ ਜਿਹੜੀ ਰਾਜਨੀਤੀ ਆ ਪਾਕਿਸਤਾਨ ਦੇ ਵਿੱਚ ਜਿਹੜੀ ਗੱਦੀ ਦਾ ਬਹਾਲ ਕਰਨਾ ਇਹ ਅਮਰੀਕਾ ਦਾ ਰੋਲ ਰਿਹਾ ਪੂਰਾ ਕਿਉਂਕਿ ਉਹਨੇ ਇਹਨਾਂ ਨੂੰ ਆਪਣੀ ਨੀਤੀ ਬਣਾ ਕੇ ਅਪਣਾ ਕੇ ਤੇ ਉਹਨੂੰ ਪੈਸਾ ਦਿੰਦ ਰਿਹਾ ਡਿਫੈਂਸ ਦਾ ਜਿੰਨਾ ਪੈਸਾ ਸੀਗਾ ਬਜਟ ਸੀਗਾ ਅਮਰੀਕਾ ਦਿੰਦਾ ਰਿਹਾ ਜਦੋਂ ਨਾ ਨੁਕਰ ਕੀਤੀ Imran Khan ਨੇ ਉਹਨਾਂ ਚੱਕ ਕੇ ਗੱਦੀ ਤੋਂ ਥੱਲੇ ਲਾ ਦਿੱਤਾ ਜਦੋਂ ਇਹ ਬੰਦੇ ਉਹਨਾਂ ਦੀ ਫੇਵਰ ਆਲੇ ਆ ਕੇ ਇਹਨਾਂ ਨੂੰ ਉੱਥੇ ਬਿਠਾ ਦਿੱਤਾ ਕਮਰ ਜਵੇਦ ਜਿਹੜੇ ਆ ਗਿਆ ਬਾਜਵਾ ਉਹ ਚੀਫ ਆਫ ਦਿ ਆਰਮੀ ਸਟਾਫ ਆ ਉਹ ਉਹਨਾਂ ਦਾ ਵੀ ਪਖ ਰਿਹਾ ਕਿਉਂਕਿ ਪਾਕਿਸਤਾਨ ਦੇ Imran Khan ਨਾਲ ਤਾਂ ਨੰਦਾ ਪਹਿਲਾਂ ਰਹੀ ਹੈ ਦੋਸਤੀ ਉਸ ਸਮਾਂ ਜਦੋਂ ਪਾਰਟੀਆਂ ਬਦਲ ਜਾਂਦੀਆਂ ਉਹਦੇ ਵਿੱਚ ਸਪੀਕਰ ਨਵੇਂ ਆ ਗਏ ਬੜਾ ਕੁਝ ਹੋ ਗਿਆ ਉਹੀ ਮੈਂ ਗੱਲ ਕਰਨੀ ਚਾਹੁੰਦਾ ਕਿ ਜੀ ਪੰਜਾਬ 'ਚ ਨਵੀਂ ਕੈਬਨਿਟ ਆ ਗਈ ਹੈ ਪੰਜਾਬ ਦੀ ਜਿਹੜੀ ਇੱਥੇ ਮੁੱਖ ਮੰਤਰੀ ਸਹਿਬਾਨ ਭਗਵੰਤ ਮਾਨ ਜੀ ਆ ਗਏ ਤੇ ਨਾਲ ਲੱਗਦੇ ਗੁਆਂਢੀ ਪ੍ਰਦੇਸ਼ 'ਚ ਵੀ ਇਹੀ ਦੇਸ਼ 'ਚ ਵੀ ਇਹੀ ਰਾਜਨੀਤੀ ਆ ਗਈ ਹੈ ਔਰ ਖਾਸ ਕਰਕੇ ਸਾਡੇ ਪ੍ਰਵਾਸੀ ਭਾਰਤੀ ਦੇ ਜਿਹੜੇ ਦੇਖ ਰਹੇ ਆ ਵੀ ਇਹਦੇ ਨਾਲ ਪਾਕਿਸਤਾਨ ਦੀ ਵੀ ਖੁਸ਼ਹਾਲੀ ਦੀ ਜਿਹੜੀ ਨਵੀਂ ਵੱਡੀ ਕਾਮਨਾ ਕਰ ਰਹੇ ਆ ਔਰ ਅਰਦਾਸ ਕਰਦੇ ਆ ਜੱਤੀ ਉਮਰਾ ਪਿੰਡ ਦੇ ਲੋਕ ਕਿ ਪਰਿੰਦੇ ਕਿੱਥੇ ਰਹਿੰਦੇ ਐਸ ਪੰਜਾਬ ਚ ਚੜਦੇ ਪੰਜਾਬ ਚ ਰਹਿੰਦੇ ਪੰਜਾਬ ਦੀ ਅਰਦਾਸ ਆ ਰਹੀ ਇਹ ਹੈਗੀ ਤੁਹਾਡੀ ਪੁਰਾਣੀ ਮੁਹੱਬਤ ਤੁਹਾਡਾ ਪਿਆਰ ਮਿੱਟੀ ਨਾਲ ਲੋਕਾਂ ਨਾਲ ਭਾਵੇਂ ਸਿਆਸਤ ਬਹੁਤ ਕੁਝ ਵੰਡ ਦਿੰਦੀ ਹੈ ਸਰਹੱਦਾਂ ਬਣਾਉਂਦੀ ਹੈ ਤਾਰਾਂ ਲਾਉਂਦੀ ਹੈ ਹੈਨਾ ਲੋਕੋ ਕ ਵੰਡ ਦਿੰਦੀ ਹੈ ਔਰ ਉਹਦੇ ਨਾਲ ਸਾਰਾ ਕੁਝ ਵੰਡਿਆ ਜਾਂਦਾ ਪਰ ਪਰਿੰਦੇ ਕਦੀ ਨਹੀਂ ਪਰਿੰਦੇ ਆ ਰਹੇ ਕਬੂਤਰ ਆ ਰਹੇ ਪਰਿੰਦੇ ਜਾ ਰਹੇ ਹੈਨਾ ਉਹਨਾਂ ਨੂੰ ਕਿਸੇ ਵੀਜ਼ੇ ਦੀ ਲੋੜ ਨਹੀਂ ਲੋਕ ਹਾਂ ਲੋ ਕਿਸੇ ਵੀਜ਼ੇ ਦੀ ਲੋੜ ਨਹੀਂ ਉਹ ਲੋਕ ਵੀ ਆ ਜਾ ਰਹੇ ਆ ਮਿਲਣ ਜਾ ਰਹੇ ਆ ਬੜੀ ਬੜੀ دیر ਬਾਅਦ ਕਿਸੇ ਨੇ ਬੜਾ ਪਿਆਰ ਬੜੀ ਬੜੀ ਵਧੀਆ ਕਿਸੇ ਨੇ ਲਾਈਨ ਲਿਖੀ ਸੀ ਕਿ ਉਹ ਲਿਖੀ ਸੀ ਕਿ ਸਰਹਦ ਕੀ ਹੈ ਹਮ ਬਟਵਾਰਾ ਹੈ ਆ ਉੜਤੇ ਪੰਛੀ ਕਹਤੇ ਹਨ ਤੁਸੀਂ ਪਰਿੰਦਿਆਂ ਦੀ ਗੱਲ ਕੀਤੀ ਹੈ ਨਾ ਹਮ ਤੇ ਕਹਿੰਦੇ ਨੇ ਕਿ ਸਰਹਦ ਕੀ ਹੈ ਬਟਵਾਰਾ ਹੈ ਉੜਦੇ ਪੰਛੀ ਕਹਤੇ ਹਨ ਇਧਰ ਵੀ ਇਨਸਾਨ ਰਹਤੇ ਹਨ ਉਧਰ ਵੀ ਇਨਸਾਨ ਰਹਤੇ ਹਨ ਤਾਂ ਇਨਸਾਨ ਤਾਂ ਇੱਕੋ ਹੀ ਨੇ ਜਿਹੜਾ ਜ਼ਮੀਨ ਦੇ ਉੱਤੇ ਲਾਈਨਾਂ ਖਿੱਚ ਦਿੱਤੀਆਂ ਤੇ ਆ ਜੀ ਫਲਾਣਾ ਮੁਲਕ ਆ ਜੀ ਸਿਆਸੀ ਬੰਡ ਇਹ ਸਿਆਸੀ ਬੰਡ ਉਹ ਕਿਸੇ ਬੰਦੇ ਨੇ ਕੀ ਕੀਤਾ ਸੀ ਕਮਰੇ ਦੇ ਅੰਦਰ ਨਾ ਉਹਨੇ ਲਾਈਨਾਂ ਖਿੱਚੀਆਂ ਹੋਈਆਂ ਫਰਸ਼ ਤੇ ਹਾਂ ਕਹਿੰਦਾ ਆ ਬਾਥਰੂਮ ਆ ਕਿਚਨ ਆ ਬੈਡਰੂਮ ਆ ਲੌਬੀ ਇਹ ਡਰਾਈਂਗ ਰੂਮ ਕਹਿੰਦਾ ਭਾਜੀ ਅ ਫਰਸ਼ ਦੇ ਉੱਤੇ ਲਾਈਨਾਂ ਖਿੱਚਣ ਨਾਲ ਕਮਰੇ ਬਣਦੇ ਨੇ ਕਹਿੰਦਾ ਕਿ ਉਹ ਦੇਸ਼ ਬਣ ਸਕਦੇ ਨੇ ਜ਼ਮੀਨ ਤੇ ਲਾਈਨਾਂ ਖਿੱਚਣ ਨਾਲ ਤੇ ਕਮਰੇ ਨਹੀਂ ਬਣਾ ਸਕਦੇ ਅਸੀਂ ਮੈਂ ਤੁਹਾਨੂੰ ਇੱਕ ਗੱਲ ਦੱਸਾਂ ਜਿਹੜਾ ਆ ਯਾਦ ਆ ਗਿਆ ਮੈਨੂੰ ਮੇਰਾ ਇੱਕ ਆਪਣਾ ਗੀਤ ਲਿਖਿਆ ਉਹਦੇ ਚ ਸੀ ਕਿ ਮੈਂ ਅਮਰਸਰ ਦੇ ਨਾਲ ਤਾਂ ਅਮਰਸਰ ਮੇਰਾ ਜਲਾ ਸੀ ਤੇ ਉਧਰ ਜੇ ਕਰਕੇ ਨਾ ਉੱਤੇ ਪੜਦੇ ਵੀ ਰਹੇ ਤੇ ਮੈਨੂੰ ਉਹੀ ਸੀਗਾ ਮੈਂ ਕਿਹਾ ਬੇਸ਼ੱਕ ਵੰਡੀਆਂ ਪੈ ਜਾਣ ਭਾਵੇਂ ਫਰਕ ਨਹੀਂ ਪੈਣਾ ਹੈ ਵੰਡੀਆਂ ਪੈ ਜਾਣੀਆਂ ਬੇਸ਼ੱਕ ਵੰਡੀਆਂ ਪੈ ਜਾਣ ਫਿਰ ਕੋਈ ਫਰਕ ਨਹੀਂ ਪੈਣਾ ਹੈ ਅੰਬਰਸਰ ਲਾਹੌਰ ਦੋਵਾਂ ਨੇ ਇਕੱਠਿਆਂ ਰਹਿਣਾ ਹੈ ਬਿਲਕੁਲ ਸਰ ਹੈਨਾ ਆ ਬਹਿ ਜਾ ਮੇਰੇ ਟਾਂਗੇ ਤੇ ਜੇ ਵਾਗੇ ਬਾਰਡਰ ਜਾਣਾ ਹੈ ਉਹਦੇ ਚ ਪਾਪੜ ਬੜੀਆਂ ਦਾਲ ਕਰਾਰੀ ਅੰਬਰਸਰ ਦੀ ਹੈ ਹੈਨਾ ਉਹਦੇ ਚ ਸਿਨਾਰਕਲੀਚ ਹਰਮਟਿਆਰ ਖੂਏ ਤੋਂ ਪਾਣੀ ਭਰਦੀ ਹੈ ਇਹ ਬੜਾ ਅੱਛਾ ਲੰਬਾ ਗਾਣਾ ਸੀਗਾ ਔਰ ਮੈਂ ਪਿਕਚਰਾਇਜ਼ ਕੀਤਾ ਫਰਮਾਇਆ ਵੀ ਔਰ ਪਾਕਿਸਤਾਨ ਦੇ ਲੋਕਾਂ ਨੇ ਉਹਨੂੰ ਬੜੀ ਉਹਦੀ ਤਾਰੀਫ਼ ਕੀਤੀ ਔਰ ਦੇਖੋ ਇੱਕ ਵਾਰੀ ਜਦੋਂ ਤੁਸੀਂ ਜਾਂਦੇ ਜੇ ਨਾ ਬਾਰਡਰ ਤੇ ਉੱਥੇ ਜਾ ਕੇ ਉਹਦੇ ਨਾਲ ਜਿਹੜੇ ਬਾਰਡਰ ਦੇ ਪਿੰਡ ਆ ਨਾ ਜਿਸ ਤੁਸੀਂ ਬਜ਼ੁਰਗਾਂ ਨਾਲ ਕਿਤੇ ਗੱਲ ਕਰੋ ਕਿ ਤੁਸੀਂ ਲਾਹੌਰ ਤੁਸੀਂ ਇੱਥੇ ਰਹਿੰਦੇ ਜੇ ਹੈਨਾ ਇਹਦੇ ਚ ਐਸ ਪਾਸੇ ਇੱਕ ਦੂਤਨ ਪਿੰਡਾਂ ਨਾਲੀ ਤੋਂ ਉਹ ਲੋਕਾਂ ਦੇ ਲਾਹੌਰ ਦਾ ਕਿ ਅਸੀਂ ਤਾਂ ਉੱਥੇ ਸਬਜ਼ੀ ਲੈ ਕੇ ਜਾਂਦੇ ਰਹੇ ਸਾਡੀ ਇੱਥੋਂ ਸਬਜ਼ੀ ਤੋਂ ਉਹਨਾਂ ਨੂੰ ਜੇ ਪੁੱਛੇ ਆ ਇੰਨੀ ਦੂਰ ਉਹ ਹੁੰਦਾ ਡਾਂਡੇ ਮਿੱਡੇ ਜਾਓ ਤੇ ਛੋਟ ਤੋਂ ਉੱਥੇ ਨਾਲ ਹੀ ਲਾਹੌਰਾ ਨਾਲ ਅੰਮ੍ਰਿਤਸਰ ਤੋਂ ਇਹ ਹੀ ਉਹ ਫਿਰ ਵੀ ਉਹ ਹੁੰਦੇ ਅਜੇ ਵੀ ਸਾਨੂੰ ਲਾਹੌਰ ਦੀ ਰੋਟੀ ਉੱਥੋਂ ਦੇ ਦਾਲ ਉੱਥੋਂ ਦਾ ਤੜਕਾ ਲੱਗਾ ਉੱਥੋਂ ਦਾ ਖਾਣ ਸਾਰਾ ਉਹੀ ਲਾਹੌਰ ਦੇ ਉਹੀ ਅੰਮ੍ਰਿਤਸਰ ਦੇ ਕਿਉਂਕਿ ਕਾਰੀਗਾਰ ਇੱਕੋ ਜਿਹਾ ਜਦੋਂ ਪਾਰਟੀਸ਼ਨ ਹੋਈ ਹੈ ਉਹੀ ਆ ਕੇ ਇੱਥੇ ਅੰਮ੍ਰਿਤਸਰ ਬੈ ਗਏ ਤੁਸੀਂ ਅੱਜ ਵੀ ਜਾ ਕੇ ਤੁਸੀਂ ਜਦੋਂ ਵੀ ਵੇਖੋਗੇ ਅੰਮ੍ਰਿਤਸਰ ਦੀ ਧਰਤੀ ਤੇ ਜਾ ਕੇ ਵੇ ਹੈ ਨਾ ਪੀਰਾਂ ਪੈਗੰਬਰਾਂ ਦੀ ਧਰਤੀ ਹੈ ਪਰ ਜਦੋਂ ਤੁਸੀਂ ਉੱਥੇ ਦਾ ਖਾਣਾ ਖਾਓਗੇ ਉਹਦੀ ਲੱਜ਼ਤ ਹੀ ਹੋਰ ਆ ਉਹਦਾ ਸਵਾਦ ਹੀ ਹੋਰ ਆ ਇਸ ਕਰਕੇ ਕਾਰੀਗਰ ਵਧੀਆ ਹੈਗੇ ਬੜੇ ਬੜੇ ਦੂਰੋਂ ਲੋਕ ਆ ਕੇ ਖਾਂਦੇ ਹੁੰਦੇ ਬਿਲਕੁਲ ਮੈਂ ਦਸ਼ਮੇਸ਼ ਪਿਤਾ ਦਾ ਜਦੋਂ ਉਹਨਾਂ ਦਾ ਵਿਆਹ ਹੁੰਦਾ ਹੈ ਦਸ਼ਮੇਸ਼ ਪਿਤਾ ਦਾ ਉਹ ਮੈਂ ਪੜ੍ਹ ਰਿਹਾ ਸੀ ਇੱਕ ਵਾਰੀ ਪੁਸਤਕ ਵਿੱਚੋਂ ਤਾਂ ਉਹਨਾਂ ਨੇ ਜਦੋਂ ਮਾਹੌਲ ਦਾ ਸਾਰਾ ਜ਼ਿਕਰ ਕੀਤਾ ਉਹ ਸਿਰਜਣਾ ਕੀਤੀ ਕਿ ਉਸ ਵਕਤ ਐਸਾ ਮਾਹੌਲ ਹੈ ਇਦਾਂ ਖਾਣੇ ਬਣਦੇ ਪਏ ਨੇ ਇਦਾਂ ਸੋਹਣੀਆਂ ਸੋਹਣੀਆਂ ਚੀਜ਼ਾਂ ਵਿਕਦੀਆਂ ਪਈਆਂ ਨੇ ਪੂਰਾ ਸ਼ਹਿਰ ਵਸਿਆ ਹੋਇਆ ਪੂਰਾ ਮੇਲਾ ਲੱਗਾ ਹੋਇਆ ਕਿਉਂਕਿ ਉਦੋਂ ਵਿਆਹ ਵੀ ਲੰਬੇ ਚੱਲਦੇ ਸੀ ਤਾਂ ਉਹ ਦਸ਼ਮੇਸ਼ ਪੀਤਾ ਦੇ ਵਿਆਹ ਦਾ ਜੋ ਵਰਣਨ ਕੀਤਾ ਨਾ ਉਹਨਾਂ ਨੇ ਮਤਲਬ ਇੰਨਾ ਮਜ਼ਾ ਆਇਆ ਮੈਨੂੰ ਉਹ ਸਾਰਾ ਕਿਉਂਕਿ ਸਾਰਾ ਪੰਜਾਬ ਇਕੱਠਾ ਹੈ ਉਦੋਂ ਲਾਹੌਰ ਦਾ ਵੀ ਵਿੱਚ ਹੀ ਆ ਉਥੋਂ ਵੀ ਕਾਰੀਗਰ ਆਏ ਹੋਣ ਸਭ ਕੁਝ ਇਕੱਠਾ ਹੀ ਆ ਸੋ ਉਹ ਚੀਜ਼ਾਂ ਨੇ ਕਿ ਮੈਂ ਕਈ ਵਾਰ ਸੁਪਨਾ ਦੇਖਦਾ ਹੁੰਨਾ ਕਿ ਇਦਾਂ ਹੋ ਜਾਵੇ ਕਿ ਜਿਹੜਾ ਉਹ ਵਟਵਾਰਾ ਹੋਇਆ ਸੀ ਨਾ 1947 ਚ ਉਹ ਕਿਤੇ ਉਹ ਵਟਵਾਰਾ ਹੋਵੇ ਨਾ ਹੋਵੇ ਸਾਰਾ ਕੁਝ ਇਕੱਠਾ ਹੋਵੇ ਤੇ ਕਿੰਨਾ ਮਜ਼ਾ ਹੈ ਹਾਂ ਔਰ ਸਾਡਾ ਬਿਲਕੁਲ ਪੰਜਾਬ ਦੀ ਰਾਜਧਾਨੀ ਲਾਹੌਰ ਹੁੰਦੀ ਸੀ ਹਾਂ ਬਿਲਕੁਲ ਦੇਖੋ ਔਰ ਇਹ ਕਹਿੰਦੇ ਵੀ ਨੇ ਕਿ ਜਿਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਹੀ ਨਹੀਂ ਸਮਝੋ ਇਹਦਾ ਮਤਲਬ ਅਸੀਂ ਤੇ ਜੰਮੇ ਨਹੀਂ ਹੈਗੇ ਕਿਉਂਕਿ ਅਸੀਂ YouTube ਤੇ ਹੀ ਲਾਹੌਰ ਨੂੰ ਦੇਖਦੇ ਆਂ ਸੋ ਇਹ ਚੀਜ਼ਾਂ ਨੇ ਤਾਂ ਇਹ ਚੀਜ਼ਾਂ ਜਦੋਂ ਆਪਾਂ ਦੇਖੀਏ ਸੁਣੀਏ ਤੇ ਆਪਣੇ ਬਜ਼ੁਰਗਾਂ ਤੋਂ ਸੁਣਦੇ ਆਂ ਤਾਂ ਪਤਾ ਲੱਗਦਾ ਕਿੰਨਾ ਪਿਆਰ ਮੁਹੱਬਤ ਹੈ ਔਰ ਅਕਸਰ ਕਿਹਾ ਜਾਂਦਾ ਕਿ ਤੁਸੀਂ ਆਪਣੀਆਂ ਗਲਤੀਆਂ ਤੋਂ ਸਿੱਖੋ ਹੂੰ ਆਪਣੀਆਂ ਗਲਤੀਆਂ ਤੋਂ ਜਦੋਂ ਸਿੱਖਦੇ ਹੋ ਤਾਂ ਫਿਰ ਮੁੜ ਕੇ ਗਲਤੀ ਨਹੀਂ ਕਰਦੇ ਹੁਣ ਗਲਤੀ ਤੋਂ ਸਿੱਖਣਾ ਕੀ ਹੈ ਸਹੀ ਗੱਲ ਗਲਤੀ ਤਾਂ ਇੱਕੋ ਹੀ ਹੈ ਜਿਹੜੀ ਹਮੇਸ਼ਾ ਅਸੀਂ ਕਰਦੇ ਆ ਨੀਅਤ ਸਾਫ ਨਹੀਂ ਹੈ ਬਿਲਕੁਲ ਬਿਲਕੁਲ ਨੀਅਤ ਸਾਫ ਨਹੀਂ ਹੈ ਨੀਅਤ ਸਾਫ ਹੋਵੇ ਤੇ ਗਲਤੀ ਕਿਤੇ ਹੋਣੀ ਨਹੀਂ ਜੇ ਨੀਅਤ ਤੁਹਾਡੇ ਸਾਫ ਨਹੀਂ ਤੇ ਸਾਰੇ ਭਾਂਡੇ ਮੂੰਹ ਦੇ ਨਜ਼ਰ ਆਉਣਗੇ ਤਾਂ ਤੇ ਤੁਸੀਂ ਸਿੱਖਣਾ ਕੀ ਹੈ ਹਾਂ ਅੱਜ ਵੀ ਨੀਅਤ ਸਾਫ ਨਹੀਂ ਕੱਲ ਵੀ ਨੀਅਤ ਸਾਫ ਨਹੀਂ ਸੀ ਜੇ ਕੱਲ ਵੀ ਨੀਅਤ ਸਾਫ ਨਹੀਂ ਹੋਣੀ ਤਾਂ ਫਿਰ ਉਹੀ ਗਲਤੀ ਕਰਨੀ ਹੈ ਗਲਤੀ ਤਾਂ ਇੱਕੋ ਹੀ ਹੈ ਕਿ ਨੀਅਤ ਸਾਫ ਨਹੀਂ ਜਦੋਂ ਨੀਅਤ ਸਾਫ ਨਹੀਂ ਤੇ ਬਾਰ ਬਾਰ ਗਲਤੀਆਂ ਕਰੋਗੇ ਸਿੱਖਣਾ ਕੀ ਹੈ ਸਿੱਖਣ ਵਾਲੀ ਗੱਲ ਤਾਂ ਬਿਲਕੁਲ ਸਿੱਧੀ ਸਾਦੀ ਹੈ ਇਸ ਮਸਲੇ 'ਚ ਸਿਆਸਤ ਆ ਗਈ ਨਾ ਹਾਂਜੀ ਇਸ ਮਸਲੇ 'ਚ ਰਾਜਨੀਤੀ ਆ ਗਈ ਜਿੱਥੇ ਪੋਲਿਟਿਕਸ ਨੇ ਐਂਟਰੀ ਕਰ ਲਈ ਉਹ ਮਸਲਾ ਕਿਤੇ ਵੀ ਤੁਹਾਡੇ ਕੋਲ ਸਾਹਮਣੇ ਕਿਸੇ ਟਿਕਾਣੇ ਤੇ ਨਹੀਂ ਲੱਗੂਗਾ ਬਿਲਕੁਕੁਲ ਨਹੀਂ ਲੱਗਣਾ ਬਾਕੀ ਸਿਆਣੇ ਫਿਰਾਨਗੇ ਯਾਰ ਗੱਲ ਛੱਡੋ ਸਵਾਥ ਰਸਾ ਸਰੇ ਤੇ ਗੰਡਾਸੀ ਹੁਣ ਇਹਨੂੰ ਬੰਦ ਕਰਦੇ ਆ ਪਰ ਇਹ ਨਹੀਂ ਬੰਦ ਕਰਨ ਦਿੰਦੇ ਹੁਣ ਤੱਕ ਕਿੰਨੇ ਮਸਲੇ ਆ ਜਿਹੜੇ ਹਿੰਦੁਸਤਾਨ ਦੇ ਉਹ ਅਜੇ ਤੱਕ ਚੱਲਦੇ ਰਹੇ ਕਸ਼ਮੀਰ ਦਾ ਮਸਲਾ ਅਜੇ ਉੱਥੇ ਦਾ ਕੀਤਾ ਪਰ ਅਜੇ ਵੀ ਜਿਹੜਾ ਹੁਣ ਆਇਆ ਆਪਣੇ ਸ਼ਹਿਬਾਜ਼ ਸ਼ਰੀਫ ਉਹਨਾਂ ਨੇ ਸਭ ਤੋਂ ਪਹਿਲਾਂ ਇਹੀ ਰਾਗ ਲਾਪਿਆ ਕਿ ਜਿਹੜੇ ਸਾਡਾ ਮਕਬੂਜ਼ਾ ਕਸ਼ਮੀਰ ਆ ਬਾਕੀ ਕਸ਼ਮੀਰਾ ਉਹਦੀ ਗੱਲ ਹਿੰਦੁਸਤਾਨ ਨਾਲ ਕਰਾਂਗੇ ਇਹਦੇ ਵਿੱਚ ਸਾਡਾ ਬਣਦਾ ਹੈਗਾ ਐਸਾ ਇਹ ਇਹਦੇ ਵਿੱਚ ਫਿਰ ਮੰਡੀਆਂ ਪਹਿਣ ਗਿਆ ਅਸੀਂ ਗੱਲ ਕਰਾਂਗੇ ਕਿਉਂਕਿ ਪੋਲਿਟੀਕਲ ਇਸ਼ੂ ਜਿਹੜਾ ਇਹ ਹਰ ਬੰਦੇ ਦੇ ਸਾਹਮਣੇ ਨਜ਼ਰ ਆਉਣਾ ਹੀ ਆਉਣਾ ਉਹਨੇ ਪਹਿਲਾਂ ਇਹ ਖਲਾਰਾ ਪਾਉਣਾ ਹੀ ਹੈ ਜਿੱਦੇ ਮਰਜ਼ੀ ਹੋਵੇ ਜਿਸ ਤਰ੍ਹਾਂ ਹੁਣ ਆਪਾਂ ਦਿੱਲੀ 'ਚ ਆਪਾਂ ਦੇਖਿਆ ਦਿੱਲੀ 'ਚ ਦੇਖੋ ਕਿੰਨੇ ਦੰਗੇ ਸਾਧ ਹੋਏ ਇਸ ਘਟਨਾਵਾਂ ਹੋ ਗਈਆਂ ਧਾਰਮਿਕ ਸਤਵ ਤੇ ਜਦੋਂ ਧਾਰਮਿਕ ਸਤਵ ਮਨਾਇਆ ਜਾ ਰਿਹਾ ਉਹਦੇ ਚ ਬਾਕੀ ਪਾਰਟੀਆਂ ਨੇ ਵੀ ਉਹਦਾ ਬੜਾ ਇਤਰਾਜ਼ ਕੀਤਾ 13 ਪਾਰਟੀਆਂ ਦੇ ਨੁਮਾਇੰਦਿਆਂ ਨੇ ਉਹਦੇ ਤੇ ਬਿਆਨ ਦਿੱਤੇ ਆ ਕਿ ਸਰਪੱਖੀ ਗੱਲ ਨਹੀਂ ਹੈਗੀ ਸਾਰੇ ਧਰਮਾਂ ਦੀ ਗੱਲ ਨਹੀਂ ਹੈਗੀ ਇਹਦੇ ਚ ਸਾਰੇ ਲੋਕਾਂ ਨੂੰ ਤੁਸੀਂ ਕਿਉਂ ਇਹੋ ਜੀਆਂ ਦੁਰਘਟਨਾਵਾਂ ਕਰਕੇ ਮਾਰਦੇ ਜੀ ਕਿਉਂ ਉਹਨਾਂ ਨੂੰ ਚਾਰਿਆਂ ਨੂੰ ਤੁਸੀਂ ਇੰਨਾ ਕੁੱਟ ਰਹੇ ਜੀ ਉਹ ਉਹ ਗੱਲ ਜਿਹੜੀ ਹੈਗੀ ਆ ਇਹ ਦੇਖੋ ਇਹ ਸਿਆਸਤ ਦਾ ਜਿਹੜਾ ਹੈਗਾ ਬੜੀ-ਬੜੀ ਸਿਆਸਤ ਦੇ ਕੋਲ ਤਰਾਸਦੀ ਹੈ ਤੇ ਲੋਕ ਕਿਉਂ ਜਰੇ ਜਿਹੜੇ ਬੜੇ ਤੰਗ ਹੁੰਦੇ ਆ ਉਹ ਲੋਕਾਂ ਨੂੰ ਤੰਗੀ ਤੋਂ ਕੱਢਣ ਲਈ ਜਾਂ ਤਾਂ ਵਿਰੋਧੀ ਪਾਰਟੀ ਆਉਗੀ ਉਹ ਵਿਰੋਧੀ ਪਾਰਟੀ ਦੇ ਆ ਤੁਸੀਂ ਪੜਿਆ ਹੋਗਾ ਜਿਹਦੇ ਚ ਦਿੱਲੀ ਦਾ ਜਿਹੜਾ ਜਹਾਂਗੀਰਪੁਰਿਆ ਜਿੱਤੇ ਚ ਹੋਇਆ ਹੈ ਸਾਰਾ ਕੁਝ ਉਹਦੇ ਚ ਰੌਲਾ ਪਿਆ ਉਹਦੇ ਚ ਕਾਫੀ ਬੰਦੇ ਫਟੜੇ ਆ ਮਰੇ ਵੀ ਆ ਕਾਫੀ ਕਾਫੀ ਹੋਇਆ ਕਰਨਾਟਕਾ ਚ ਹੋਇਆ ਹੁਬਲੀ ਖੁਸ਼ੀਰੀਆ ਉੱਥੇ ਹੋਇਆ ਹੈਨਾ ਫਿਰ ਤੁਹਾਨੂੰ ਬਾਕੀ ਸੂਬਿਆਂ ਚ ਆਂਧਰਾਚ ਵੀ ਹੋਇਆ ਉਤਰਾਖੰਡ ਚ ਹੋਇਆ ਹੁਣ ਦੇਖੋ ਇਹ ਸਾਰਾ ਕੁਝ ਕਿਉਂ ਹੋ ਰਿਹਾ ਇਹਦੇ ਪਿੱਛੇ ਕਿਉਂਕਿ ਲੋਕ ਤਾਂ ਆਰਾਮ ਨਾਲ ਬੈਠਦੇ ਆ ਲੋਕਾਂ ਨੂੰ ਕੀ ਆਪੋ ਚ ਲੜਾਈ ਕਿਉਂ ਹੋ ਰਹੀ ਹੈ ਇਦੇ ਪਿੱਛੇ ਕਿਹੜੀ ਸ਼ਕਤੀ ਹੈ ਕਿ ਕਿਹੜਾ ਕੋਈ ਬੰਦਾ ਜਿਹੜਾ ਅਕਸਾਰ ਆ ਇਹਨਾਂ ਲੋਕਾਂ ਨੂੰ ਕਿਉਂ ਡੰਡਾ ਬਾਜੀ ਹੋ ਰਹੀ ਹੈ ਕਿਉਂ ਮਰ ਰਹੇ ਲੋਕ ਇਹ ਹਿੰਦੁਸਤਾਨ ਦੇ ਲੋਕ ਅਜੇ ਵੀ ਆਪਣੇ ਆਪ ਨੂੰ ਸੁਧਾਰ ਨਹੀਂ ਸਕੇ ਇੰਨੇ ਪੜ ਗਏ ਲੋਕ ਇਹਨਾਂ ਵਧੀਆ ਲੋਕਾਂ ਚ ਕੁਸ਼ਾਲੀ ਆ ਗਈ ਹੈ ਪੈਸੇ ਦੀ ਵੀ ਕੋਈ ਇਹਨਾਂ ਦੀ ਘਾਟ ਨਹੀਂ ਰਹੀ ਪਰ ਫਿਰ ਵੀ ਅਸੀਂ ਲੜਨੋਂ ਬਾਜ਼ ਨਹੀਂ ਹੁੰਦੇ ਅਸੀਂ ਲੜਾਈ ਕਰਦੇ ਕਰਦੇ ਹਾਂ ਪ੍ਰਤੰਗ ਕਰਦੇ ਹਾਂ ਇਹਦੇ ਵਿੱਚ ਪ੍ਰੋਬਲਮ ਪਤਾ ਕੀ ਹੁੰਦੀ ਪ੍ਰੋਬਲਮ ਇਹ ਹੁੰਦੀ ਹੈ ਚਸਿਆਸਤ ਇਹਦੇ ਪਿੱਛੇ ਲੋਕ ਨਹੀਂ ਲੜਨਾ ਚਾਹੁੰਦੇ ਲੋਕ ਆਪ ਨਹੀਂ ਆਪ ਅੱਗੇ ਹੋਣਾ ਚਾਹੁੰਦੇ ਹੁਣ ਇਸੇ ਕਰਕੇ ਜਾਂ ਤਾਂ ਇਲੈਕਸ਼ਨ ਆ ਰਹੀਆਂ ਉਹਦਾ ਕੁਝ ਰੌਲਾ ਪੈ ਉਦជា ਲੋਕਾਂ ਨੂੰ ਤੰਗ ਕਰਨਾ ਜਿਹੜਾ ਉਹ ਜਾਦਾ ਗਲਤ ਹੈ ਬਿਲਕੁਲ ਤੁਸੀਂ ਠੀਕ ਕਹਿ ਰਹੇ ਹੋ ਕਿਉਂਕਿ ਅਸੀਂ ਹਮੇਸ਼ਾ ਕਹਿੰਦੇ ਆ ਕਿ ਗੁਰੂ ਸਾਹਿਬ ਦੀ ਬਾਣੀ ਹੈ ਸੂਫੀ ਸੰਤਾਂ ਦੀ ਬਾਣੀ ਹੈ ਪੀਰ ਪਗੰਬਰਾਂ ਦੀ ਬਾਣੀ ਹੈ ਇਹ ਜਿੰਦੇ ਬਹਾਨ ਲੋਕ ਜੋ ਪ੍ਰਭੂ ਦੇ ਰੂਪ ਨੇ ਇਹ ਸਾਨੂੰ ਆਪਸ ਵਿੱਚ ਜੋੜਦੇ ਨੇ ਪਰ ਸਿਆਸਤ ਸਾਨੂੰ ਆਪਸ ਚੋਂ ਤੋੜ ਦਿੰਦੀ ਹੈ ਦਾ ਸਹੀ ਗੱਲ ਕਿਉਂਕਿ ਸਿਆਸਤ ਜਦੋਂ ਤੱਕ ਸਾਨੂੰ ਤੋੜੂਗੀ ਨਹੀਂ ਉਦੋਂ ਤੱਕ ਸਿਆਸਤ ਦੀ ਦੁਕਾਨ ਨਹੀਂ ਚੱਲਨੀ ਨਹੀਂ ਚੱਲਨੀ ਸਿਆਸਤ ਦੀ ਦੁਕਾਨ ਹੀ ਤਾਂ ਚੱਲਦੀ ਜਦੋਂ ਉਹ ਸਾਡਾ ਪਾਈਚਾਰਾ ਤੋੜਦੀ ਆ ਸਾਨੂੰ ਵੰਡ ਦਿੰਦੀ ਹੈ ਹਮ ਪਰ ਸਾਨੂੰ ਦਿਖਾਵਾ ਕਰਨ ਵਾਸਤੇ ਉਹਨਾਂ ਪੈਗੰਬਰਾਂ ਅੱਗੇ ਉਹਨਾਂ ਪ੍ਰਭੂ ਦੇ ਰੂਪਾਂ ਕੇ ਮੱਥਾ ਜ਼ਰੂਰ ਟੇਕੂਗੀ ਪਰ ਅੰਦਰੋਂ ਆਪਣੀ ਗੇਮ ਖੇਡੂਗੀ ਲੋਕਾਂ ਨੂੰ ਇੱਥੇ ਜਾਗਰੂਕ ਹੋਣਾ ਚਾਹੀਦਾ ਕਿ ਜੋ ਅਸੀਂ ਗੁਰੂ ਸਾਹਿਬਾਨ ਦੀ ਬਾਣੀ ਨੂੰ ਲੈ ਕੇ ਧਾਰ ਕੇ ਆਪਣੇ ਅੰਦਰ ਤੁਰਦੇ ਆ ਉਸੇ ਨੂੰ ਧਾਰ ਕੇ ਤੁਰੀਏ ਤਾਂ ਅਸੀਂ ਸਿਆਸਤ ਦੇ ਚੱਕਰ ਚ ਨਾ ਆਈਏ ਗੁਰੂ ਨਾਨਕ ਦੇਵ ਜੀ ਬਾਣੀ ਹੈ ਬਾਬਰ ਬਾਣੀ ਉਹਦੇ ਚ ਲਿਖਿਆ ਜਦੋਂ ਬਾਬਰ ਨੇ 1521 ਚ ਹਮਲਾ ਕੀਤਾ ਅੰਡੀਆ ਤੇ ਹਿੰਦੁਸਤਾਨ ਤੇ ਤੇ ਗੁਰੂ ਨਾਨਕ ਦੇਵ ਜੀ ਦਾ ਹੋਇਆ ਸੀ ਉਹ ਯਗ ਸੀਗਾ ਤਨਾ ਨਾ ਕਿਹਾ ਏਤੀ ਮਾਰ ਪਈ ਕਰਲਾਣੇ ਤੈ ਕੀ ਦਰਦ ਨ ਆਇਆ ਪਾਪ ਦੀ ਜੰਝ ਲੈ ਕਾਬਲੋਂ ਤਾਇਆ ਜੋਰੀ ਮੰਗੇ ਦਾਨ ਮਿਲਾ ਲੋ ਸ਼ਰਮ ਧਰਮ ਦੋ ਸੁਖ ਖਲੋਏ ਕੂੜ ਫਿਰੇ ਪ੍ਰਧਾਨ ਮਿਲਾ ਲੋ ਸੱਚ ਨਹੀਂ ਕਿਹਾ ਕੂੜ ਆ ਗਿਆ ਕੂੜਾ ਆਉਣ ਕਰਕੇ ਹਿੰਦੁਸਤਾਨ ਦੀ ਜਿਹੜੀ ਦਸ਼ਾਓ ਬਿਲਕੁਲ ਨਿਗਰ ਗਈ ਔਰ ਇਹ ਦੇਖੋ ਕਿੱਡੀ ਵੱਡੀਆਂ ਗੱਲਾਂ ਜੜੀਆਂ ਉਸ ਵੇਲੇ ਰਚੀਆਂ ਗਈਆਂ ਔਰ ਉਹ ਹੁਣ ਦੇਖੋ ਉਹ ਗੱਲ ਜਿਹੜੀ ਹੈਗੀ ਆ ਇਸ ਕਰਕੇ ਜਦੋਂ ਇਹ ਲਤਾੜ ਕੇ ਚਿਰ ਗਿਆ ਸਾਰਾ ਕੁਝ ਇਹ ਫਿਰ ਦੁਬਾਰਾ ਸਰਜੀਤ ਹੋ ਗਿਆ ਪਰ ਉਹ ਉਹਨਾਂ ਦਾ ਨਾਮ ਉਹਨਾਂ ਦੀ ਮਿਟ ਗਿਆ ਉਹ ਤਾਂ ਹੁਣ ਲੱਭਦੇ ਹੀ ਕੋਈ ਨਹੀਂ ਕਿ ਉਹਨਾਂ ਚ ਸਾਰਾ ਕੁਝ ਜਿਹੜੇ ਹਮਲਾਵਰ ਰਹਾ ਸੱਚ ਤੇ ਸੱਚ ਸੱਚ ਤੇ ਸੱਚ ਹੈ ਪਾਈ ਗੁਰਦਾਸ ਜੀ ਨੇ ਵੀ ਤਾਂ ਲਿਖਿਆ ਕਿ ਰਾਜੇ ਪਾਪ ਕਮਾਵਦੇ ਉਲਟੀ ਵਾੜ ਖੇਤ ਨੂੰ ਖਾਏ ਜੇ ਤਾਂ ਵਾੜ ਹੀ ਖੇਤ ਨੂੰ ਖਾਵੇ ਤਾਂ ਫਿਰ ਖੇਤ ਨੂੰ ਬਚਾਵੇ ਕੌਣ ਕਿਉਂਕਿ ਵਾੜ ਤਾਂ ਇਸ ਕਰਕੇ ਹੈ ਕਿ ਖੇਤ ਦੀ ਰਾਖੀ ਕੀਤੀ ਜਾ ਸਕੇ ਜੇ ਰਾਖਾ ਹੀ ਮਾਰਨ ਲੱਗ ਪਵੇ ਖੇਤ ਨੂੰ ਤਾਂ ਖੇਤ ਤਾਂ ਉਜੜ ਜਾਣਾ ਉਹੀ ਹਿਸਾਬ ਆ ਜਿਨ੍ਹਾਂ ਨੂੰ ਚੁਣ ਕੇ ਬਿਠਾਉਨੇ ਆ ਉਹ ਆਪ ਹੀ ਖੇਤ ਨੂੰ ਖਾਣ ਲੱਗ ਪੈਦੇ ਨੇ ਦੱਸੋ ਹੁਣ ਪਬਲਿਕ ਕੀ ਕਰੇ ਲੋਕੀਕਰਨ ਹੁਣ ਐਸੋ ਕ ਜਿਹੜੀ ਪਾਰਟੀ ਆਈ ਆ ਕਿਉਂਕਿ ਲੋਕੀ ਤੰਗ ਆਏ ਹੋਏ ਸੀ ਲੋਕਾਂ ਨੂੰ ਕਿਹੜੀ ਸਚਾਈ ਨਹੀਂ ਪਤਾ ਹਰੇਕ ਦੀ ਸਚਾਈ ਪਤਾ ਲੋਕੀ ਤੰਗ ਆਏ ਹੋਏ ਸੀ ਤੇ ਅੱਜ ਉਹਨਾਂ ਨੇ ਆਮ ਆਦਮੀ ਪਾਰਟੀ ਨੂੰ ਚੁਣਿਆ ਤੇ ਬਹੁਤ ਵੱਡੀ ਜ਼ਿੰਮੇਵਾਰੀ ਆ ਮਾਨ ਸਾਹਿਬ ਦੀ ਇੱਕ ਸਟੇਟਮੈਂਟ ਕਹਿੰਦੇ ਕਿ 3 ਲੱਖ ਕਰੋੜ ਰੁਪਏ ਪੰਜਾਬ ਦੇ ਉੱਤੇ ਕਰਜ਼ਾ ਲੋਕ ਕਹਿੰਦੇ ਵੀ ਕਿਤੇ ਕੋਈ ਵਿਕਾਸ ਤਾਂ ਦਿਖਦਾ ਨਹੀਂ ਪਿਆ। ਹੂੰ। ਇਹ 3 ਲੱਖ ਕਰੋੜ ਰੁਪਈਆ ਗਿਆ ਕਿੱਥੇ? ਹਾਂ। ਇਹ ਕਿਤੇ ਸਿਰ ਕਰਜ਼ਾ ਚੜ ਗਿਆ। ਠੀਕ ਗੱਲ। ਤੇ ਉਹਦੀ ਗੱਲ ਕੀ ਕਰਦੇ ਪਏ ਨੇ ਕਿ ਜਿਹੜੀਆਂ ਸ਼ਿਵਾਲਿਕ ਦੀਆਂ ਪਹਾੜੀਆਂ ਨੇ ਹਾਂ। ਉਹਦੇ ਪੈਰਾਂ 'ਚ ਪਿਆ। ਹਾਂ। ਹੁਣ ਉਹਦੇ ਪੈਰਾਂ 'ਚ ਤੇ ਚੰਡੀਗੜ੍ਹ ਹੈ। ਹਾਂ। ਬਟ ਨਵਾਂ ਚੰਡੀਗੜ੍ਹ ਹੈ। ਹਾਂ। ਵੱਡਾ ਸਾਰਾ ਇਲਾਕਾ ਹੈ। ਹੁਣ ਮਤਲਬ ਜਿਹੜਾ ਉਹ ਵਿਕਾਸ ਹੋਇਆ ਹੂੰ ਹੂੰ ਜਿਹੜੇ ਵੱਡੇ-ਵੱਡੇ ਲੋਕਾਂ ਦੇ ਉੱਥੇ ਫਾਰਮ ਹਾਊਸੇਜ਼ ਨੇ ਵੱਡੇ-ਵੱਡੇ ਲੋਕਾਂ ਦੀ ਉੱਥੇ ਕੋਠੀਆਂ ਨੇ ਘਰ ਬਣਾਏ ਹੋਏ ਨੇ ਉਹਨਾਂ ਨੇ। ਹਾਂ। ਉਹ 3 ਲੱਖ ਕਰੋੜ ਰੁਪਏ ਉੱਥੇ ਖਰਚ ਹੋ ਗਿਆ ਉਹ ਸਾਂਭ ਕੇ ਬੈਠੇ ਆਪਣੀ ਨਿੱਜੀ ਜਾਇਦਾਦ ਬਣਾ ਲਈ ਉਹਨਾਂ ਨੇ ਉਹ ਜਿਹੜਾ ਸਰਕਾਰੀ ਪੈਸਾ ਲੋਕਾਂ ਦਾ ਪੈਸਾ ਮਤਲਬ ਕਹਿਣ ਦਾ ਇਹ ਹੈ ਕਿ ਉੱਥੋਂ ਕਢਵਾਉਣਾ ਹੈ ਉਹ ਪੈਸਾ ਮਤਲਬ ਇਹ ਗੱਲ ਕਿੱਧਰ ਨੂੰ ਜਾ ਰਹੀ ਹੈ ਗੱਲ ਕੀ ਹੋ ਰਹੀ ਹੈ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ 3 ਲੱਖ ਕਰੋੜ ਰੁਪਏ ਘੱਟ ਨਹੀਂ ਹੁੰਦਾ ਬਹੁਤ ਵਧੀਆ ਬਹੁਤ ਵਧੀਆ ਅਮਾਉਂਟ ਆ ਬਹੁਤ ਵੱਡਾ ਅਮਾਉਂਟ ਆ ਅਸੀਂ ਮੰਨ ਲੈਂਦੇ ਆ ਕਿ ਸਬਸਿਡੀਆਂ ਦਿੱਤੀਆਂ ਗਈਆਂ ਅਸੀਂ ਮੰਨ ਲੈਂਦੇ ਆ ਕਿ ਫ੍ਰੀ ਚ ਦਿੱਤਾ ਗਿਆ ਬਹੁਤ ਕੁਝ ਰਾਸ਼ਨ ਫ੍ਰੀ ਚ ਦਿੱਤਾ ਗਿਆ ਬਹੁਤ ਕੁਝ ਫ੍ਰੀ ਵੰਡ ਦਿੱਤਾ ਗਿਆ ਅਸੀਂ ਮੰਨ ਲੈਂਦੇ ਆ ਹੂੰ ਹੁਣ ਸਾਰੇ ਦਾ ਸਾਰਾ ਪੈਸਾ ਉਹ ਫ੍ਰੀਜ ਤੱਕ ਖਰਚ ਨਹੀਂ ਨਾ ਹੋਇਆ ਕਿਉਂਕਿ ਅਸੀਂ ਜਾਣਦੇ ਆ ਸਾਡਾ ਸਿਸਟਮ ਕਿਵੇਂ ਕੰਮ ਕਰਦਾ ਹਰ ਥਾਂ ਦੇ ਉੱਤੇ ਚੋਰ ਮੋਰੀਆ ਨੇ ਬਿਲਕੁਲ ਹੈ ਨਾ ਕਿਉਂਕਿ ਵਿੱਚੋਂ ਖਾਣ ਵਾਲੇ ਲੋਕ ਬੈਠੇ ਨੇ ਔਰ ਥੱਲੇ ਤੋਂ ਲੈ ਕੇ ਉੱਤੇ ਤੱਕ ਸਭ ਦੇ ਹਿੱਸੇ ਤੈ ਹੁੰਦੇ ਨੇ ਅਸੀਂ ਸਾਰੇ ਜਾਣਦੇ ਹੂੰ ਕੌਣ ਨਹੀਂ ਜਾਣਦਾ ਇਸ ਗੱਲ ਨੂੰ ਹੁਣ ਕਿਹਨੇ ਕਿਹਨੇ ਕਿੰਨਾ ਕਿੰਨਾ ਮਾਲ ਖਾਦਾ ਇਹ ਤਾਂ ਹੁਣ ਤਹਿਕੀਕਾਤ ਦਾ ਵਿਸ਼ਾ ਹੁਣ ਇਹ ਮਾਲ ਕੱਢੋ ਕਿਉਂਕਿ ਹੈ ਤਾਂ ਇਹ ਲੋਕਾਂ ਦਾ ਪੈਸਾ ਹੁਣੇ 3 ਲੱਖ ਕਰੋੜ ਰੁਪਈਆ ਲੋਕਾਂ ਦੇ ਸਿਰ ਕਰਜ਼ਾ ਪੈ ਗਿਆ ਇਹ ਲੈਣਾ ਤਾਂ ਲੋਕਾਂ ਨੇ ਆ ਪਰ ਜਿਨ੍ਹਾਂ ਨੇ maal ਹਜ਼ਮ ਕੀਤਾ ਚੋਰ ਮੋਰੀਆਂ ਦੇ ਰਾਹੀਂ ਉਹਨਾਂ ਤੋਂ maal ਕਢਵਾਓ ਇਹ ਵੀ ਤਾਂ ਸਰਕਾਰ ਦੀ ਜ਼ਿੰਮੇਵਾਰੀ ਬਣਦੀ ਹੈ ਕਿ ਨਹੀਂ ਬਣਦੀ ਔਰ ਸਿੱਧੂ ਸਾਹਿਬ ਤਾਂ ਰੌਲਾ ਪਾਉਂਦੇ ਹੀ ਰਹੇ ਨੇ ਕਿ ਇਹ ਪੈਸਾ ਕਿੱਥੇ ਗਿਆ ਇਹ ਇਹਦਾ ਸਾਰਾ ਡਿਟੇਲ ਦਿਓ ਇਹਦਾ ਸਾਰਾ ਸਾਨੂੰ ਮਤਲਬ ਖਰੜਾ ਕੱਢ ਕੇ ਦਿਓ ਕਿੱਥੇ ਗਿਆ ਸਾਰਾ ਪੈਸਾ ਖਰਚੇ ਕਿੱਥੇ ਹੋਏ ਨੇ ਪਰ ਇਹ ਹੈ ਨਾ ਜਦੋਂ ਸਿੱਧੂ ਜੀ ਰੌਲਾ ਤਾਂ ਪਾਉਂਦੇ ਔਰ ਉੱਤੇ ਪ੍ਰੈਕਟੀਕਲੀ ਜਿਹੜਾ ਹੈ ਨਾ ਉੱਤੇ ਕੋਈ ਅਸਰ ਨਹੀਂ ਹੁੰਦਾ ਕਿ ਜਿਹੜਾ ਜਿਹਦੇ ਤੇ ਕੋਈ ਇਸ਼ੂ ਲੈਂਦੇ ਆ ਇਸ਼ੂ ਤੇ ਵਿੱਚ ਝਾਕੇ ਤੋਂ ਕੇਸ ਕਰਕੇ ਜਾਂ ਕੁਝ ਕਿ ਉਹਨੂੰ ਲੱਭਿਆ ਤਾਂ ਜਾਵੇ ਇਹਦੀ ਲਬਧ ਕੀ ਹੈ ਇਹਦਾ ਕੀ ਕੁਝ ਹੈਗਾ ਰਹੀ ਗੱਲ ਪੰਜਾਬ ਦੇ ਲੋਕਾਂ ਦੀ ਪੰਜਾਬ ਦੇ ਲੋਕ ਸਬਸਿਡੀਆਂ ਬਹੁਤ ਨਹੀਂ ਮੰਗਦੇ ਕਿਉਂਕਿ ਪੰਜਾਬ ਦੇ ਲੋਕ ਮਿਹਨਤੀ ਆ ਇਹਨਾਂ ਦੇ ਖੂਨ ਚ ਮਿਹਨਤ ਆ ਮਿਹਨਤ ਆ ਮੰਗਦੇ ਨਹੀਂਗੇ ਨਾ ਨਾ ਮੰਗਣਾ ਕੁਛ ਇਹਨਾਂ ਨੇ ਆਪਣੀ ਮਿਹਨਤ ਦੀ ਜਿਹੜੀ ਰੋਜੀ ਰੋਟੀ ਕਮਾਉਣੀ ਆ ਜੋ ਪੈਸਾ ਮਿਹਨਤ ਨਾਲ ਕਮਾ ਕੇ ਰੋਟੀ ਖਾਣੀ ਇਹਨਾਂ ਨੇ ਇਹ ਮੰਗਣ ਮੰਗਣ ਵਾਲੇ ਨਹੀਂ ਹੈਗੇ ਤੁਸੀਂ ਕਿਤੇ ਵੀ ਚੱਲ ਜਾਓ ਕਿਸੇ ਵੀ ਸੂਬੇ ਚ ਜਾ ਕੇ ਵੇਖੋ ਤੁਸੀਂ ਦੇਖੋ ਕਿਤੇ ਪੰਜਾਬੀ ਜਿਹੜਾ ਕੋਈ ਮੁੰਡਾ ਜਾਂ ਕੋਈ ਬੰਦਾ ਰਿਕਸ਼ਾ ਚਲਾਉਂਦਾ ਨੀ ਨਜ਼ਰ ਆਊਗਾ ਉਹ ਕਿਸੇ ਚੰਗੇ ਥਾਂ ਤੇ ਆਪਣੀ ਮਿਹਨਤ ਕਰ ਰਿਹਾ ਹੋਊਗਾ ਜਾਂ ਪੜ੍ਹ ਲਿਖ ਰਿਹਾ ਹੋਊਗਾ ਜਾਂ ਕਿਤੇ ਮਿਹਨਤ ਕਰ ਰਿਹਾ ਛੋਟ ਬਾਕੀ ਕਮਾਤੋਂ ਇਹ ਹੈਗਾ ਕਿ ਆਪਣੀ ਮਿਹਨਤ ਕਰਕੇ ਆਪਣਾ ਪੈਸਾ ਕਮਾ ਕੇ ਖਾਂਦੇ ਇਹ ਨਹੀਂ ਹੁੰਦਾ ਕਿ ਉਹ ਤਾਂ ਕੋਈ ਮੰਗ ਤੋਦ ਕੇ ਮੰਗੀਆਂ ਸਬਸਿਡੀਆਂ ਤੱਕ ਨਹੀਂ ਦਿੰਦੇ ਸਬਸਿਡੀਆਂ ਨਹੀਂ ਲੈ ਦੋ ਰਹਿੰਦੇ ਹਾਂ ਜਦੋਂ ਮਤਲਬ ਕਿਉਂਕਿ ਦੁੱਖ ਸੁੱਖ ਸਾਂਝੇ ਸਾਰੇ ਇਕੱਠੇ ਖੜੇ ਹਾਂ ਸਾਰਾ ਸਮਾਜ ਹੈ ਕਿਤੇ ਲੋੜ ਪੈ ਜਾਂਦੀ ਹੈ ਪਤਾ ਹੈ ਜਦੋਂ ਲੋੜ ਪੈਂਦੀ ਹੈ ਤਾਂ ਸਾਰਾ ਭਾਈਚਾਰਾ ਇਕੱਠਾ ਖੜਾ ਹੋ ਜਾਂਦਾ ਵੀ ਇਹਨੂੰ ਲੋੜ ਪੈ ਗਈ ਫਿਰ ਉਹਨੂੰ ਖੜਾ ਕਰਦੇ ਨੇ ਜਦੋਂ ਉਹ ਖੜਾ ਹੋ ਜਾਂਦਾ ਫਿਰ ਉਹ ਬਾਕੀਆਂ ਦਾ ਸਾਥ ਦਿੰਦੇ ਕਿਉਂਕਿ ਦੁੱਖ ਸੁੱਖ ਤਾਂ ਬਣੇ ਹੋਏ ਨੇ ਉਹ ਫਿਰ ਦੂਜਿਆਂ ਦਾ ਸਾਥ ਦੇਣ ਵਾਸਤੇ ਦੂਜਿਆਂ ਦਾ ਸਾਥ ਨਿਭਾਉਣ ਵਾਸਤੇ ਨਾਲ ਖੜਾ ਰਹਿੰਦਾ ਮੋਢੇ ਨਾਲ ਮੋਢਾ ਜੋੜ ਕੇ ਕਿਉਂਕਿ ਕਿਸੇ ਵਕਤ ਉਹਦੇ ਉੱਤੇ ਮੁਸੀਬਤ ਪਈ ਉਹਨੂੰ ਤੁਸੀਂ ਖੜਾ ਕੀਤਾ ਹੁਣ ਉਹ ਬਾਕੀਆਂ ਨੂੰ ਖੜਾ ਕਰਨ ਚ ਤੁਹਾਡੀ ਮਦਦ ਕਰਦਾ ਪਏ ਇਹ ਤਾਂ ਚੱਲਦਾ ਹੀ ਆ ਆਹੀ ਤਾਂ ਸਮਾਜ ਨਹੀਂ ਤਾਂ ਸਮਾਜ ਦੀ ਰਚਨਾ ਕਿਉਂ ਕੀਤੀ ਅਸਲ ਬਿਲਕੁਲ ਬਿਲਕੁਲ ਸਮਾਜ ਰਾਹ ਕਿ ਬੜਾ ਕੁਝ ਬੰਦਾ ਸਿੱਖਦਾ ਸਮਾਰ ਬਿਲਕੁਲ ਸਿੱਖਦਾ ਬੁਰਾ ਇਹ ਭਲੇ ਦਾ ਵੀ ਪਤਾ ਲੱਗਦਾ ਮਿਹਨਤ ਦਾ ਵੀ ਪਤਾ ਲੱਗਦਾ ਤੁਹਾਨੂੰ ਆਪਣੇ ਆਪ ਵਿਚਰਨ ਦਾ ਇੱਕ ਦੂਜੇ ਨੂੰ ਮਿਲਣ ਦਾ ਵੀ ਪਤਾ ਲੱਗਦਾ ਸਮਾਜ ਤੇ ਇੱਕ ਇਹੀ ਚੀਜ਼ ਆ ਨਾ ਜੀ ਰਚਨਾ ਬੜੀ ਧੀਰ ਤੋਂ ਹੋ ਰਹੀ ਆ ਕਦਮ ਦੀ ਦੁਨੀਆ ਚੱਲਦੀ ਆ ਹੁਣ ਸਮਾਜ ਪੜ ਲੱਗ ਗਿਆ ਬਹੁਤ ਅੱਗੇ ਨਿਕਲ ਬਰੇ ਸਮਾਜ ਆਪਾਂ ਅੱਗੇ ਗੱਲ ਵੀ ਕੀਤੀ ਹੈ ਅਰਦਾਸ ਵੀ ਕਰਦੇ ਆ ਕਿ ਪੰਜਾਬ ਬਿਲਕੁਲ ਉਸੇ ਤਰ੍ਹਾਂ ਖੁਸ਼ਹਾਲੀ ਆ ਲਾਵੇ ਉਸੇ ਤਰ੍ਹਾਂ ਅਰਸ਼ਾਂ ਤੇ ਫਲੇ ਫੁੱਲੇ ਉਸੇ ਤਰ੍ਹਾਂ ਪ੍ਰਫੁੱਲਤ ਹੋਵੇ ਪਰ ਲੋਕ ਇੱਥੋਂ ਦੇ ਉਸੇ ਤਰ੍ਹਾਂ ਖੁਸ਼ਗੁਵਾਰ ਰਹਿਣ ਹਸਨ ਖੇਡਣ ਵਲਣ ਤੇ ਸਾਰੀ ਦੁਨੀਆ ਇੱਥੇ ਗੁਰੂ ਪੀਰਾਂ ਦੀ ਅਰਦਾਸਾਂ ਨਾਲ ਆਪਣੇ ਉਹਨਾਂ ਕੰਮਾਂ ਤੇ ਪਹੁੰਚ ਜਾਣ ਜਿਥੇ ਚਾਹੁੰਦੇ ਨੇ ਉਹ ਕੰਮ ਬਿਲਕੁਲ ਸਾਡਾ ਪਰਿਵਾਰ ਪੰਜਾਬ ਮਿਲ ਯੂਐਸਏ ਟੀਵੀ ਸਾਡਾ ਸਾਡਾ ਪਰਿਵਾਰ ਹੈ ਸਾਡੇ ਨਾਲ ਹੈ ਤੁਸੀਂ ਵੀ ਜੋ ਵੀ ਆਪਣੇ ਵਿਚਾਰ ਦੇਣਾ ਚਾਹੁੰਦੇ ਹੋ ਸਾਨੂੰ ਇਨਬਾਕਸ ਕਰੋ ਤਾਂ ਕਿ ਤੁਹਾਡੇ ਵਿਚਾਰ ਵੀ ਅਸੀਂ ਆਪਣੇ ਚਰਚਾ ਦੇ ਵਿੱਚ ਸ਼ਾਮਿਲ ਕਰੀਏ ਕਿਉਂਕਿ ਗੱਲਾਂ ਦੇ ਵਿੱਚ ਨਾ ਵਕਤ ਦਾ ਪਤਾ ਨਹੀਂ ਲੱਗਦਾ ਵਕਤ ਉੜਦਾ ਜਾਂਦਾ ਤੇ ਸਾਡੀਆਂ ਭਾਵਨਾਵਾਂ ਵੀ ਨਾਲ ਉੜਦੀਆਂ ਜਾਂਦੀਆਂ ਨੇ ਫਿਰ ਚਲਿਏ ਬਲਕਾਰ ਜੀ ਬਿਲਕੁਲ ਬਿਲਕੁਲ ਬਹੁਤ ਬਹੁਤ ਮਿਹਰਬਾਨੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ